ਆਕੇ ਵੱਡਿਆਂ ਘਰਾਂ ਦੇ ਕਾਕੇ ਨੀ ਜੱਟੀਏ ਫਿਰਨੀ ਤੇ ਅੱਜ ਪੈਂਦੇ ਦੇਖ ਪਟਾਕੇ। ਇੱਕ ਗੱਲ ਦੱਸਾਂ ਅਜਮੇਰ, ਤੀਹ ਤੀਹ ਹੁੰਦੀ ਤੇ ਪੁੱਤ ਪੁੱਤ ਹੀ ਹੁੰਦਾ। ਦੇਖੀ ਕਿਤੇ ਇੰਨੀ ਖੁੱਲ ਮਹਿੰਗੀ ਨਾ ਪੈ ਜਾਵੇ ਕਿ ਸਾਰੀ ਉਮਰ ਸਿਰ ਚੁੱਕਣ ਜੋਗਾ ਨਾ ਰਹਿ ਜਾਵੇ। ਓਏ, ਸਾਡੇ ਲਈ ਤਾਂ ਧੀ ਪੁੱਤ 'ਚ ਕੋਈ ਫਰਕ ਹੀ ਨਹੀਂ ਦਰਬਾਰਿਆ। ਕੱਲ੍ਹ ਨੂੰ ਕੀ ਹੋਣਾ ਇਹ ਤਾਂ ਉਤਲਾ ਖਸਮ ਹੀ ਜਾਣਦਾ, ਪਰ ਅੱਜ ਦੀ ਘੜੀ ਧੀ ਵਾਲੇ ਦਾ ਸਿਰ ਉੱਠ। ਹਾਂਜੀ ਦੋਸਤੋ, ਇਹਨਾਂ ਦੀ ਜਿੱਤ ਦੇ ਨਾਲ ਕਰਦਿਆਂ ਮੇਲੇ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਲੈ, ਓਏ ਕਿਹੜਾ ਕੰਜਰ ਫੜਾ ਗਿਆ ਹੁਣ। ਤੇਰੀ ਧੀ ਮੇਲੇ 'ਚੋਂ ਆਵੇ ਤੇ ਕਿਸੇ ਦੀ ਮੱਤ ਨਾ ਮਾਰੀ ਜਾਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਓਏ ਉੱਥੇ ਨਾ ਦੱਸਿਆ ਜੂਤ ਫੇਰਦੇ ਸਾਲੇ ਦੇ, ਸਾਹਮਣੇ ਤੇ ਆਇਆ ਨਹੀਂ ਗਿਆ ਵੱਡੇ ਮਿਰਜ਼ੇ ਤੋਂ, ਕਿਸੇ ਜਵਾਕ ਜੇ ਦੇ ਹੱਥ ਕਲਤੀ। ਇਹਨੂੰ ਸਾਂਭ ਕੇ ਕੀ ਕਰਦਾ, ਸਿੱਟ ਪਰੇ ਪਾੜ ਕੇ। ਓਏ ਤਾਂ ਮੇਰੀ ਧੀ ਦੀ ਇਮਾਨਦਾਰੀ ਦੇ ਮੈਡਲ ਹੈ ਮੇਰੇ ਵਾਸਤੇ, ਸਿੱਟ ਕਿਵੇਂ ਦੇਵਾਂ। ਫਿਰ ਇੱਕ ਅੱਧਾ ਮੈਡਲ ਮੈਨੂੰ ਵੀ ਪੜਾ ਦੇ ਕਦੇ।
ਕਮਲੀ ਨਾ ਹੋਵੇ ਤਾਂ। ਤੂੰ ਐਂ ਦੱਸ ਕੱਲ ਨੂੰ ਜ਼ਰੂਰ ਜਾਣਾ ਫਿਰ। ਹਾਂ ਹੋ, ਹੁਣ ਇਹ ਨਾ ਆਖੀ ਦੋ ਤਿੰਨ ਦਿਨ ਹੋਰ ਰੁਕ ਜਾ, ਤੇਰੇ ਆ ਖੇਡ ਦੇ ਚੱਕਰ 'ਚ ਮੈਂ ਲੇਟ ਹੋ ਗਈ, ਮੈਂ ਦੱਸਾਂ ਤੈਨੂੰ। ਤੇ ਜੇ ਮੇਰਾ ਜੀ ਨਾ ਲੱਗਿਆ ਫਿਰ? ਬਸ ਰਹਿਣ ਦੇ, ਤੇਰਾ ਵਾਸ ਚੱਲੇ ਨਾ, ਤੂੰ ਤੇ ਮੈਨੂੰ ਘਰ ਹੀ ਪਾ ਕੇ ਰੱਖੇ, ਜੀ ਨਹੀਂ ਲੱਗਣਾ ਜੀ। 25 ਦਿਨਾਂ ਦੀ ਤਾਂ ਗੱਲ ਹੈ, ਨਾਲੇ ਪੈਸੇ ਦੇ ਦੀ ਚੱਜ ਨਾ, ਐਸ਼ ਕਰਨੀ ਹੈ ਮੈਂ। ਹਾਂ ਉਹ ਤੂੰ ਕਿਹੜੀ ਐਸ਼ ਕਰਨੀ ਹੈ, ਪੈਸਿਆਂ ਨੂੰ ਤੈਨੂੰ ਕਦੇ ਰੋਕਿਆ? ਜਿੰਨੇ ਮਰਜ਼ੀ ਲੈ ਜੀ, ਜਲਦੀ ਨਾ ਹੋਵੇ ਤਾਂ। ਚਾਹ ਬਣਾਈ ਵੀ 2 ਕੱਪ। ਠੀਕ ਹੈ ਜੀ। ਪੈਸੇ ਪੂਸੇ ਤਾਂ ਨਹੀਂ ਹੋਰ ਚਾਹੀਦੇ? ਨਾ ਨਾ, ਬਹੁਤ ਹੈ ਬਹੁਤ ਹੈ ਬਾਪੂ। ਬੱਸ ਆ ਗਈ, ਚੱਲਦੀ ਆ। ਖੜ ਜਾ, ਧਿਆਨ ਰੱਖੀ। ਓਏ ਖੜ ਜਾ, ਓਏ ਆ, ਫੋਨ ਕਰਦੀ ਜਾ ਕੇ। ਸ਼ਾਬਾਸ਼ ਜੀ, ਆ ਜਜਬਾ ਹੋਵੇ ਫੇਰ ਦੱਸ, ਪੰਜਾਬ ਦੀਆਂ ਕੁੜੀਆਂ ਨੂੰ ਕਿਹੜਾ ਸ਼ੇਰ ਜੂ? ਚੱਲ ਲੈ ਲਾ ਸੀਟ, ਆ ਕੇ ਕਰਦਾ ਟਿਕਟ ਮੈਂ। ਉਹ ਤੋਰ ਲੈ ਹੁਣ ਗਾਹ ਦੇ ਟੈਰਾਂ ਨੂੰ ਮਹਿੰਦੀ ਲੱਗੀ ਆ। ਇੱਥੋਂ ਸਵਾਰੀ ਚੱਕ ਕੇ ਸਿੱਧਾ ਢਾਬੇ ਤੇ ਲਾ ਲਈ, ਉਹੀ ਕਬੂਤਰ ਵਾਂਗੂ ਅੱਖਾਂ ਬੰਦ ਕਰੀ ਜਾਂਦਾ। ਰਾਮਪੁਰਾ, ਬਰਨਾਲਾ, ਧਨੌਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ, ਜੀਰਕਪੁਰ, ਚੰਡੀਗੜ੍ਹ, ਨੌਨ ਸਟਾਪ ਚਲੋ 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 ਬਾਈ। ਉਹ ਤੂੰ 20 ਤੁਹਾਡੇ ਗਿਣਾਤੇ ਆ, ਹਜੇ ਕਹਿੰਦਾ ਨੌਨ ਸਟਾਪ। ਉਹ ਕੰਨਾਂ ਚੋਂ ਮੈਲ ਕਢਾ, ਮੈਂ ਨੌਨ ਸਟਾਪ ਨੀ ਨੌਨ ਸਟਾਪ ਕਿਹਾ। ਤੋਰਨਾ ਹੁਣ ਤੂੰ ਬਹੁਤ ਭੀੜ ਆ ਜੀ ਬੱਸ ਚ, ਮੈਂ ਖੇਤੀ ਬਹਿ ਜਾਂਦਾ। ਹੈਲੋ, ਅੱਖਾਂ ਲੜਾਉਣ ਨੂੰ 216 ਕਿਲੋਮੀਟਰ ਪੈ ਰਹੇ, ਟਿਕਟ ਬੋਲੋ ਛੇਤੀ। ਗਾਹਾਲੇ ਅੱਡੇ ਤੋਂ ਪਹਿਲਾਂ ਪਹਿਲਾਂ ਮਸਾਲਾ ਰਗੜਨਾ ਹੁੰਦਾ ਮੈਂ। ਇੱਕ ਚੰਡੀਗੜ੍ਹ, 220 ਬੜਾ ਵੱਡਾ ਨੋਟ ਚੱਕੀ ਫਿਰਦੇ ਹੋ। ਚੱਲ ਕੋਈ ਨਾ, ਬਕਾਇਆ ਚੰਡੀਗੜ੍ਹ ਜਾ ਕੇ ਲੈ ਲਈ। ਨਾ ਮੈਂ ਤਾਂ ਭੁੱਲ ਜੂੰਗੀ। ਨਾ ਮੈਂ ਤਾਂ ਭੁੱਲ ਜੂ, ਮੈਂ ਤਾਂ ਆਪ ਭੁੱਲ ਜੂੰਗਾ। ਹੁਣ ਦੱਸੋ ਫਿਰ ਕੀ ਕਰੀਏ? ਆ ਲੈ 2 ਦੇਰੇ ਚੰਡੀਗੜ੍ਹ ਦੀਆਂ, ਤੁਸੀਂ 220 ਮਿੰਟ ਜਾ ਕੇ ਦੇ ਦਿਓ ਜੀ। ਇਹਦਾ ਕੀ ਪਤਾ ਚੋਰ ਜੇ ਦਾ, ਆਪਣੇ ਦੋਨਾਂ ਦਾ ਬਕਾਇਆ ਖਾਜੂ ਇਹ। ਓ ਹੈਲੋ, ਹੱਦ ਹੋ ਗਈ ਤੇਰੇ, ਆ ਕੀ ਗੱਲ ਕਰਤੀ ਤੈਂ? ਚੋਰ ਜਗ੍ਹਾ ਤਾਂ ਕਮਾਲ ਕਰੀ ਜਾਂਦਾ, 54-54 ਦਾ ਹਿਸਾਬ ਕਰੀਦਾ। ਆ ਫੜ 60 ਰੁਪਏ। ਓਏ ਟਿਕਟ! ਉਹ ਜਿਹਨੇ ਪੈਸੇ ਦਿੱਤੇ ਉਹ ਤਾਂ ਬੋਲਦਾ ਨੀ, ਤੂੰ ਟਿਕਟ ਤੇ ਚੜ ਕੇ ਜਾਣਾ? ਗੱਲਾਂ ਕਰਦੀਆਂ, ਬੰਦਾ ਬਣ ਕੇ ਮੇਰੀ ਟਿਕਟ ਦੇ, ਨਹੀਂ ਤਾਂ ਜੁੱਤੀ ਲਾ ਲੂੰ। ਤੁਹਾਡਾ ਬੁੜਾ ਗਾਂਧੀ ਜੀ ਨਾਲ ਰਿਹਾ ਹੁਣੇ, ਦੱਸਾਂ ਕਿ ਠਹਿਰ ਕੇ? ਨਹੀਂ ਨਹੀਂ, ਮੇਰਾ ਮਤਲਬ ਹੈ ਐਡੇ ਨੇਕ ਵਿਚਾਰ ਚੱਕੀ ਫਿਰਦੇ ਹੋ, ਪੁੱਛਤਾ ਤੂੰ ਨਾਲ ਤੁਰੇ ਹੋਇਆ, ਕਮਾਲ ਹੈ ਬਾਈ। ਆ ਲੈ ਫੜਾ। ਉਹ ਟਿਕਟ ਤੋਂ ਬਗੈਰ ਨਾ ਹੋਵੇ ਬਈ ਕੋਈ, ਉਹ ਬਾਂਹ ਅੰਦਰ ਕਰਨਾ ਫਿਰ ਲੱਕੜ ਦੀ ਲਵਾਉਂਦਾ ਫਿਰੇਗਾ। ਅਠਿਆਨੀ ਚੱਕੋ ਕਿਹਦੀ ਪਈ ਆ? ਆ ਦੇਖ ਲੈ ਬੇਬੇ, ਬਾਪੂ ਗਾਂਧੀ ਜੀ ਨਾਲ ਕੁੜੀ ਚਮਕੀਨੇ ਨਾਲ ਤੁਰੀ ਫਿਰਦੀ ਆ, ਆਹ ਤਾਂ ਹਾਲ ਆ ਇਹਨਾਂ ਦਾ। ਚੱਲ 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 ਚੱਲ, ਆਉਣ ਦੇ ਚੱਲ 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 ਚੱਲ, ਆਜੋ ਵੀ ਆਜੋ ਥੱਲੇ। ਉਹ ਆ ਝੋਲਾ ਚੱਕ ਲੈ ਪੈਰਾਂ ਚੁੱਕੀ ਦਾ। ਚਲੋ ਚਲੋ ਚਲੋ, ਆਜੋ ਥੱਲੇ ਛੇਤੀ ਕਰੋ, ਫਟਾਫਟ ਕਰੋ, ਛੇਤੀ ਕਰੋ, ਥੱਲੇ ਆਓ। ਚਲੋ 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 ਚਲੋ, ਛੇਤੀ ਕਰੋ ਜੀ।
ਜੋੜੀ ਜਦੋਂ ਚਵਾਰੇ ਚੜ੍ਹਦੀ ਉਹਨੂੰ ਵੇਖ ਗਵਾਂਢਣ ਸਰਦੀ ਸਾਰੇ ਪਿੰਡ ਵਿੱਚ ਗੱਲਾਂ ਕਰਦੀ ਉਹਦੇ ਹੌਲੇ ਪਾਰਦੀਆਂ ਬੱਚੀਆਂ ਪਾਉਂਦਾ ਤੇਰੀ ਬੁੜੀ ਚੜ੍ਹਦੀ ਹੋ ਗਈ ਚਵਾਰੇ ਉਹ ਚਲੋ ਛੇਤੀ ਕਰੋ ਉਹ ਥੱਲੇ ਚਾਲਾ ਗੱਲ ਤਾਂ ਸੁਣੋ ਤੁਸੀਂ ਗੁੱਸਾ ਕਾਹਤੇ ਕਰ ਗਏ ਸੀ ਜੀ ਗਵਾਂਢਣ ਸੜਦੀ ਸੜੀ ਜਾਵੇ ਤੂੰ ਬਾੜੀ ਫੀਲਿੰਗ ਨਾ ਚੱਕ ਪੈਸੇ ਦੱਸ ਤੇਰੀ ਟਿਕਟ ਦੇ ਉਹ ਕਮਲੀਏ ਉਹ ਜੱਟ ਤੇਰੀ ਸਾਰੀ ਉਮਰ ਟਿਕਟਾਂ ਭਰਨ ਨੂੰ ਫਿਰਦਾ ਤੂੰ ਇੱਕ ਟਿਕਟ ਨੂੰ ਰੋਈ ਜਾਂਦੀ ਆ ਨਾਲੇ ਗੱਲ ਦੱਸਾਂ ਅੱਖਾਂ ਬਹੁਤ ਸੋਹਣੀਆਂ ਤੇਰੀਆਂ ਸੁਰਮੋ ਚੂਨਾ ਮਰਾ ਲਈ ਜਿਹੜੇ ਤੂੰ ਮੇਰੇ ਪੈਸੇ ਦੇਣੇ ਆ ਨਾ ਉਹਦਾ ਲੈਕਮੇ ਦਾ ਪੈਂਸਲ ਵਾਲਾ ਸੁਰਮਾ ਲੈ ਲਈ ਪਿਆਰ ਦੀ ਪਹਿਲੀ ਨਿਸ਼ਾਨੀ ਸਮਝ ਕੇ ਜੁੱਤੀ ਨਾ ਲੈ ਲਾ ਫਾਜ਼ਿਲਕਾ ਦੀ ਜੁੱਤੀ ਨਾਲ ਪੰਜੇਬਾ ਠੀਕ ਨੇ ਪਤਾ ਕਿਉਂ ਕਿਉਂਕਿ ਆਪਾਂ ਕਿਹੜਾ ਤੇਰੇ ਪੈਰ ਧਰਤੀ ਲੱਗਣ ਦੇਣੇ ਆ ਓਏ ਢਿੱਲਾ ਹੈ ਕੁਛ ਦਿਮਾਗ ਟਿਕਾਣੇ ਆ ਤੇਰਾ ਦਿਮਾਗ ਤਾਂ ਸੁੱਖ ਨਾਲ ਕੰਪਿਊਟਰ ਵਰਗਾ ਸੀ ਪਰ ਤੂੰ ਹੈਂਗ ਕਰਤਾ ਹਾਏ ਨੀ ਦਫਾ ਹੋ ਪਰੇ ਚਿਲ ਕੋ ਕੇ ਕੱਟ ਲੈ ਸੀ ਸੋਲਾਂ ਸਾਲ ਮੈਂ ਨਿੱਤ ਲਾਰੇ ਲਾ ਕੇ ਦਿਲ ਨੂੰ ਸੀ ਦਿੰਦਾ ਟਾਲ ਮੈਂ ਸੰਗਾ ਚਿਲ ਕੋ ਕੇ ਕੱਟ ਲੈ ਸੀ ਸੋਲਾਂ ਸਾਲ ਮੈਂ ਨਿੱਤ ਲਾਰੇ ਲਾ ਕੇ ਦਿਲ ਨੂੰ ਸੀ ਦਿੰਦਾ ਟਾਲ ਮੈਂ ਕਹਿੰਦਾ ਬੇਬੇ ਕੋਲੇ ਲਾਂਬਾ ਕਰੇ ਭੇਜ ਤੂੰ ਜੀਤਾ ਲੰਬੜਾਂ ਦਾ ਦਿੰਦਾ ਸੀ ਡਰਾ ਚੱਲ ਦੁਨੀਆ ਨੂੰ ਦਈਏ ਨੀ ਹਲਾ ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨਪਾ ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨਪਾ ਜਦੋਂ ਹੱਸਦੀ ਤੂੰ ਬਿੱਲੋ ਨੀ ਵੀ ਪਾਪਾ ਦੋਵੇਂ ਹੋ ਗਏ ਹਾਲ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨਪਾ ਆਪਾਂ ਦੋਵੇਂ ਹੋ ਗਏ ਹਾਲ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨਪਾ ਕੀ ਹੋ ਗਿਆ ਉਹ ਤੂੰ ਨਾ ਟਲਿਆ ਕਰਤੀ ਨਾ ਬਠਿੰਡੇ ਵਾਲੀ ਤਾਂ ਉਹ ਬਠਿੰਡੇ ਬਠਿੰਡੇ ਕੋਈ ਨੀ ਹੋਏ ਮੱਝ ਦਾ ਸਾਊ ਪੁੱਤਾਂ ਮੈਂ ਆਹੋ ਮੱਝ ਦੇ ਸਾਊ ਪੁੱਤ ਨੇ ਬਿਠਾ ਦੀ ਨਾ ਖੂੰਜੇ ਲਾ ਕੇ ਚੱਲ ਕੁੜੀਏ ਆ ਜਾ ਇੰਜਣ ਤੇ ਬਹਿ ਸਾਡੇ ਨਾਲ ਚੱਲ ਆ ਜਾ ਓਏ ਆ ਕੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਓਏ ਤੂੰ ਆਪਦਾ ਕੰਮ ਕਰ ਉਹ ਮੈਂ ਤਾਂ ਆਪਦਾ ਕੰਮ ਕਰ ਹੀ ਲੂੰ ਫਿਰ ਆ ਚੀਕਾਂ ਜਾਂ ਨਾ ਮਾਰੀ ਕਲਜੂਗੀ ਆ ਗਿਆ ਲੈ ਕਰ ਲਓ ਭਲਾ ਬਾਹਰ ਬਾ ਇਹੀ ਦਿਨ ਦੇਖਣੇ ਰਹਿ ਗਏ ਸੀ ਚਲੋ ਵੀ ਚਲੋ ਫਟਾਫਟ ਫਟਾਫਟ ਆ ਜਾਓ ਬਾਈ ਉਹ ਜਿਹਨੇ ਚਾਹ ਪਾਣੀ ਛਕਣਾ 10 ਮਿੰਟ ਰੁਕਣੀ ਹੋ ਰਿਹਾ ਜੋ ਛੇਤੀ ਕਰੋ
चलो 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 चलो, छेती छेती छक लो, चाह पड़ी नहीं छकनी, फटाफट करो भी फटाफट, चाह पानी पी लो चाह पानी। आ भी बठिंडे वाले, तेन किन्नी बार कहूं बठिंडे तो नहीं गा, अंबरसर तो मैं लच्छर तो बठिंडे वाले ही है। चल पी लै, 10 मिनट रुकनी है, आजो आजो माता आजो जी ने आना। एक चाह तेरे को खुले है नी बीबी ना। एक चाह पिछे 1000 दा नोट, चल तू एवे ही पीला। और रहन दे, पाली किसी का आसान नहीं लेंदी। हाँ आसान नहीं हैगा जी, जिसे 220 देने आ उसे 232 दे दियो। नाले जे सुते पे तो कितने हाथ उत्त लग गया होया, सॉरी मैं शक्ल तो एवं लगता वैसे है नहीं गा जी। खा ले, पैसे नहीं काट दी, पैसे पूरे ही मोड़ू, इन्ने माड़े भी नहीं होंगे बठिंडे आले। वैसे भी वादू सी, मैं तो कतीर भी पानी सी, चल तू खा ला। एक तक कुड़ी सुनी उपरों बहना ने भी दस की के परौंठे भी सोने बना लेंदी है, फिर कहूंगी मुंडा खराबियां करदा। सारी बस खाली भी उपर चढ़ गई, हिली लगती है मेनू। ਹਲੇ ਤਾਂ ਜੀ ਬਾਰੇ ਭੀੜ ਹੋ ਗਈ ਸੀ, ਮੈਂ ਸੋਚਿਆ ਉੱਪਰ ਆ ਕੇ ਬਹਿ ਜਾਂਦੇ ਆ। ਹਾਂ ਹੋ ਸਭ ਜਾਣਦੀ ਹੈ ਮੈਂ ਮਾਝੇ ਦਾ ਸਾਊ ਪੁੱਤ, ਬਾਰੇ ਡਰਾਮੇ ਦੀ ਲੋੜ ਨਹੀਂ, ਪਰੇ ਹੋ ਕੇ ਬਹਿ। ਉਹ ਮੈਂ ਵੀ ਜਾਣਦਾ ਮਾਲ ਵਾਲਿਆਂ ਨੂੰ, ਉਹ ਪੈਸੇ ਰਹਿੰਦੇ ਤੇਰੇ ਵੱਲ ਮੇਰੇ 232 ਰੁਪਈਏ, ਜੇ ਲੈ ਕੇ ਭੱਜ ਜਾਂਦੀ ਫਿਰ। ਬਸ ਤੇਰੇ 232 ਰਹਿ ਗਏ ਲੈ ਕੇ ਭੱਜਣ ਨੂੰ, ਇਹੋ ਜਿਹੀ ਨਹੀਂ ਹੈਗੀ ਮੈਂ। ਹਾਂ ਮੈਂ ਵੀ ਨਹੀਂ ਕਿਹਾ ਜਾ, ਰਹਿਣ ਦੇ, ਖਾਲੀ ਬੱਸ ਛੱਡ ਕੇ ਕੱਲੀ ਕੁੜੀ ਨਾਲ ਬੈਠਾ, ਇਹੋ ਜਿਹਾ ਨਹੀਂ ਮੈਂ। ਉਹ ਮੈਂ ਤੇਰੀ ਹੈਲਪ ਕਰਨ ਆਇਆ ਸੀ, ਜੇ ਅੱਗੇ ਸੰਗਰੂਰ ਤੋਂ ਕੋਈ ਨਾਲ ਭਈਆ ਪੈ ਜਾਂਦਾ ਨਾ, ਫਿਰ ਦੇਖਦੀ ਆਲਾ ਦੁਆਲਾ। ਉਹ ਤੇਰੇ ਪਿੱਛੇ ਬੰਦੇ ਪਏ ਸੀ ਉਹ। ਬੋਲ ਹੁਣ, ਹੋ ਗਈ ਨਾ ਬੋਲਤੀ ਬੰਦ, ਐਵੇਂ ਨਾ ਜਾਣੀ ਮੈਨੂੰ, 10 ਅੱਖਾਂ ਮੇਰੀਆਂ ਸਭ ਦੇਖਦਾ ਮੈਨੂੰ। ਹਾਂ ਉਹ ਤਾਂ ਮੇਰੇ ਚਾਚੇ ਤਾਏ ਸੀਗੇ। ਸੋਨੀਆ ਜੀ, ਹੁਣ ਜਦੋਂ ਆਪਣੇ ਰਿਸ਼ਤੇ ਦੀ ਗੱਲ ਹੋਣੀ ਲੱਗੀ ਆ ਨਾ, ਤਾਂ ਮੈਂ ਤੁਹਾਤੋਂ ਕੁਛ ਲੁਕਾਉਣਾ ਨਹੀਂ ਚਾਹੁੰਦਾ। ਮੈਂ ਤੁਹਾਨੂੰ ਦੱਸਣਾ ਸੀ, ਮੈਨੂੰ ਪਹਿਲਾਂ ਵੀ 2 ਵਾਰ ਪਿਆਰ ਹੋ ਚੁੱਕਿਆ, ਪਰ ਸਿਰੇ ਨਹੀਂ ਚੜਿਆ। ਹੁਣ ਰੱਬ ਅੱਗੇ ਕਾਹਲਾ ਜ਼ੋਰ ਨਾ ਜੀ। ਦੇਖ ਵੀਰੇ, ਵੀਰੇ ਤੇਰਾ ਜ਼ੋਰ ਜਿਹਾ ਨਹੀਂ ਚੱਲਿਆ ਹੋਣਾ, ਪਰ ਮੇਰੇ ਵਾਲਾ ਤਾਂ ਬਾਲਾ ਗੱਡ ਰਿਹਾ। ਵਿਆਹੀ ਵਰੀ ਨੂੰ ਕੱਢ ਕੇ ਲੈ ਜੂ, ਫਿਰ ਨਾ ਕਹੀਂ ਦੱਸਿਆ ਨਹੀਂ। ਹੁਣ ਜੇ ਮੈਂ ਥੱਲੇ ਜਾ ਕੇ ਗੱਲ ਕੀਤੀ ਬਾਪੂ ਜੀ ਨਾਲ, ਉਹਨਾਂ ਨੇ ਤਾਂ ਮੇਰੀ ਸਰਵਿਸ ਕਰ ਦੇਣੀ ਹੈ। ਤੂੰ ਐਂ ਕਰ, ਤੂੰ ਥੱਲੇ ਜਾ ਅਤੇ ਕਹਿ ਦੇਈਂ ਮੈਨੂੰ ਕੁੜੀ ਪਸੰਦ ਨਹੀਂ। ਵੈਸੇ ਕੀ ਨਾਮ ਆ ਜੀ ਚੀਜ਼ਾ ਜੀ ਦਾ? ਵੱਡਾ ਕਲਾਕਾਰ ਹੈ, ਪਹਿਲੇ ਮਿੰਨੀ ਮੁੰਨੀ ਬਸ ਦੀਆਂ ਗੱਲਾਂ ਕਰਦਾ ਸੀ, ਹੁਣ ਤਾਂ ਰੇਂਜ ਰੋਵਰ ਹੈ ਉਹਦੇ ਕੋਲ। ਜੱਸੀ ਗਿੱਲ, ਤੂੰ ਬਾਲੇ ਗੈਸ ਗੂਸ ਨਾ ਮਾਰ, ਹੁਣ ਜਾ ਥੱਲੇ ਜਾ। ਮੈਂ ਨਾ ਤਾਂ ਕਰ ਦਿੰਦਾ, ਤੁਸੀਂ ਮੇਰੀ ਪਲੀਜ਼ ਇੱਕ ਫੋਟੋ ਕਰਾ ਦੋਗੇ ਉਹਦੇ ਨਾਲ? ਚੱਲ ਸੋਚਾਂਗੇ, ਜਾ ਤੇ ਸਹੀ। ਸੱਚੀ ਚਿੱਟੀ ਲਾਲ ਸਰ, ਹੁਣ ਮੇਰੀ ਜਾਨ ਖਾਈ ਜਾਂਦੇ ਸੀ, ਕਹਿੰਦੇ ਕੁੜੀ ਜੀ ਕਮੀ ਦੱਸ, ਆਪਾਂ ਕਾਰ ਚ ਉਤਰੇ ਬੱਸ ਫੜ ਲਈ। ਚੰਗੀ ਹੋਈ, ਆਈ ਹੋਣਾ ਚਾਹੀਦਾ ਤੇਰੇ ਵਰਗੇ ਨਾਲ। ਮੇਰੇ ਵਰਗੇ ਨਾਲ ਕਿਉਂ, ਮੈਂ ਕੀ ਮਾੜਾ ਕੀਤਾ ਤੇਰੇ ਨਾਲ? ਕੀਤਾ ਕੀ ਆ, ਤੈਨੂੰ ਪਤਾ ਤੂੰ ਪ੍ਰਪੋਜ਼ ਮਾਰਿਆ ਮੈਨੂੰ। ਪ੍ਰਪੋਜ਼? ਹਾਂ ਤੈਨੂੰ। ਹਾਂ ਕਦੋਂ? ਮੈਨੂੰ ਸੁਪਨਾ ਆਇਆ ਸੀ ਕਿ ਆਪਾਂ ਬੱਸ ਚੋਂ ਉਤਰੇ ਤੇ ਤੂੰ ਮੇਰੇ ਨਾਲ ਯਾਰੀ ਲਾਉਣ ਨੂੰ ਫਿਰਦਾ ਸੀ, ਮੈਂ 4 ਗਾਣਾ ਸਰਕਾਤੀਆਂ, ਪਰ ਤੂੰ ਤਾਂ ਜੋਕ ਵਾਂਗੂ ਚਿੰਬੜ ਹੀ ਗਿਆ, ਮੇਰੀ ਜਾਨ ਨੂੰ ਤਾਂ ਸਿਆਪਾ ਹੀ ਪੈ ਗਿਆ ਸੀ। ਸ਼ੁਕਰ ਹੈ ਬਾਬੇ ਦਾ, ਨੀਂਦ ਖੁੱਲ ਗਈ। ਵੈਰੀ ਨਾਈਸ, ਆਪ ਹੀ ਸੁਪਨਾ ਦੇਖਿਆ, ਆਪ ਹੀ ਪ੍ਰਪੋਜ਼ ਮਰਵਾਤਾ ਤੇ ਆਪ ਹੀ ਨਾ ਕਰਕੇ ਮੈਨੂੰ ਕੱਚੇ ਜਲਾਤਾ, ਹੈਂ? ਉੱਪਰ ਥੱਲੇ ਜਿਹੜੀ ਚੀਕ ਮਾਰ ਕੇ ਮੇਰੇ ਛਿੱਤਰ ਪਾਉਣੇ ਸੀ ਉਹ ਅਲੱਗ। ਵਾਹ ਨੀ ਕੁੜੀਏ, ਮੰਨ ਗਏ ਤੈਨੂੰ, ਵੈਰੀ ਨਾਈਸ।
आई है फिर। ओए हाथ पीछे कर, हाय हेलो वाली कुड़ी ना समझ, तीन पंच कीती ना धक्का मार के बस तो सेड़ दूं मैं। देखता ले पहला। ओए बबल गम। हां थैंक यू। ना पहला किने के सिटे आ, तू पीजीआई जी नर्स तां लगी किते। आए हाय तेनू बड़ा पता पीजीआई दी नर्सां दा ना, मैं तां हाईलाइट करन चली आ। ਨਾਲੇ ਮੈਂ ਤੈਨੂੰ ਕਿਉਂ ਦੱਸਾਂ। ਅੱਛਾ ਤਾਂ ਹੀ ਸਾਡੇ ਵਰਗੇ ਵਿਹਲੇ ਘੁੰਮਦੇ ਆ। ਇੱਕ ਤਾਂ ਪੰਜਾਬ 'ਚ ਪਹਿਲੇ 1000 ਪਿੱਛੇ 800 ਕੁੜੀ ਆ, ਆ 100-200 ਬਾਹਰ ਚਲੇ ਜਾਂਦੀ ਆ, ਰਹਿ ਗਈ 600, ਉਹ 600 ਪਿੱਛੇ ਅਸੀਂ ਛਿੱਤਰੋ ਛਿੱਤਰੇ ਹੋਏ ਫਿਰਦੇ ਹਾਂ। ਹਜੇ ਕੀ ਹੈ ਪੁੱਤ, ਖੜ ਜਾ 4 ਸਾਲ, ਜੇ ਇਹੀ ਹਾਲ ਰਿਹਾ ਨਾ ਹੁਣ ਜੋ ਕਹਿ ਦਿੰਦੇ ਹੁੰਦੇ ਹੋ, ਕਿੱਲੇ ਪਿੱਛੇ 1.25 ਲੱਖ ਦਾ ਰੇਟ ਹੈ ਜੀ, ਬਸ ਗੱਲਾਂ ਹੀ ਰਹਿ ਜਾਣਗੀਆਂ। ਨਾ ਪੱਲਿਓ ਦੇ ਕੇ ਵਿਆਹ ਕਰਵਾਉਣੇ ਪਏ ਤਾਂ ਮੈਨੂੰ ਕਹਿ ਦੀ। ਆ ਦਾਜ ਦੂਜ ਆਪਾਂ ਨਹੀਂ ਲੈਂਦੇ, ਆਪਾਂ ਸਖ਼ਤ ਖਿਲਾਫ ਆ ਦਾਜ ਦੇ। ਓਏ ਤੂੰ ਤਾਂ ਬੜਾ ਚੰਗਾ ਹੋ ਗਈ, ਮੈਂ ਇੰਪ੍ਰੈਸ, ਹੁਣ ਕਿਹੜਾ ਮੈਂ ਤੇਰੇ ਨਾਲ ਵਿਆਹ ਕਰਵਾ ਲੂੰ, ਬਾਲਾ ਸਿਆਣਾ ਜਿਹਾ ਬਣਨ ਦੀ ਲੋੜ ਨਹੀਂ, ਚੁੱਪ ਕਰਕੇ ਬਹਿ ਜਾ। ਇੰਨੀ ਆਕੜ। ਐਸੀ ਕੁੜੀ ਸੋਹਣੀ ਵੀ ਆਕੜ ਨਾਲ ਹੀ ਲੱਗਦੀ ਆ। ਬਸ ਬਸ ਰੋਕ ਲੈ, ਹੁਣ ਗਾਹਾਂ ਕਿੱਧਰ ਦੱਬੀ ਜਾਂਦਾ। ਜਾਂਦਾ ਜਾਂਦਾ ਚਾਉਂ ਜਿਹਾ ਸੱਚੀ ਪ੍ਰਪੋਜ਼ ਨਾ ਮਾਰ ਦੇ, ਹੋਰ ਚੁੱਪ ਖੜਾ ਕਰੂੰ। ਬਕਾਇਆ ਦੇ ਕਿੰਨੇ ਆ? 50 ਰੁਪਏ ਜੀ। ਐਵੇਂ ਜਨਤਾ ਮਾਰੀ ਜਾਂਦੀ ਆ ਕਿ ਪਹਿਲੀ ਵਾਰ ਵਾਲਾ ਪਿਆਰ ਸੱਚਾ ਹੁੰਦਾ, ਮੈਨੂੰ ਤਾਂ ਮੇਰਾ ਤੀਜੀ ਵਾਰ ਵਾਲਾ ਪਹਿਲੀ ਵਾਰ ਨਾਲੋਂ ਜ਼ਿਆਦਾ ਸੱਚਾ ਲੱਗਦਾ। ਆ ਜਾ ਛੇਤੀ ਕਰੋ ਵੀ, ਛੇਤੀ ਕਰੋ। ਸਤਿ ਸ਼੍ਰੀ ਅਕਾਲ ਜੀ, ਸਾਡੀ ਤਾਂ ਡਿਊਟੀ ਲੱਗੀ ਹੋਈ ਹੈ ਜੀ ਸਰਕਾਰ ਵੱਲੋਂ, ਅਸੀਂ ਤਾਂ ਸਵਾਰੀ ਦਾ ਆਦਰ ਮਾਣ ਕਰਨਾ ਹੀ ਹੁੰਦਾ। ਆ ਜਾ ਕੰਮ ਕਰ। ਕੁਛ ਨਹੀਂ। ਨਾ ਦੱਸ, ਇੰਨਾ ਮੁੜ ਮੁੜ ਕੇ ਕੁਛ ਤਾਂ ਵੇਂਦਾ ਹੀ ਹੋਏਗਾ। ਕੁਛ ਨਹੀਂ, ਵੈਸੇ ਹੀ। ਕੀ ਵੈਸੇ? ਸਭ ਪਤਾ ਮੈਨੂੰ, ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਤੇਰੇ ਵਰਗਿਆਂ ਨੂੰ। ਆਈ ਸੋਚਦਾ ਹੋਏਗਾ ਨਾ 232 ਲੈ ਕੇ ਆ ਗਈ। ਨਹੀਂ, ਆਸਾਨ ਤਾਂ ਅੱਜ ਤੱਕ ਨਹੀਂ ਰੱਖਿਆ ਪਾਲੀ ਨੇ ਕਿਸੇ ਦਾ। ਹਾਂ ਅਚਕ ਤੇਰੇ ਪੂਰੇ 234, 220 ਟਿਕਟ ਦੇ, 12 ਚਾਹ ਦੇ, ਆ 2 ਬਬਲ ਗਮ ਦੇ। ਚੰਗਾ, ਸਤਿ ਸ਼੍ਰੀ ਅਕਾਲ। ਹੈਲੋ, ਹਾਂ ਠੀਕ ਠਾਕ ਪਹੁੰਚ ਗਈ ਸੀ, ਇੱਕ ਸ਼ਰੀਫ ਜਿਹਾ ਮੁੰਡਾ ਮਿਲ ਗਿਆ ਸੀਗਾ। ਮੈਂ ਵੀ ਕੁੱਤਾ ਜਿਹਾ ਬਣ ਕੇ ਨਾ ਬੱਸ ਦੇ ਮਗਰੀ ਚੜ ਗਿਆ। ਅੱਛਾ ਲੈ ਇਕੜਾ ਕਿਕੜਾ। ਅੱਛਾ ਐਂ ਦੱਸ, ਟੋਟਾ ਘੜਤੀ ਹੋਏ ਬਾਲਾ ਹੀ ਘੜ, ਕੰਨ ਤੇ ਮਾਰੂ ਸਾਲੇ ਦੇ ਭਰਜਾਈ ਨੂੰ ਟੋਟਾ ਦੱਸਦਾ। ਸੱਚਾ ਪਿਆਰ ਆ ਮੇਰਾ? ਸੱਚਾ ਪਿਆਰ ਵੀ ਤੈਨੂੰ ਗਾਜਰ ਬੂਟੀ ਵਾਂਗੂ ਥਾਂ ਥਾਂ 'ਤੇ ਹੋ ਜਾਂਦਾ। ਉਹ ਨਹੀਂ ਯਾਰ, ਜਿਹਦੇ ਨਾਲ ਪਹਿਲਾਂ ਪਿਆਰ ਹੋਇਆ ਸੀਗਾ, ਬਾਪੂ ਨੇ ਤਾਂ ਰੱਖੜੀ ਬਣਾਤੀ, ਕਹਿੰਦਾ ਭੈਣ ਲੱਗਦੀ ਆ ਗਿੱਲਾਂ ਦੀ ਕੁੜੀ ਆ। ਉਹ ਦੂਜੀ ਜਦੋਂ ਵਿਆਹ ਹੋਣ ਲੱਗਿਆ ਨਾ ਤਾਂ ਮੇਰੇ ਵਰਗੇ 5-7 ਗਲੀ 'ਚ ਗਾਲਾਂ ਕੱਢਦੇ ਫਿਰਦੇ ਸੀ। ਪਰ ਇਸ ਵਾਰ ਬਾਈ ਸੱਚਾ ਪਿਆਰ ਆ ਸੱਚੀ। ਅੱਛਾ ਗਿੱਲ ਬਾਈ, ਇਹਦਾ ਵੀ ਬੜੇ ਗਲਤ ਟਾਈਮ ਤੇ ਫੋਨ ਆਉਂਦਾ। ਹੈਲੋ, ਹਾਂ ਯਾਰ ਮੈਂ ਕਿਤੇ ਬਿਜ਼ੀ ਹਾਂ, ਤੈਨੂੰ ਬਾਅਦ 'ਚ ਫੋਨ ਕਰਦਾ। ਫਿਰ ਮੈਂ ਨਾ, ਇੱਕ ਮਿੰਟ ਪਿੰਕੀ ਮੈਂ ਬਿਜ਼ੀ ਹਾਂ ਯਾਰ, ਕਿਤੇ ਬੈਠਾ ਮੈਂ ਤੈਨੂੰ ਫੇਰ ਫੋਨ ਕਰਦਾ, ਕਿਉਂ ਮੇਰਾ ਦਿਮਾਗ ਚੱਟੀ ਜਾਂਦੀ ਹੈ। ਜਿੱਥੇ ਮਰਜ਼ੀ ਜਾ ਦਫਾ ਹੋ, ਚੜੇਲ ਕਿਸੇ ਥਾਂ ਦੀ। ਉਹ ਫੇਰ ਨਾ ਤੁਹਾਡੇ ਬਾਈ ਤੇ ਸੌਣ ਦੇ ਸ਼ਰਾਟੇ ਵਾਂਗੂ ਵਰ ਗਈ। ਨਾ ਨਾ, ਆਪਾਂ ਤਾਂ ਪੈਰਾਂ ਤੇ ਪਾਣੀ ਵੀ ਨੀ ਪੈਣ ਦਿੱਤਾ। ਹਾਂ ਪਾਲੀਆ ਨਾ, ਉਹਦਾ ਘੈਂਟ ਲੱਗਦਾ ਨਾ ਪਾਲੀ ਦੇ ਪਰਵਾਨ। ਸੱਚੀ ਦੱਸਾਂ ਗਿੱਲ ਬਾਈ, ਮਨ ਤਾਂ ਔਖਾ ਲੱਗਦਾ ਸੀ। ਆ ਮੋਨਾ ਸਵੀਟੀ ਇਹ ਤਾਂ ਝੱਟ ਫਸ ਜਾਂਦੀਆਂ ਨੇ, ਪਰ ਆ ਪਾਲੀ ਸੱਤੀ ਸੁੱਖੀ ਇਹਨਾਂ ਕੇ ਮਗਰ ਤਾਂ ਵੀਰ ਧੱਕੇ ਆ, ਇਹ ਨਹੀਂ ਫਸਦੀਆਂ। ਉਹ ਕਾਲੀ ਜੀ ਵਾਲਾ, ਕਦੇ ਤਾਂ ਭੈੜੇ ਮੂੰਹ 'ਚ ਚੱਜ ਦੀ ਗੱਲ ਕੱਢ ਲਿਆ ਕਰ, ਆਪ ਤਾਂ ਕਦੇ ਆਂਟੀ ਨਹੀਂ ਛੇੜ ਕੇ ਦੇਖੀ, ਗੱਲਾਂ ਕਰਦਾ ਬੜੀਆਂ ਬੜੀਆਂ, ਥਪੜਾ ਮਰੂ ਕੰਨ ਤੇ। ਲੈ ਇਕੜਾ ਕਿਕੜਾ,
ਬਨ ਬੋਮਨ ਮੈਂ ਨਾਲ ਮੈਂ ਨਾ ਮੈਂ ਤੇਰੇ ਵਾਂਗ ਕੁੜੀਆਂ ਤੋਂ ਪੈਸੇ ਨਹੀਂ ਖਾਂਦਾ ਬੰਦੇ ਕਾ ਜ਼ਮੀਰ ਵੀ ਕੁਛ ਹੁੰਦਾ ਸਰਤ ਲਾ ਲਓ ਇਹ ਕੁੜੀ ਨਹੀਂ ਫਸਦੀ ਕੁੜੀ ਤਾਂ ਚਾਹੇ ਫਸੇ ਨਾ ਫਸੇ ਪਰ ਪੁੱਤ ਤੂੰ ਜ਼ਰੂਰ ਫਸ ਗਿਆ ਲੈ ਐਕੜਾ ਕਿੱਕਣਾ ਦੱਸ ਬਈ ਕਿੱਕਣਾ ਹਾਂ ਕਿੱਕਣਾ ਹੈਲੋ ਪਿੰਕੀ ਬੂਗੀ ਮੇਰਾ ਸ਼ੋਨੂ ਲੈ ਦੱਸ ਫਿਰ ਕੀ ਹੋ ਜਾ ਮੈਂ ਤੈਨੂੰ ਗੁੱਸਾ ਕੀਤਾ ਪਿਆਰ ਵੀ ਤਾਂ ਮੈਂ ਤੈਨੂੰ ਕਿੰਨਾ ਕਰਦਾ ਅੱਜ ਆਏਂਗੀ ਨਾ ਮਿਲਣ ਜਿੱਦ ਨਾ ਕਰਿਆ ਕਰ ਪੁੱਤ ਹਾਂ ਸੱਚ ਕੱਲ੍ਹ ਨਾ ਮੈਂ ਅਲਾਂਟੇ ਮਾਲ ਵਿੱਚ ਇੱਕ ਬੂਟ ਦੇਖੇ ਓਨਲੀ 12,999 ਦਾ ਯਾਰ ਤੂੰ ਇੱਦਾਂ ਕਰੀ ਆਪਣੀ ਮੰਮੀ ਵਾਲਾ ਕ੍ਰੈਡਿਟ ਕਾਰਡ ਲੈ ਆਈ ਠੀਕ ਹੈ ਨਾ ਹੈਲੋ ਬੂਗੀ ਉਹ ਕਿੱਥੇ ਮਰ ਗਈ ਤੈਨੂੰ ਪੈ ਜੇ ਪਟਮੇੜੀ ਹੈਲੋ ਹਾਂਜੀ ਪ੍ਰਤੀਕ ਆਈਲੈਟਸ ਹਾਂਜੀ ਪਾਲੀ ਨਾਲ ਗੱਲ ਕਰਵਾ ਸਕਦੇ ਹੋ ਜੀ ਮੈਂ ਉਹਨਾਂ ਦੇ ਪਿੰਡੋਂ ਬੋਲਦਾ ਫੋਨ ਸਵਿਚ ਆਫ ਆਈ ਜਾਂਦਾ ਉਹਨਾਂ ਦਾ ਸਰ ਆਪ ਨਾ ਆਪਣਾ ਕੰਮ ਕਰੋ ਐਸੇ ਤੋਂ ਹਮੇ ਲੜਕੀਓਂ ਕੇ ਪਿੰਡੋਂ ਸੇ ਰੋਜ਼ ਫੋਨ ਆਤੇ ਹੈ ਅਗਰ ਹਮ ਐਸੇ ਨੰਬਰ ਦੇਣੇ ਲੱਗ ਗਏ ਤੋ ਸਾਡਾ ਤੋ ਸਰ ਗਿਆ ਸਨੀ ਲਿਓਨੀ ਇਜ਼ ਡੂਇੰਗ ਅ ਨਿਊ ਹਿੰਦੀ ਮੂਵੀ ਉਹ ਥੋਡੀ ਉਹ ਭੈਣ ਨੂੰ ਇਹ ਨਹੀਂ ਹੜਦੀ ਮਾਂ ਕੀਤੀ ਉਹ ਕੀ ਕਰਦਾ ਪੰਜਾਬੀ ਤੈਨੂੰ ਸਹੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਤੀ ਤੀ ਦੇ ਲੱਗਦੇ ਆ ਆ ਜੱਫਾ ਪਾਇਆ ਅੰਗਰੇਜ਼ੀ ਅਖਬਾਰ ਨੂੰ ਚੱਲ ਮੇਰੇ ਨਾਲ ਇੱਕ ਕੰਮ ਜਾ ਕੇ ਹੁਣ ਆਪਾਂ ਲੱਕੜਾ ਕਿੱਕਣਾ ਕੰਮ ਬਾਅਦ ਮੈਂ ਦੱਸੀ ਪਹਿਲਾਂ ਐਂਦਾ ਸਿਖਵਾਏਗਾ ਕੀ ਭੁੱਖ ਬਹੁਤ ਲੱਗੀ ਪੀਤੀ ਯਾਰ ਪੀਜ਼ਾ ਖਾਏਗਾ ਪੀਜ਼ਾ ਹਾਂ ਚੱਲ ਚੱਲ ਆ ਜਾ ਮਕਡੋਨੀ ਵੀ ਖਾਊਂਗਾ ਹਾਂ ਪਾਸਤਾ ਵੀ ਤੇਰਾ ਢਿੱਡਾ ਘਟਵਾ ਕੋੜੀ ਵਾਲਾ ਪੱਤਾ ਵੀ ਨਿੰਬੂ ਪਾ ਕੇ ਹਾਂ ਇਕਨੋਮਿਕਸ ਦਾ ਪ੍ਰੋਜੈਕਟ ਹੋ ਗਿਆ ਤੇਰਾ ਕੰਪਲੀਟ ਨਹੀਂ ਯਾਰ ਹਜੇ ਪਿਆ ਹੈ ਥੋੜਾ ਯਾਰ ਨਹੀਂ ਆ ਦੇਖੋ ਕਿਵੇਂ ਦੋ ਦੋ ਹੱਥਾਂ 'ਚ ਫੜੀ ਬੈਠਾ ਹੈ ਬੜੀ ਮਾੜੀ ਨੀਂਦ ਦਾ ਯਾਰ ਜਿਵੇਂ ਕੁਝ ਦੇਖੇ ਨਹੀਂ ਹੁੰਦਾ ਕਦੇ ਕਿਆ ਹੈ ਆਪ ਤਾਂ ਚਾਰ ਚਾਰ ਰੱਖੀ ਬੈਠਾ ਯਾਰ ਇਹਨਾਂ 'ਚ ਤਾਂ ਕੋਈ ਨਹੀਂ ਗੀ ਲੈ ਇਕਣਾ ਕਿਕਣਾ ਗਿੱਲ ਬਾਈ ਟੈਨਸ਼ਨ ਨਾ ਲੈ ਅੱਜ ਨਹੀਂ ਤਾਂ ਕੱਲ ਲੱਭਦਾਂਗੇ ਇਹਦੇ ਤੇ ਨਾ ਰਹੀ ਇਹ ਕਣਕ ਕਣਾ ਜਾਂ ਤਾਂ ਕਿਤੇ ਤੈਨੂੰ ਡੈਡਾ ਨਾਲ ਲੱਭ ਕੇ ਦੇ ਦੇ ਮੂੰਹ ਤਾਂ ਦੇਖਦਾ ਜੇ ਮੈਂ ਹਿੰਦੀ 'ਚ ਕੱਚੀ ਪੁੱਛੋ ਲਿਖਿਆ ਹੁੰਦਾ ਕਿਆ ਬਾਈ ਤੂੰ ਆਸ਼ਕ ਹੈ ਕੁੜੀ ਦੇਖ ਪੀਜ਼ਾ ਸੀ ਆਪੇ ਦੇਖ ਲਾਂਗੇ ਕੀ ਵੇਨਾ ਹੈ ਬੀਬਾ ਰੱਬ ਦਾ ਕਹਿਰ ਵੇਨਾ ਬੱਠਲਾਂ ਨਾਲ ਹੁਸਨ ਡੋਲਿਆ ਤੁਹਾਡੇ ਤੇ ਗਾਉਣਾ ਆਉਂਦਾ ਤੂੰ ਸੇਵਾ ਨਾ ਕਰਾ ਲਈ ਮੇਰੇ ਤੋਂ ਮੈਂ ਤੈਨੂੰ ਦੱਸਾਂ ਉਹ ਮੈਡਮ ਗਾਉਣ ਦੀ ਗੱਲ ਛੱਡੋ ਉਹ ਤਾਂ ਮੈਂ ਤੁਹਾਨੂੰ ਸਿਖਾ ਹੀ ਦੇਣਾ ਪਰ ਜਿੱਡਾ ਨਖਰਾ ਤੁਹਾਡੇ ਚਿਹਰੇ ਤੇ ਨਾ ਇਹਨੇ ਇੱਕ ਦਿਨ ਤੁਹਾਨੂੰ ਸਟਾਰ ਬਣਾਉਣਾ ਆਪਾਂ ਲਾਇਆ ਕਰਾਂਗੇ ਖਾੜੇ ਬਣਾਵਾਂਗੇ ਜੋੜੀ ਨਹੀਂ ਟਿਕਦਾ ਨਾ ਤੂੰ ਮੈਨੂੰ ਲੱਗਦਾ ਮੈਡਮ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਮੈਡਮ ਦੁਰਗਾ ਰੰਗੀਲਾ ਤੋਂ ਲੈ ਕੇ ਸਾਬਰਕੋਟੀ ਤੱਕ ਸਾਰੇ ਸਿੰਗਰਾਂ ਦੇ ਪਿੱਛੇ ਮੈਂ ਗਾਇਆ ਆਪਣੇ ਦੁਰਗਾ ਰੰਗੀਲਾ ਦਾ ਗਾਣਾ ਨੀ ਹੋ ਰਾਤੀ ਟੁੱਟ ਗਈ ਨੀ ਦਿਨ ਆਈ ਕਾਲੀ ਕਹਾਣੀ ਮਿੱਤਰਾਂ ਦੀ ਉਸ ਤੋਂ ਬਾਅਦ ਜਿਹੜਾ ਆਉਂਦਾ ਨੀ ਹਾਏ ਕਾਲੀ ਕਹਾਣੀ ਮਿੱਤਰਾਂ ਦੀ ਉਹ ਮੈਂ ਹੀ ਤੇ ਕਿਹਾ ਆਪਣੇ ਉਸਤਾਦ ਪੰਮੀ ਬਾਈ ਨੀ ਮੈਂ ਪਾਣੀ ਭਰਦੀਆਂ ਉਹ ਚੀਚੀ ਦਾਸ ਨੇ ਕੀਤਾ ਮੈਮ ਓਏ ਤੂੰ ਕੰਮ ਕਰ ਆਪਦਾ कैसे हो आप सारे मारी सेल्फ सॉरी सॉरी मेरा मतलब माय सेल्फ सत श्री अकाल जी तू इत्थे किवें ਨਾ ਹੁਣ ਤੇਰਾ ਕੀ ਮਤਲਬ ਸਾਰੀ ਉਮਰ ਬੱਸਾਂ 'ਚ ਹੀ ਸਿਟੀਆਂ ਵੀ ਆਉਂਦੇ ਫਿਰੀ ਜਾਈਏ ਸਾਡਾ ਨਹੀਂ ਜੀ ਕਰਦਾ ਜਹਾਜ਼ਾਂ ਝੂਟੇ ਲੈਣ ਨੂੰ ਆ ਮੈਂ ਬਸ ਇੱਕ ਬੇਨਤੀ ਹੈ ਕਿਸੇ ਨੂੰ ਦੱਸੀ ਨਾ ਤੈਨੂੰ ਵੱਡੇ ਮਹਾਰਾਜ ਦੀ ਸੌਣ ਲੱਗੇ ਵੈਸੇ ਕਿੰਨੇ ਕੁ ਵਜੇ ਆ ਜਾਣਗੇ ਤੇਰੇ ਵਜੇ ਆ ਮੈਂ ਉਹ ਮੇਰਾ ਮਤਲਬ ਬੈਂਡ 6-7 ਆ ਹੀ ਜਾਣਗੇ ਲੈ ਫਿਰ ਬਰਾਤ ਵਾਸਤੇ ਇੰਨੇ ਕੁ ਬਹੁਤ ਹੁੰਦੇ ਨੇ ਜੱਟ ਨਾਲ ਚਾਰ ਲਾਵਾਂ ਲੈ ਲੈ ਆਪਾਂ ਵਿਆਹ ਕਰਾਉਂਦੇ ਆ ਸਾਰਾ ਖਰਚਾ ਮੇਰਾ ਆਪਾਂ ਬਾਹਰ ਚੱਲਦੇ ਆ ਉੱਥੇ ਜਾ ਕੇ ਤੂੰ ਆਪਦਾ ਗੋਰਾ ਲੱਭ ਲਈ ਮੇਰੇ ਵਾਸਤੇ ਗੋਰੀ ਮੈਮ ਵੱਟ ਤੇ ਪਈ ਆ ਕੀ ਗੱਲ ਜੱਚੀ ਨਹੀਂ ਗੱਲ ਪਰੇ ਹੋ ਕੇ ਬਹਿ ਜਾ ਪਿੱਛੇ ਆਇਆ ਨਾ ਸਾਰਿਆਂ ਨੂੰ ਦੱਸ ਦੋ ਤੂੰ ਕੰਡਕਟਰ ਹੈ ਓਏ ਰੌਲਾ ਨਹੀਂ ਪਾਈ ਹੁੰਦਾ ਮੋਟਰ ਰੱਖੀ ਹੁੰਦੀ ਆ ਇਹਨਾਂ ਗੱਲਾਂ ਦੀ ਹੈਲੋ ਉਹ ਮੈਂ ਕੰਨ ਦੀ ਜੜ ਤੇ ਛੱਡੂ ਵੱਡਾ ਹੋਇਆ ਸ਼ੀਸ਼ੀ ਦਾ ਵੱਡਾ ਪੰਮੀ ਬਾਈ ਹੈਲੋ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਗਿੱਲ ਬਾਈ ਆ ਨੂਣ ਵਾਲੀਆਂ ਸੇਵੀਆਂ ਬਾਹਲੀਆਂ ਆਤਾ ਹੋਏ ਬਾਹਲਾ ਭੁੱਖੜਾ ਯਾਰ ਤੂੰ ਤਾਂ ਖਾਣ ਸੂਰਾ ਨਾ ਹੋਵੇ ਚੁੱਪ ਕਰਕੇ ਐਵੇਂ ਯਾਰ ਮੈਨੂੰ ਇੰਨਾ 'ਚ ਵੀ ਨਹੀਂ ਲੱਗਦੀ ਕੋਈ ਉਹ ਹੁਣ ਜੇ ਉਹ ਨਹੀਂ ਆਈ ਇਹਨਾਂ 'ਚ ਦੇਖ ਲੈ ਕੋਈ ਹੁਣ ਆਏ ਤਾਂ ਹੈਗਾ ਕੋਈ ਤਾਂ ਫਾਇਦਾ ਹੋਵੇ ਲੈ ਐਕੜਾ ਕਿੱਕਣਾ ਉਹ ਗਿੱਲ ਬਾਈ ਮੈਨੂੰ ਤਾਂ ਝੂਠੀ ਲੱਗਦੀ ਤੀ ਤੈਨੂੰ ਕੱਪ ਤਾਂ ਨਹੀਂ ਮਾਰਦੀ ਤੀ ਕੀ ਹੋਏ ਮੈਨੂੰ ਲੱਗਦਾ ਤੈਨੂੰ ਸਰਵਿਸ ਦੀ ਲੋੜ ਆ ਸਕੂਟਰੀ ਜੇ ਕੰਬਲ ਹੁੰਦਾ ਤੇਰੀ ਕਟਾਈ ਪੱਕੀ ਸੀ ਐਕੜਾ ਕਿੱਕਣਾ ਹੈਲੋ ਹਾਂਜੀ ਬੇਬੀ ਹਾਂ ਪਿੰਕੀ ਆ ਗਈ ਬੁੱਗੀ ਲਾਂਟੇ ਮਾਲ ਬੇਬੀ ਮਨਾ ਕਰ ਦਈਏ ਲੈ ਹੁਣ ਤੇਰੀ ਬੇਬੇ ਦਾ ਮੈਂ ਠੇਕਾ ਲਿਆ ਯਾਰ ਲਿਸਨ ਬੇਬੀ ਕਮਾਲ ਹੈ
ਜਦੋਂ ਦਾ ਤੂੰ ਸਮੋਸੇ ਖਾਣੇ ਹੁੰਦੇ ਮੇਰੇ ਕੋਲੋਂ ਉਹ ਤਾਂ ਭੱਜੀ ਭੱਜੀ ਆਉਣੀ ਹੈ। ਹੈਂ, ਅੱਜ ਮੈਂ ਮਾੜੇ ਜਿਹੇ ਬੂਟਕੀ ਮੰਗ ਲਏ ਤੈਨੂੰ ਸੱਪ ਹੀ ਲੜ ਗਿਆ। ਸੁਣੋ ਤਾਂ ਸਹੀ, ਉਹ ਮੈਂ ਤੇਰਾ ਮੂੰਹ ਹੀ ਮੂੰਹ ਕੁੱਟੂ? ਨਹੀਂ ਸੱਚੀ, ਝੂਠ ਨਾ ਬੋਲ ਮੇਰੇ ਨਾਲ। ਓਕੇ, ਬਾਅਦ ਚ ਗੱਲ ਕਰਦੇ ਆ, ਬਾਏ। ਉਕੀਲ ਭਾਈ, ਉਹਨੂੰ ਛੱਡ ਤੂੰ, ਉਹ ਸੰਗਤਰੀ ਚੁੰਨੀ ਵਾਲੀ ਦੇਖ ਵਾਲੀ, ਉਹ ਅੱਤ ਹੈ। ਊ ਕੇ ਪਾ ਨੂੰ ਟਰਾਈ ਮਾਰ ਕੇ ਦੇਖ। ਪਿੰਡ ਕਿਹੜਾ ਬਈ? ਉਹ ਕਾਕਾ ਪਿੰਡ ਕਿਹੜਾ? ਪਿੰਡ ਨੀ ਜੀ ਹੈਗਾ, ਸ਼ਹਿਰ ਆ ਜੀ ਅੰਮ੍ਰਿਤਸਰ। ਅੱਛਾ, ਸ਼ਹਿਰ ਅੰਮ੍ਰਿਤਸਰ। ਲਓ ਫਿਰ ਕਰੋ ਸੈਨ। ਉਹ ਸੈਨ ਕਰੋ ਬਾਈ ਜੀ। ਇਹ ਨੀ ਜੀ ਚਾਹੀਦਾ, ਸਵੇਰ ਵਾਲਾ ਨੀ, ਆਹੀ ਚਾਹੀਦਾ। ਇਹਦੀ ਫੀਸ ਡਬਲ ਲੱਗਣੀ ਆ। ਡਬਲ ਕਿਉਂ ਜੀ? ਕਿਉਂਕਿ ਜਿਹੜੀ ਕੁੜੀ ਮਗਰ ਤੂੰ ਆਇਆ ਨਾ ਕਾਕਾ, ਉਹ ਇਸੇ ਬੈਚ ਪੜ੍ਹਦੀ ਆ। ਨਾ ਤੁਹਾਨੂੰ ਕੀ ਪਤਾ ਮੈਂ ਕੁੜੀ ਪਿੱਛੇ ਆਇਆ ਜੀ? ਇਹੋ ਜਿਹਾ ਨੀ ਹੈਗਾ ਮੈਂ। 10 ਸਾਲ ਹੋ ਗਏ ਮੈਨੂੰ ਇੰਸਟੀਟਿਊਟ ਚਲਾਉਂਦੇ ਨੂੰ। ਇੱਥੇ ਅੰਗਰੇਜ਼ੀ ਸੈੱਟ ਕਰਨ ਵਾਲੇ ਘੱਟ ਤੇ ਕੁੜੀਆਂ ਸੈੱਟ ਕਰਨ ਵਾਲੇ ਵੱਧ ਆਉਂਦੇ ਆ। ਨਾਲੇ ਤੁਹਾਡੇ ਸਿਰ ਤੇ ਹੀ ਬੈਠੇ ਕਾਕਾ, ਕਮਾਈਆਂ ਕਮੂਈਆਂ ਕਿੱਥੇ ਇੱਥੇ? ਬਸ ਆਈ ਚਲਾਈ ਆ। ਹੁਣ ਦੇਣੇ ਕਿੰਨੇ ਆ? ਡਬਲ ਡਬਲ। ਸਾਰੀਆਂ ਬਾਹਰ ਜਾਈ ਜਾਂਦੀਆਂ ਨੇ ਜੀ, ਹੁਣ ਵਿਆਹ ਤਾਂ ਕਰਾਉਣਾ ਹੀ ਆ। ਇੱਥੇ ਨੀ ਤਾਂ ਉੱਥੇ ਸੀ। ਆਪਾਂ ਇੱਥੇ ਵੀ ਆ ਗਏ। ਉਹ ਤੂੰ ਗੱਲ ਸੁਣ, ਇਹਦੇ ਲੱਛਣਾਂ ਤੈਨੂੰ ਪਤੀ ਆ, ਅੱਜ ਤੋਂ ਬਾਅਦ ਤੈਨੂੰ ਘਰੇ ਛੱਡਣ ਦੀ ਜ਼ਿੰਮੇਵਾਰੀ ਮੇਰੀ। ਉਹ ਨਾ ਬਾਈ, ਏਦਾਂ ਨਾ ਕਰੋ, ਉਹ ਇਸ ਬੀਬਾ ਨਾਲ ਤਾਂ ਮੇਰਾ ਪਹਿਲਾਂ ਸੁਰ ਮਿਲਿਆ ਆ। ਓ ਮੈਂ ਤਾਂ ਬਣਾਉ ਇਹਨੂੰ ਕਾਰਬੀ। ਤੂੰ ਮਤਲਬ ਕਣਤ ਨਾ ਖਾਲੀ ਵੱਡਾ ਬੰਟੀ ਬੈਂਸ। ਗੱਲ ਸੁਣ ਲਓ, ਤੁਸੀਂ ਦੋਨੇ ਮੇਰੀ ਸਹੇਲੀ ਆ ਮੇਰੀ ਇਹ। ਅੱਜ ਤੋਂ ਬਾਅਦ ਆਸ ਪਾਸ ਵੀ ਦੇਖੇ ਨਾ, ਟਾਈਮ ਚੱਕਣਾ ਤੁਹਾਡਾ। ਓਏ, ਅੱਜ ਤਾਈ ਅਸੀਂ ਸਵਾਰੀ ਟਾਈਮ ਤੇ ਨਹੀਂ ਚੱਕੀ, ਤੂੰ ਸਾਡਾ ਟਾਈਮ ਚੱਕਣ ਨੂੰ ਫਿਰਦਾ ਹੈ। ਇੱਕ ਮਿੰਟ ਬੀਬਾ, ਗੱਲ ਤਾਂ ਸੁਣਿਓ। ਓਏ, ਤੇਰੀ ਕਿਵੇਂ ਗੱਲ ਸੁਣਿਓ, ਅਸੀਂ ਮਰ ਗਏ? ਐਡੀ ਵੀ ਗੱਲ ਨਹੀਂ। ਓ ਹੈਲੋ, ਐਕਸਕਿਊਜ਼ ਮੀ, ਚੰਡੀਗੜ੍ਹ 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 ਮੇਰੀ ਵੀ ਟਾਈਮ ਕੱਟ ਦੇ। ਓਏ, ਮੈਂ ਤੇਰੀ ਸਹੇਲੀ ਕਦੋਂ ਤੋਂ ਹੋ ਗਈ? ਆ ਗਿਆ ਨਾ ਤੂੰ ਆਪਦੀ ਵਾਲੀ ਤੇ, ਮੈਨੂੰ ਤਾਂ ਪਤਾ ਹੀ ਸੀ ਤੂੰ ਇੱਥੇ ਵੀ ਮੇਰੇ ਪਿੱਛੇ ਆਇਆ। ਮੈਂ ਇਹਨਾਂ ਚੱਕਰਾਂ ਤੋਂ ਕੋਹਾਂ ਦੂਰ ਆ, ਆਈ ਸਮਝ? ਭੁਲੇਖੇ ਚ ਨਾ ਰਹੀ, ਆ ਜਿੰਦੇ ਚ ਫਟ ਕੇ ਹੱਚ ਦੇ ਦੂੰ। ਹਾਂ, ਗੱਲ ਸੁਣ ਲਓ ਜੀ ਮੇਰੀ, ਅੱਜ ਤਾਂ 2 ਆਉਂਦੇ ਆ, ਕੱਲ ਨੂੰ 50 ਆਉਣਗੇ ਨਾ ਵਰਗੇ। ਸੁਖਨਾ ਬਥੇਰੇ ਤੁਰੇ ਨੇ ਘਰਦਿਆਂ ਨੇ ਬੁਲਟ ਦੇ ਕੇ ਸੋਹਣੇ ਸੋਹਣੇ ਕੁੜੇ ਛੇੜਨ ਨੂੰ। ਮੈਂ ਤਾਂ ਤੁਹਾਡੀ ਜਾਨ ਬਚਾਈ ਹੈ ਨਾ ਤੂੰ, ਜੇ ਇਹੀ ਗੱਲ ਆ ਨਾ ਜੀ, ਮੈਂ ਕੱਲ੍ਹ ਤੋਂ ਆਪਣਾ ਬੈਚ ਚੇਂਜ ਕਰ ਲੈਣਾ। ਹਾਂ, ਸਤਿ ਸ਼੍ਰੀ ਅਕਾਲ ਜੀ। ਉਹ ਅੱਛਾ ਜੀ, ਮੈਡਮ ਇੱਕ ਤਾਂ ਮੈਨੂੰ ਆਹ ਸਮਝ ਨਹੀਂ ਆਉਂਦੀ ਵੀ ਇਹਨਾਂ 'ਤੇ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ। ਉਹ JBL ਦੇ ਵੱਡੇ ਸਪੀਕਰ ਨਹੀਂ ਆਉਂਦੇ ਬੱਸਾਂ ਦੇ ਵਿੱਚ? ਉਹ ਭਮੱਕੜ ਕਰ ਦਿੰਦੇ ਨੇ ਕੰਨਾਂ 'ਚੋਂ, ਰੋਡ ਤੋਂ ਮਿਲਦੇ ਨੇ ਨਾਲ 30-30 ਦੇ 2 ਤਵੇ ਫ੍ਰੀ। ਉਹ ਤਵੇ ਕੀ ਹੁੰਦਾ ਫ੍ਰੀ? ਹੈਂ, ਮੈਂ ਤੂੰ ਵੀ ਮਾਰ ਕੇ ਇਹਦਾ ਸਿਰ ਪਾੜ ਦੇਣਾ ਮੈਡਮ ਜੀ। ਖਾ ਗਈ ਉਹ ਪਾਇਰਸੀ ਪੰਜਾਬੀ ਸੱਭਿਆਚਾਰ ਨੂੰ। ਮੈਡਮ ਜੀ, ਇੱਕ ਤਾਂ ਮੈਨੂੰ ਇਹਨੇ ਬੜਾ ਭੰਬਲ ਭੂਸੇ 'ਚ ਪਾਇਆ। ਹਾਂ ਦੱਸ, ਕੀ ਪ੍ਰੋਬਲਮ ਹੈ ਤੇਰੀ? ਮੈਡਮ ਜੀ, ਅੰਗਰੇਜ਼ੀ ਵਾਲੀਆਂ ਮੈਡਮਾਂ ਇੰਨੀਆਂ ਸੋਹਣੀਆਂ ਕੁੰਦੀਆਂ। ਸ਼ਟ ਅਪ, ਆਊਟ। ਚਲ ਕੱਢੇਂਗੇ, ਮਜ਼ਾਕ ਕੀਤਾ ਮੈਂ। ਨਾ, ਮਜ਼ਾਕ ਨੂੰ ਤੇਰੀ ਸਾਲੀ ਲੱਗਦੀ ਹੈ ਮੈਡਮ, ਮਜ਼ਾਕ ਕੀਤਾ ਸੀ। ਚਲ ਇੱਥੋਂ ਤੁਰਦਾ ਬਣ। ਨੌਨਸੈਂਸ, ਬਦਤਮੀਜ, ਪਾਗਲ, ਚੰਡੀਗੜ੍ਹ ਚੰਡੀਗੜ੍ਹ ਨੌਨਸਟਾਪ। ਸ਼ਟ ਅਪ, ਹੈਡਫੋਨ ਲਗਾ ਕੰਨ ਨੂੰ। ਓ ਅੱਛਾ ਜੀ, ਤੂੰ ਤਾਂ ਬੈਚ ਬਦਲਣ ਵਾਲਾ ਸੀ। ਕੋਈ ਨਹੀਂ, ਕਰ ਲੂੰਗਾ ਮੈਂ। ਚੱਲ ਰਹਿਣ ਦੇ, ਤੂੰ ਵੀ ਕੀ ਯਾਦ ਕਰੇਗਾ? ਸੌਰੀ ਵੀ ਆਖਾਂ ਕਿ ਸਾਰ ਲਏਗਾ? ਸਾਰ ਲੂੰਗਾ। ਚੱਲ, ਹੁਣ ਤੂੰ ਕਹਿੰਦਾ ਤਾਂ ਤੇਰੇ ਤੇ ਟਰਸਟ ਕਰ ਰਹੀ ਆ, ਤੋੜੀ ਨਾ। ਆਪਾਂ ਤਾਂ ਕਦੇ ਡੱਕਾ ਨਹੀਂ ਤੋੜਿਆ, ਟਰਸਟ ਕੀ ਤੋੜਨੀ ਆ। ਹੋਰ ਦੱਸੋ ਕੀ ਹੈ ਮੈਡਮ? ਉਹ ਦੇਖੋ ਡਿਸਟਰਬ ਕਰੀ ਜਾਂਦੇ ਨੇ, ਲਾਹੌਰ ਨੂੰ ਕੱਲੇ ਨੂੰ ਥੱਲੇ ਪੜ੍ਹਾਈ ਦਾ ਟਾਈਮ ਹੈ। ਪ੍ਰਵਾਨ ਐਵੇਂ ਮਾਰੀ ਜਾਂਦਾ ਜੀ ਇਹ। ਕਿੱਥੇ ਰਹਿਣੀ ਹੈ ਵੈਸੇ ਤੂੰ? ਮੈਂ ਛੱਡਿਆ ਉਹਨਾਂ ਤੈਨੂੰ।
ਡਰਨਾ, ਕਿਰਾਇਆ ਨਹੀਂ ਮੰਗਦਾ। ਵੈਸੇ ਗੱਲ ਕਹਾਂ, ਅੰਮ੍ਰਿਤਸਰ ਵਾਲੇ ਵੀ ਇਹਨੇ ਮਾੜੇ ਨਹੀਂ ਹੁੰਦੇ ਸੱਚੀ। ਠੀਕ ਹੈ, ਚੱਲ ਫਿਰ। ਸੋਹਣਾ ਮੌਸਮ ਦਿਨ ਨਵਾਂ, ਸੋਹਣਾ ਸੋਹਣਾ ਏ ਸਮਾਂ, ਵਾਲਾਂ ਨੂੰ ਛੂਏ ਹਵਾ, ਰੁਕ ਗਿਆ ਏ ਜਹਾਂ। ਜਦੋਂ ਦਾ ਤੂੰ ਮਿਲ ਗਿਆ ਯਾਰਾ, ਸਾਨੂੰ ਜਗ ਲੱਗਦਾ ਏ ਹੋਰ ਵੀ ਪਿਆਰਾ। ਤੇਰੇ ਨਾਲ ਜੀਣਾ ਏ ਯਾਰਾ, ਤੇਰਾ ਦੀਦਾਰ ਜ਼ਰੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਤੇਰੇ ਨਾਲ ਜੀਣਾ ਏ ਯਾਰਾ, ਤੇਰਾ ਦੀਦਾਰ ਜ਼ਰੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਨੇ ਮੇਰਾ ਤੇਰਾ ਮੈਨੂੰ ਚਿਹਰਾ ਦਿਖਾਇਆ ਸੀ, ਲੱਗ ਰਿਹਾ ਸੀ ਸੱਚ ਮੈਨੂੰ, ਜਿਵੇਂ ਗਲੇ ਨਾਲ ਲਾਇਆ ਸੀ। ਖਾਬਾਂ ਨੇ ਤੇਰਾ ਮੇਰਾ ਮੈਨੂੰ ਚਿਹਰਾ ਦਿਖਾਇਆ ਸੀ, ਲੱਗ ਰਿਹਾ ਸੀ ਸੱਚ ਜਿਵੇਂ ਮੈਨੂੰ ਗਲੇ ਨਾਲ ਲਾਇਆ ਸੀ। ਸੁਬਹ ਵੀ ਮੇਰੀ ਰੰਗੀ ਹੋ ਗਈ, ਰੋਸ਼ਨੀ ਸੂਰਜ ਦੀ ਵੀ ਹਸੀਨ ਹੋ ਗਈ। ਤੂੰ ਮੇਰੇ ਕੋਲ ਸਦਾ ਸੱਜਣਾ, ਸਾਡੇ ਵਿਚਕਾਰ ਨਾ ਦੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਦਿਲ ਨੂੰ ਦਿਲ ਦਾ ਸਕੂਨ ਮਿਲਦਾ ਹੈ ਮੇਰੇ ਦਿਲ ਜਾਨੀਆਂ, ਮੇਰੀ ਬਾਹਾਂ ਤੇ ਮੇਰੀ ਰਾਹਾਂ ਤੇ ਤੇਰੀ ਨਿਸ਼ਾਨੀਆਂ। ਦਿਲ ਨੂੰ ਦਿਲ ਦਾ ਸਕੂਨ ਮਿਲਦਾ ਹੈ ਮੇਰੇ ਦਿਲ ਜਾਨੀਆਂ, ਮੇਰੀ ਬਾਹਾਂ ਤੇ ਮੇਰੀ ਰਾਹਾਂ ਤੇ ਤੇਰੀ ਨਿਸ਼ਾਨੀਆਂ। ਪਾਣੀ ਚੋਂ ਦਿਸਦੀ ਹੈ ਸੂਰਤ ਓ ਤੇਰੀ, ਤੇਰੇ ਨਾਲ ਜ਼ਿੰਦਗੀ ਖੂਬਸੂਰਤ ਹੈ ਮੇਰੀ। ਆਸਿਆਂ ਨੂੰ ਮਨਾ ਲਈਏ ਇਹ ਬੇਕਾਰ ਜ਼ਰੂਰੀ ਹੈ, ਹੋਰ ਕੁਝ ਮੰਗਾ ਨਾ ਰੱਬ ਤੋਂ, ਬਸ ਤੇਰਾ ਪਿਆਰ ਜ਼ਰੂਰੀ ਹੈ। ਉਹ ਜੱਟ ਘੱਟ ਕਾਣੇ ਬੱਲੀਏ, ਉਹ ਗਿੱਲ ਆ ਕਿਆ ਹੋਏ ਯਾਰ, ਤੇਰੀ ਭਰਜਾਈ ਦੀ ਬੰਗ ਟੁੱਟ ਗਈ। ਅੱਛਾ, ਤੇ ਆਪ ਜੀ ਚੱਕ ਲਏ ਹੈ? ਹੋਰ ਯਾਰ, ਮੈਂ ਤਾਂ ਤੁਹਾਡੀ ਟੁੱਟੀ ਬੰਗ ਵੀ ਨਹੀਂ ਜਰੀ ਗਈ। ਉਹ ਗਿੱਲ ਸਭ ਡਰਾਮੇ ਆ ਇਹ, ਨਾਲੇ ਅਕੜਾ ਕਿਕਣਾ ਬਾਈ, ਜਿੱਦਣ ਸੱਚੀ ਪਿਆਰ ਹੋ ਗਿਆ ਨਾ, ਉਦਣ ਦੇਖੀ ਫਿਰ ਚੀਕਾਂ ਨਿਕਲਦੀਆਂ। ਓਏ ਇੰਨਾ ਟਾਈਮ ਤਾਂ ਗਵਰਨਮੈਂਟ ਮੰਡੀਆਂ ਚੋਂ ਝੋਨਾ ਚੱਕਣ ਤੇ ਨਹੀਂ ਲਾਉਂਦੀ, ਜਿੰਨਾ ਟਾਈਮ ਤੂੰ ਲਾ ਰਿਹਾ। 20 ਦਿਨ ਹੋ ਗਏ ਤੈਨੂੰ ਉਹਦੇ ਨਾਲ ਧੱਕੇ ਖਾਂਦੇ ਨੂੰ, ਉਹ ਹੁਣ ਤਾਂ ਪ੍ਰਪੋਜ਼ ਕਰਦੇ ਪ੍ਰਧਾਨ। ਆ ਮੈਂ ਤੇਰੇ ਨਵੇਂ ਬੂਟ ਪਾਉਣ ਲੱਗਿਆ ਤੀ ਯਾਰ। ਉਹ ਤੂੰ ਥੱਪੜੇ ਨਾ ਖਾਈ, ਇੱਧਰ ਫੜਾ, ਮੇਰੀ ਬੁੱਗੀ ਨੇ ਮਸਾਂ ਲੈ ਕੇ ਦਿੱਤੇ ਲਾਂਟੇ ਮਾਲ ਚੋਂ। ਲੈ ਵੱਡਾ ਆਇਆ। ਓਹ, ਤੁਹਾਨੂੰ ਕੀ ਲੱਗਦਾ ਹਾਂ ਕਹਿ ਦੂਗੀ ਉਹ? ਹਾਂ ਕਰ ਦੂ, ਐਕੜਾ ਕਿਕੜਾ, ਮੈਨੂੰ ਤਾਂ ਲੱਗਦਾ ਨਾ ਕਰੂਗੀ ਪੱਕਾ। ਚੱਕ ਬੜਾ ਪਹਿਲਾਂ ਦੀ ਕਰਾਈਏ ਨਾ, ਇਹਦੇ ਤੇ ਪਾਓ। ਨਹੀਂ ਮਾਂ ਕਿ ਕਿਕੜਾ ਕਿਕੜਾ ਕਿਕੜਾ, ਇਹਨੂੰ ਕੀ ਪਤਾ ਚਮਕਿੱਦੜ ਜੇ ਨੂੰ ਵੈਲੈਂਟਾਈਨ ਤੇ ਤੇ ਐ ਨਿਕਲਦੇ ਆ ਜਿਵੇਂ ਸ਼ਰਾਬੀ ਦੇ ਨਰਾਤਿਆਂ 'ਚ ਦਿਨ ਨਿਕਲਦੇ ਹੁੰਦੇ ਆ। ਉਹ ਤਾਂ ਸਲਾਮਾਂ ਹੋਰ ਦਿਓ, ਤੂੰ ਐਂ ਕਰ 250 ਦੇ ਫੁੱਲ ਹੈ ਤੇ ਜਾ ਕੇ ਉਹਦੇ ਮੱਥੇ ਮਾਰ। ਉਠਾ ਸਕੂਟਰੀ, ਚਾ ਫੁੱਲ ਲੈ ਕੇ ਆਈਏ। ਐਕੜਾ ਕਿਕੜਾ, ਇੱਕ ਤਾਂ ਮਾਰ ਮਾਰ ਤੁੰਬੜ ਮਚਾਤਾ, ਮੈਂ ਨਹੀਂ ਜਾਂਦਾ। ਉਹ ਇਹਨੂੰ ਕਿਉਂ ਲੈ ਕੇ ਜਾਂਦਾ ਕਾਲੀ ਜੀ ਵਾਲੇ ਨੂੰ? ਆਪਾਂ ਚੱਲਦੇ ਆ। ਉਹ ਮੇਰੀ ਗੱਲ ਸੁਣੋ, ਜੇ ਮੇਰੀ ਬੁੱਗੀ ਵਾਲੇ ਬੂਟ ਪਾਏ ਨਾ ਤਾਂ ਦੇਖੀ ਤੇਰੀ ਕੀ ਹਾਲਤ ਹੁੰਦੀ ਹੈ। ਜੇ ਮੇਰੀ ਬੁੱਗੀ ਵਾਲੇ ਬੂਟ ਪਾਏ ਨਾ, ਦੇਖੀ ਤੇਰੀ ਕੀ ਹਾਲਤ ਹੁੰਦੀ ਹੈ। ਐਕਣਾ ਕਿਕਣਾ, ਸਕੂਟਰੀ ਨੂੰ ਰੋਕ ਲੈਣਗੇ ਬੂਟ ਪਾਉਣ ਤੋਂ। ਬੁੱਗੀ ਵਾਲੇ ਬੂਟ ਪਾ ਲਿਓ ਘੈਂਟਾ। ਓਏ ਆ ਕੀ ਹੋਇਆ, ਤਾਂ ਫੇਰ ਵਾਲੇ ਬੂਟ ਵਿੱਚ ਚੱਕ ਉਹ ਤੁਹਾਡੇ ਲਈ ਕਰੀਏ, ਤੋ ਗਲਤੀ ਹੋ ਗਈ ਕਰੀਏ ਤੇ ਅੱਛਾ ਤੇ ਗਿੱਲ ਮਾਤਾ ਦੁੱਖੀਆਂ ਖਾ ਜਾ ਉਹਨੂੰ।
ਹਾਂਜੀ ਕਿੱਦਾਂ? ਵਧੀਆ। ਓਪ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀ। ਲੈ ਮੈਂ ਵੀ ਤੈਨੂੰ ਕੁਛ ਕਹਿਣਾ ਸੀ। ਰੋਜ਼ ਸੌਣ ਲੱਗੇ ਸੋਚਦੀ ਵੀ ਕੱਲ ਕਹੂੰ ਪਰ ਫੇਰ ਭੁੱਲ ਜਾਂਦੀ ਆ। ਚੱਲ ਤੂੰ ਦੱਸ ਪਹਿਲਾਂ। ਮੈਨੂੰ ਲੱਗਦਾ ਪਹਿਲੀ ਆਪਾਂ ਸੇਮ ਹੀ ਗੱਲ ਕਰਨੀ ਆ, ਚਾਹੇ ਤੂੰ ਦੱਸ ਤੇ ਚਾਹੇ ਮੈਂ ਦੱਸਦਾ, ਗੱਲ ਇੱਕੋ ਹੀ ਆ। ਚੱਲ ਭਰਾ ਤੂੰ ਦੱਸ। ਮੈਂ ਸੋਚ ਰਹੀ ਸੀ ਅੱਜ ਕੱਲ ਦੇ ਮੁੰਡੇ ਤਾਂ ਬਿਨਾਂ ਜਾਣ ਪਛਾਣ ਪ੍ਰਪੋਜ਼ ਮਾਰਦੇ ਫਿਰਦੇ ਆ, ਜੇ ਕਿਸੇ ਨਾਲ 10 ਦਿਨ ਘੁੰਮ ਲਓ ਫਿਰ ਤਾਂ ਬਸ ਕੁੜੀ ਉਹਦੀ ਹੋ ਗਈ। ਪਰ ਇਸ ਪਾਸੇ ਉਹ ਤੂੰ ਨੰਬਰ ਲੈ ਗਿਆ, ਅੰਬਰਸਰੀਆ ਜੈਂਟਲਮੈਨ ਨਿਕਲਿਆ ਤੂੰ, ਇਹੋ ਜਿਹੀ ਕੋਈ ਸੜੀ ਜੀ ਗੱਲ ਨਹੀਂ ਕੀਤੀ। ਗੁੱਡ ਆ। ਚੱਲ ਹੁਣ ਜੁੱਤੀ ਨਾਲ ਤੇਰਾ ਮੂੰਹ ਕੁੱਟਦਾ ਹੋਵੇ। ਕਸਰ ਵੀ ਨਹੀਂ ਛੱਡੀ ਕੋਈ। ਕੁਛ ਨਹੀਂ, ਤੂੰ ਵੀ ਕੁਛ ਕਹਿਣਾ ਸੀ, ਬੋਲ। ਮੈਂ ਭੁੱਲ ਗਿਆ। ਆਪਦੀ ਤਾਰੀਫ ਸੁਣ ਕੇ ਭੁੱਲ ਗਿਆ ਹੈ ਨਾ? ਹਾਂ ਹੈ ਨਾ? ਹਾਂ। ਚੰਗਾ ਮੈਂ ਕਲਾਸ ਚੱਲਦੀ ਹਾਂ। ਜਿਹਨੂੰ ਬੁਰਾ ਲੱਗਾ ਸਮਝ ਲਾਊ ਕਿ ਦਿਲ ਮਾ ਕੁਛ ਨਾ ਕੁਛ ਹੈ। ਵਾਓ ਸਕੂਟਰੀ, ਪਹਿਲੀ ਵਾਰ ਕੋਈ ਚੱਜ ਦੀ ਗੱਲ ਕੀਤੀ ਆ। ਆ ਕੇ ਖਵਾਣਾ ਤੈਨੂੰ ਮੋਮੋਸ। ਯਾਰ ਭੁੱਖ ਲੱਗੀ ਹੈ, ਪੈਸੇ ਹੈਗੇ ਤੇਰੇ ਕੋਲ? ਮੇਰੇ ਤਾਂ ਮੁੱਕੇ ਪਏ ਤੀ ਯਾਰ। ਜੇ ਤੇਰੇ ਮੁੱਕੇ ਪਏ ਹੁੰਦੇ ਸਾਲਾ ਤੂੰ ਸੁਧਰਿਆ ਨਾ ਹੁੰਦਾ। ਪੈਸੇ ਮੁੱਕੇ ਪਏ ਤੀ। ਓ ਅੱਜ ਤਾਂ ਜੀ ਕਲਾਸ ਹੀ ਪੀੜੀ ਬਹੁਤ ਆ, ਮੈਂ ਸੋਚਿਆ ਇੱਥੇ ਬਹਿ ਜਾਣਾ। ਸ਼ੁਕਰ ਹੈ ਤੁਹਾਨੂੰ ਵੀ ਪਤਾ ਲੱਗਾ ਵੀ ਮੈਂ ਵੀ ਹਾਂ ਇਸ ਕਲਾਸ ਵਿੱਚ। ਪਤਾ ਤਾਂ ਮੈਨੂੰ ਬਹੁਤ ਦੇਰ ਦਾ ਜੀ, ਮੈਨੂੰ ਐਂ ਥੋੜੀ ਗਾਟੀ ਗੁੱਟੀ ਨਾ ਪਈ ਹੋਵੇ ਕਿਤੇ, ਹੋਰ ਕਿਤੇ ਮੇਰੇ ਚੌਥੇ ਵਾਲਾ ਪਿਆਰ ਵੀ ਅਧੂਰਾ ਰਹਿ ਜਾਵੇ। ਮੈਥੋਂ ਤਾਂ ਦਾਰੂ ਵੀ ਨਹੀਂ ਪੀਤੀ ਜਾਣੀ ਜੀ, ਵੈਸ਼ਨੂੰ ਆ ਨਾ ਮੈਂ। ਅੱਛਾ ਜੀ, ਨਾਲੇ ਇੱਕ ਤੁਹਾਨੂੰ ਗੱਲ ਕਹਾਂ ਜੀ। ਹਾਂਜੀ। ਤੁਸੀਂ ਸੋਹਣੇ ਬਹੁਤ ਹੋ। ਤੁਸੀਂ ਵੀ ਪਿਆਰੇ ਬਹੁਤ। ਥੈਂਕ ਯੂ। ਮੈਂ ਇੱਕ ਤੂੰ ਹੀ ਰਾਂਝਾ ਰਹਿ ਗਿਆ ਹੈ, ਫੇਰ ਕਹਿੰਦੇ ਜੱਟਾਂ ਦੇ ਮੁੰਡੇ ਬਸਾਂ ਤੇ ਲਿਆ ਮਰਦੇ ਨੇ, ਹੋਰ ਸਾਡੇ ਕੋਲ ਇੱਕ ਨਹੀਂ ਤੂੰ ਦੋ ਦੋ ਸਾਂਭੀ ਫਿਰਦਾ ਹੈ। ਆ ਤਾਂ ਗਲਤ ਆ ਵੀਰੇ, ਦੇਖ ਸਾਡੀ ਕਿੱਦਾਂ ਤੂੰ ਵੀ ਵੱਜੇਗੀ। ਪਹਿਲਾਂ ਸਾਡੀ ਉਸ ਕੁੜੀ ਤੇ ਅੱਖ ਆਈ, ਤੂੰ ਉੱਥੇ ਰੱਖ ਲਈ। ਹੁਣ ਸਾਡੀ ਐਸ ਕੁੜੀ ਤੇ ਅੱਖ ਆਈ, ਤੂੰ ਇੱਥੇ ਰੱਖ ਲਈ। ਸਾਡਾ ਗਰੀਬਾਂ ਦਾ ਕੀ ਬਣੂਗਾ? ਸਾਡੇ ਤੋਂ ਕੀ ਮਤਲਬ ਹੈ ਐਸ ਗਰੀਬ ਦਾ? ਹਾਂ, ਹੱਥ ਜੋੜ ਕੇ ਕਹਿੰਨਾ ਇਹਨੂੰ ਨਾਲ ਬਿਠਾਇਆ ਨਾ ਕਰਨੀ, ਤੁਕਦੀ ਤੁਕਦੀ ਅੱਗ ਤੇ ਤੇਲ ਪਾਇਆ ਨਾ ਕਰਨੀ। ਹੁਣ ਤੂੰ ਬਾਲਾ ਧਰਮਪ੍ਰੀਤ ਨੂੰ ਜੱਫਾ। ਕੀਪ ਕੁਆਇਟ ਸਟੂਡੈਂਟਸ, ਇਹ ਕੀ ਸ਼ਰਮ ਚਾਇਆ ਹੋਇਆ? ਉਹ ਕਾਹਦਾ ਕੀਪ ਕੁਆਇਟ ਮੈਡਮ, ਸਮਝ ਲਓ ਬਸ ਅਸਤਾ ਲੁੱਟੇ ਗਏ ਮੈਡਮ। ਮੈਡਮ ਸਾਡਾ ਤੁਸੀਂ ਬੈਜ ਹੀ ਚੇਂਜ ਕਰ ਦਿਓ ਨਾ, ਇੱਥੇ ਤੁਹਾਨੂੰ ਕਾਹਦੀ ਸਮਝ ਨਹੀਂ ਆਉਂਦੀ? ਇਹਦੀ ਸਮਝ ਨਹੀਂ ਆਉਂਦੀ? ਆ ਮੈਡਮ ਦੋ ਕੁੜੀਆਂ ਦੇ ਕਾਗਜ਼ ਪੱਤਰ ਪੂਰੇ ਸੀ, ਦੋ ਹੀ ਇਹ ਸਾਹਮਣੇ ਬੈਠਾ, ਅਸਾਂ ਬਸ ਫ੍ਰੀ ਚ ਐਡਮਿਸ਼ਨ ਲਈ ਫਿਰਦੇ ਆ। ਸਿਟ ਡਾਊਨ। ਕਾਹਦਾ ਸੈਟ ਅਪ, ਕਾਹਦਾ ਸਿਟ ਡਾਊਨ ਜੀ? ਤੁਹਾਡੇ ਪ੍ਰਿੰਸੀਪਲ ਨਾਲ ਪਹਿਲਾਂ ਗੱਲ ਕਰਕੇ ਇੱਥੇ ਐਡਮਿਸ਼ਨ ਲਈ ਸੀ, ਕਿੱਥੇ ਆਓ ਮੇਰੀ ਗੱਲ ਕਰਾਓ, ਮੈਂ ਕਰਦਾ ਗੱਲ ਹੁਣੀ। ਕਮਾਲ ਹੈ ਭੈਣ ਜੀ। ਯੈਸ। ਆ ਵੈਸੇ ਤੁਸੀਂ ਕੁਆਰੇ? ਗੈਟ ਆਊਟ। ਹਾਂ ਹਾਂ, ਕਲਾਸ ਤਾਂ ਬਹੁਤ ਵਧੀਆ ਚੱਲ ਰਹੀ ਹੈ। ਹੋਰ ਤੂੰ ਦੱਸ, ਹੈ ਸੱਚੀ? ਓਕੇ ਬਾਏ। ਕਿਹਦਾ ਫੋਨ ਸੀ? ਤੂੰ ਕੀ ਸੋਚਦਾ ਤੇਰੇ ਕੱਲੇ ਕੋਲ ਹੈ ਕੋਈ ਹੱਸ ਹੱਸ ਕੇ ਗੱਲਾਂ ਕਰਨ ਲਈ? ਸਾਡੇ ਕੋਲ ਵੀ ਹੈਗਾ। ਤੈਨੂੰ ਘਰੇ ਛੱਡਿਆ ਹੋਵਾਂ? ਤੂੰ ਉਹਨੂੰ ਛੱਡ। ਅੱਛਾ, ਮੱਚ ਗਈ ਮਲਮੈਣ, ਕਿਵੇਂ ਹੋ? ਤੁਸੀਂ ਮੇਰਾ ਵੇਟ ਕਰਦੇ ਸੀ। ਹੋਰ ਕਿਹਦੀ ਵੇਟ ਕਰਨੀ ਆ ਮੈਂ, ਚੱਲੀਏ? ਚਲੋ ਆ ਜਾਓ। ਇਹਨਾਂ ਦਾ ਕੁਛ ਨਹੀਂ ਹੋ ਸਕਦਾ, ਪਾਗਲ। ਤੁਸੀਂ ਨਾ ਜੀ ਬਹੁਤ ਕਿਊਟ ਹੋ। ਤੁਸੀਂ ਵੀ ਬਹੁਤ ਪਿਆਰੇ ਹੋ। ਥੈਂਕ ਯੂ। ਹੈਲੋ ਪਰਵਾਨ, ਮੇਰੇ ਫਲੈਟ ਦੀ ਚਾਬੀ ਖੋ ਅੱਜ ਕੀ? ਚਾਬੀ ਖੋ ਗਈ? ਹਾਂ। ਚਾਬੀ ਚੁਬੀ ਕੋਈ ਨਹੀਂ, ਮੈਨੂੰ ਪਹਿਲਾਂ ਤੂੰ ਬੱਚੀ ਹੈ ਤੋਂ ਪਈਆਂ। ਹਾਂ ਮੈਂ ਆ ਜਾਂਦਾ, ਕੋਈ ਚੱਕਰ ਨਹੀਂ, ਆ ਗਿਆ ਮੈਂ। ਹਾਂ
ਓਹ ਮੈਂ ਨਾ ਤੁਹਾਨੂੰ ਗੱਲ ਕਹਿਣੀ ਸੀਗੀ ਮੈਂ ਨਾ ਤੁਹਾਡੇ ਲਾਇਕ ਨੀਗਾ ਤੁਸੀਂ ਮੇਰੇ ਤੋਂ ਬੈਟਰ ਮੁੰਡਾ ਡਿਜ਼ਰਵ ਕਰਦੇ ਹੋ ਮੈਂ ਤੁਹਾਡੀ ਲਾਈਫ ਨਹੀਂ ਖਰਾਬ ਕਰਨਾ ਚਾਹੁੰਦਾ ਓ ਮੈਂ ਚੱਲਦਾ ਪੈਸੇ ਲੈ ਲਈ ਗੁੱਡੀ ਤੋਂ ਚੰਗਾ ਓ ਹੈਲੋ ਉੱਤਰੀ ਐਡਾ ਜਿੰਦਾ ਮੇਰੀ ਬੇਬੇ ਦਾ ਹੈ ਲੱਗਦਾ ਤੇਰੀ ਬੇਬੇ ਕੋਲ ਕੋਈ ਤਕੜੇ ਖਜ਼ਾਨਾ ਹੋਣਾ ਜਿਹੜਾ ਐਡਾ ਜਿੰਦਾ ਲਾਇਆ ਇਹ ਤਾਂ ਨਹੀਂ ਟੁੱਟਦਾ ਤੋੜਨਾ ਨੀਗਾ ਚਾਬੀ ਵਾਲੇ ਤੋਂ ਖੁਲਵਾਉਣਾ ਹੈ ਚਾਬੀ ਵਾਲਾ ਉਹ ਆਹ ਟਾਈਮ ਨਹੀਂ ਮਿਲਣਾ ਕੋਈ ਚਾਬੀ ਵਾਲਾ ਫਿਰ ਹੁਣ ਆਪਾਂ ਕਰਦੇ ਹਾਂ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇੱਕ ਮਿੰਟ ਹੁਣੇ ਕਰਦਾ ਸਤਿ ਸ਼੍ਰੀ ਅਕਾਲ ਜੀ ਰੂਮ ਚਾਹੀਦਾ ਸੀ ਜੀ ਪੁਲਿਸ ਦਾ ਬੜਾ ਚੱਕਰ ਹੈ ਤੁਸੀਂ ਵੀਰੇ ਗਲਤ ਸਮਝ ਗਏ ਸਾਡੇ ਨਾਲ ਰੂਮ ਦੀ ਚਾਬੀ ਖੋ ਗਈ ਤੇ ਸਾਨੂੰ ਰੂਮ ਚਾਹੀਦਾ ਇੱਥੇ ਸਭ ਦੀਆਂ ਚਾਬੀਆਂ ਗਵਾਚਦੀਆਂ ਨੇ ਉਹ ਭਰਾ ਮੈਨੂੰ ਉਹ ਵਾਲਾ ਰੂਮ ਨਹੀਂ ਚਾਹੀਦਾ ਭਾਬੀ ਜੀ ਹੁਣ ਚਲੇ ਗਏ ਉਹ ਪਾਲੀ ਸੋਰੀ ਪਾਲੀ ਮੈਨੂੰ ਨਹੀਂ ਪਤਾ ਸੀ ਐਵੇਂ ਦਾ ਹੋਟਲ ਆ ਯਾਰ ਆਪਾਂ ਕਿਤੇ ਹੋਰ ਚਲੇ ਚੱਲਦੇ ਹਾਂ ਨਹੀਂ ਰਹਿਣ ਦੇ ਐਵੇਂ ਬਦਨਾਮੀ ਵਾਲੀ ਗੱਲ ਹੈ ਚਲ ਆਪਾਂ ਐਵੇਂ ਗੇੜੀ ਗੁੜੀ ਮਾਰ ਕੇ ਟਾਈਮ ਪਾਸ ਕਰਦੇ ਹਾਂ ਹੈ ਬੱਲੇ ਪਰਵਾਨ ਸਿਆ ਆ ਕਿਹਦੇ ਵਾਸਤੇ ਅਮਨ ਲੈ ਕੱਲ ਇੱਥੋਂ ਤੱਕ ਪਹੁੰਚ ਗਈ ਲੈ ਅਮਨ ਨਹੀਂ ਰਹਿ ਗਈ ਗੁਲਦਸਤਾ ਦੇਣ ਨੂੰ ਜਣੇ ਖੰਡ ਨਾਲ ਕੁਲਚੇ ਛੋਲੇ ਖਾਂਦੀ ਫਿਰਦੀ ਆ ਉਹ ਆਪਾਂ ਨੂੰ ਨਹੀਂ ਪਸੰਦ ਇਹ ਤਾਂ ਮੈਂ ਕਿਸੇ ਦੇ ਵਿਆਹ ਜਾਣਾ ਸੀਗਾ ਉਹ ਜਾਇਆ ਨਹੀਂ ਗਿਆ ਪੈਸੇ ਵੀ ਖਰਚ ਕੇ ਕੰਮ ਵੀ ਨਹੀਂ ਆਏ ਜੇ ਕੰਮ ਲੈ ਕੇ ਦਿਖਾ ਦਿਆ ਫਿਰ ਕਿਵੇਂ ਤਾਂ ਚੱਲ ਤਾਂ ਸਹੀ ਹਾਂ ਤੂੰ ਤਾਂ ਕਹਿੰਦੀ ਤੈਨੂੰ ਚੰਡੀਗੜ੍ਹ ਜਾਣਦਾ ਨਹੀਂ ਕੋਈ ਮੈਂ ਤੈਨੂੰ ਕਦੋਂ ਕਿਹਾ ਮੈਨੂੰ ਜਾਣਦੇ ਆ ਤੂੰ ਮਰਵਾਈਂਗੀ ਮੈਨੂੰ ਲੱਗਦਾ ਆਂ ਚੰਗਾ ਲੱਗਦਾ ਕਿਸੇ ਦੇ ਵਿਆਹ 'ਚ ਫਰੀ ਦੀ ਰੋਟੀ ਖਾਣੀ ਆ 200-400 ਲੱਗੂ ਤੈਨੂੰ ਰੋਟੀ ਮੈਂ ਆਪ ਖਵਾ ਦੂੰਗਾ ਆਪਾਂ ਨਹੀਂ ਕਰਦੇ ਹਜੇ ਕੰਮ ਉਹ ਗਿੱਲ ਖਾਣਾ ਬਹੁਤ ਸਵਾਦ ਹੈ ਯਾਰ ਪਰਸੋਂ ਵਾਲਾ ਵਿਆਹ ਤਾਂ ਕੁਛ ਵੀ ਨਹੀਂ ਸੀ ਇਹਦੇ ਸਾਹਮਣੇ ਮੈਂ ਕਹਿੰਦਾ ਸ਼ਾਹੀ ਪਨੀਰ ਵਾਲੇ ਤਾਂ ਚਿੱਪੀ ਕੱਢੇ ਪਏ ਨੇ ਨਾਲੇ ਕਈ ਭਾਂਤਾਂ ਦਾ ਜੂਸ ਮੈਂ ਤੇ ਆ ਤਾਂ 4-4 ਗਲਾਸ ਬਣਾ ਕੇ ਉਹ ਗਿੱਲ ਬਾਈ ਪੂਰੀ ਨੇਰੀ ਠਲ ਕੇ ਆਏ ਹਾਂ ਇਹ ਕੌਣ ਵੀਰੇ ਮੈਂ ਪਛਾਣਿਆ ਨਹੀਂ ਤੁਹਾਨੂੰ ਕਿਉਂ ਭੁੱਲ ਗਿਆ ਲੈ ਰੇ ਗਾਗੇ ਵਾਲੇ ਫੁੱਫੜ ਨੂੰ ਆਹ ਕੁੜੀ ਕੀ ਨਾਲ ਹੈ ਤੇਰੇ ਯਾਰਾਂ ਨੂੰ ਭੁੱਲ ਗਿਆ ਇੰਨਾ ਸ਼ਰੀਫ ਬਣਨਾ ਸੀ ਤਾਂ ਇਹਨਾਂ ਨੂੰ ਸਮਝਾ ਕੇ ਆਉਂਦਾ ਨਹੀਂ ਮੈਂ ਮੁੱਕੀ ਮਰ ਦੂੰ ਉਹਨਾਂ ਦੇ ਭਰਜਾਈ ਨਾਲ ਇੰਟਰੋ ਤੋਂ ਕਰਾ ਦਿੰਦਾ ਉਹ ਗਿੱਲ ਬਾਈ ਭਾਬੀ ਤਾਂ ਬਾਲੀ ਵੱਤੀ ਗਈ ਇੱਕੀ ਭੈਣ ਭੂਣ ਹੈ ਕੋਈ ਸੋਟੀ ਤੈਨੂੰ ਹੁਣੇ ਨਾ ਬਣਾ ਸਾਡੂ ਓਏ ਮਗ ਚ ਮਰੀ ਜਾਣਾ ਕਿਆ ਗਿੱਲ ਯਾਰ ਤੁਸੀਂ ਵਿਆਹ ਵੇਖਣ ਮੈਂ ਆਈ ਸੀ ਲਾਹੌਰ ਤੋਂ ਮੀਂਹ ਪੈ ਗਿਆ ਸੀ ਪਿੰਡ ਵਾਲੇ ਮੋੜ ਤੋਂ ਵਿਆਹ ਵੇਖਣ ਮੈਂ ਆਈ ਸੀ ਲਾਹੌਰ ਤੋਂ ਬੇਵੱਸ ਹੋ ਗਈ ਮਿਲਣੇ ਚਲੋ ਯਾਰ ਆਪਾਂ ਵੀ ਹਰਾਮ ਦੀ ਰੋਟੀ ਹਜਮ ਕਰੀਏ ਨੱਚ ਟੱਪ ਕੇ ਆਜੋ ਪੈਰਾਂ
ਪ੍ਰਧਾਨ ਤੇਰੇ ਵਾਲੀ ਨਹੀਂ ਆਹ ਓਏ ਤਾਂ ਬੜੀ ਸੋਹਣੀ ਲੱਗ ਰਹੀ ਅੱਜ ਫੈਂਸੀ ਡਰੈਸ ਮੈਂ ਨਹੀਂ ਆਈ ਮੈਨੂੰ ਤਾਂ ਲੱਗਦਾ ਵਿਆਹ ਉਕਾ ਹੀ ਹੈ ਓ ਮੈਂ ਤਾਂ ਕਿਹਾ ਕਿਤੇ ਵੈਸੇ ਫੋਨ ਤੇ ਭਕਾਈ ਮਾਰਦੀ ਹੈ ਇਹਨੇ ਤਾਂ ਸੱਚੀ ਚੰਨ ਚੜਾਤਾ ਯਾਰ ਲੈ ਐਕੜਾ ਕਿਕੜਾ ਇਹਨੇ ਤਾਂ ਫੋਨ ਕਰ ਦਿੱਤੀ ਵਿਚਾਰੀ ਤੈਨੂੰ ਉਹ ਤੂੰ ਮੇਰੇ ਵੱਲ ਹੈ ਕਿ ਉਹਦੇ ਵੱਲ ਹੈ ਤੂੰ ਹੀ ਰੱਖੜੀ ਬਣਾਉਣ ਨੂੰ ਫਿਰਦਾ ਤੋ ਦੇ ਮੈਂ ਤੇਰੀ ਸਕੂਟਰੀ ਨੂੰ ਗਿੱਲ 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 ਦਾ ਲੱਗਦਾ ਓ ਛੱਡ ਗਈ ਐ ਸੋਹਣੀਏ ਤੂੰ ਅੱਧ ਵਿੱਚ ਕਾਰ ਨੀ ਪੈਂਚਰ ਕਰਾਂਗੇ ਤੇਰੀ ਡੋਲੀ ਵਾਲੀ ਕਾਰ ਨੀ ਯਾਰ ਬਾਅਦ ਚ ਪੈਂਚਰ ਕਰ ਲਈ ਪਹਿਲਾਂ ਕੰਮ ਦੀ ਗੱਲ ਅਸ ਕਰਨਾ ਕੀ ਆ ਕਰਨਾ ਕੀ ਆ ਪੈਂਟ ਨੂੰ ਅੱਗ ਲਾ ਦੋ ਜਲੇਬੀਆਂ ਜਲੂਬੀਆਂ ਤੇ ਰੇਤਾ ਪੁੱਕ ਦੋ ਤੇ ਹਲਵਾਈ ਨੂੰ ਵੀ ਕੁੱਟ ਦੋ ਰੁਕ ਜਾ ਪਤਾ ਪੱਗਾ ਇਹ ਮੰਗਣੀ ਨਹੀਂ ਹੋ ਸਕਦੀ ਲੈ ਹੁਣ ਆਊਗਾ ਸਵਾਦ ਯਾਰ ਮੈਂ ਤਾਂ ਵੈਸੇ ਫੀਲਿੰਗ ਲੈ ਰਿਹਾ ਸੀ ਇਹਨੂੰ ਇਹ ਨਹੀਂ ਪਤਾ ਵੀ ਨੇਰੀ ਰਾਤ ਤੇ ਬਗਾਨੀ ਬਰਾਜ ਚ ਛਿੱਤਰ ਕਿੱਥੋਂ ਕਿੱਥੋਂ ਆਉਂਦੇ ਨੇ ਸਕੂਟਰੀ ਆਪਾਂ ਚੱਲੀ ਆਸ ਨਹੀਂ ਵੀ ਜਾਣਦੇ ਤੈਨੂੰ ਆ ਚੱਲੀ ਆਪਾਂ ਖੜ ਜਾ ਗੱਲ ਖਤਮ ਤਾਂ ਹੋ ਲੈਣ ਦੇ ਪਿੰਕੀ ਜੇ ਤੂੰ ਪਿਆਰ ਕਿਸੇ ਹੋਰ ਨੂੰ ਕਰਦੀ ਹੈ ਕਿਸੇ ਹੋਰ ਨਾਲ ਮੰਗਣੀ ਕਿਉਂ ਕਰ ਰਹੀ ਹੈ ਕੀ ਕਹਿ ਰਹੀ ਹੈ ਕੁੜੀਏ ਕੌਣ ਹੈ ਮੁੰਡਾ ਪੁੱਛੋ ਪਿੰਕੀ ਨੂੰ ਬੋਲ ਪ੍ਰਧਾਨ ਨੂੰ ਮੈਂ ਰਾਮਲੀਲਾ ਕਰਾਉਂਦਾ ਰਿਹਾ ਯਾਰ ਚੁੱਪ ਕਰਾ ਲੈ ਉਹਨੂੰ ਮਾਂ ਨੂੰ ਉਹ ਬਕਵਾਸ ਬੰਦ ਕਰ ਕੁੜੀਏ ਓਏ ਕੌਣ ਆ ਤੂੰ ਚੱਲੇ ਸੀ ਜੀ ਅੱਛਾ ਤੇ ਕੁੜੀ ਮੰਗਾ ਮੈਂ ਦੀ ਵਿਆਹ ਹੋਣ ਵਾਲਾ ਸੰਧੂ ਪੈਲਸ 'ਚ ਰਿਸ਼ਤੇਦਾਰੀ ਤੇ ਮੰਗਣੀ ਤੇ ਗਏ ਸੀ ਕੋਈ ਸ਼ੱਕ ਤਾਂ ਪੈਲਸ ਫੋਨ ਕਰਕੇ ਪੁੱਛ ਲਓ ਸੱਚ ਬੋਲ ਰਿਹਾ ਨਾ ਹਾਂਜੀ ਚਲੋ ਜਾਣਦੇ ਓਏ ਥੈਂਕ ਯੂ ਜੀ ਰੋਕੋ ਰੋਕ ਝੂਠੀ ਨਾ ਹੋਵੇ ਕਿਸੇ ਥਾਂ ਦੀ ਜਦ ਮੈਂ ਆਪਣੀ ਗਰਲਫ੍ਰੈਂਡ ਕਿਹਾ ਸੀ ਨਾ ਤਾਂ ਦੇਖ ਲੈ ਕਿਵੇਂ ਔਖੀ ਹੋ ਗਈ ਸੀਗੀ ਹੁਣ ਆਪਣੀ ਵਾਰੀ ਆਪਣਾ ਹੀ ਬਣਾ ਲਿਆ ਮੈਂ ਨਾ ਝੂਠ ਬੋਲਦੀ ਨਾ ਥਾਣੇ ਬੈਠਾ ਹੋਣਾ ਸੀ ਆਇਆ ਵੱਡਾ ਬਚਾ ਲਿਆ ਤੈਨੂੰ ਸ਼ੁਕਰ ਮਨਾ ਨਾ ਤੈਨੂੰ ਡਰ ਨਹੀਂ ਲੱਗਦਾ ਡਰ ਕਾਹਦਾ ਆਪਾਂ ਕਿਹੜਾ ਕੁਝ ਗਲਤ ਕਰ ਰਹੇ ਸੀ ਇੰਨਾ ਕੌਨਫੀਡੈਂਸ ਮੇਰੇ ਬਾਪੂ ਤੋਂ ਆਇਆ ਮੇਰੇ 'ਚ ਉਹ ਕਹਿੰਦਾ ਹੈ ਜੇ ਤੁਸੀਂ ਸੱਚੇ ਹੋ ਨਾ ਤਾਂ ਤੁਹਾਡੇ ਨਾਲ ਕੁਝ ਗਲਤ ਨਹੀਂ ਹੁੰਦਾ ਬੜਾ ਸਹੀ ਕਹਿਣਾ ਤੇਰਾ ਬਾਪੂ ਹੈ ਹੋਰ ਨਹੀਂ ਤਾਂ ਮੇਰੇ ਬਾਪੂ ਵਰਗਾ ਕੋਈ ਨਹੀਂ ਹੋ ਸਕਦਾ ਹਾਂ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀ ਤੈਨੂੰ ਪਤਾ ਮੈਨੂੰ ਪੁੱਛੋ ਲੈ ਕੀ ਕਹਿੰਦੇ ਆ ਕਿ ਭਾਜੀ ਜਿੰਨੇ ਸੋਹਣੇ ਸਨਕ ਤੁਸੀਂ ਹੈਗੇ ਹੋ ਨਾ ਤੁਹਾਡੀ ਕੀਮਤ 65 ਲੱਖ ਦੀ ਬਣਦੀ ਆ ਪਰ ਜੇ ਤੈਨੂੰ ਮੈਂ ਮਾੜਾ ਮੋਟਾ ਵੀ ਪਸੰਦ ਆ ਨਾ ਤਾਂ ਤੇਰੇ ਲਈ ਬੇਸ਼ੁਮਾਰ ਕੀਮਤੀ ਸੋਹਣਾ ਮੁੰਡਾ ਨਾ ਫ੍ਰੀ ਚਾਹ ਕਰ ਦੂ ਹਾਂ ਮੰਨਿਆ ਮੈਂ ਤੇਰੇ ਬਾਪੂ ਵਰਗਾ ਨਹੀਂ ਹੋ ਸਕਦਾ ਪਰ ਇੱਕ ਵਾਅਦਾ ਕਰਦਾ ਮੈਂ ਆਪਣੇ ਬੱਚੇ ਵੀ ਐਵੇਂ ਕਿਹਾ ਕਰਨਗੇ ਕਿ ਸਾਡੇ ਬਾਪੂ ਵਰਗਾ ਵੀ ਕੋਈ ਨਹੀਂ ਹੈਗਾ ਹੈ ਪਾਲੀ ਓਏ ਉੱਥੇ ਕੀ ਕਰਦਾ ਆ ਜਾ ਹੁਣ ਤੇਰਾ ਕੱਖ ਨਾ ਰਹੇ ਮਲਵੈਣੇ ਇੰਨਾ ਔਖਾ ਸਾਰਾ ਕੁਛ ਬੋਲਿਆ ਸੀਗਾ ਹੁਣ ਪਤਾ ਨਹੀਂ ਫਿਰ ਕਦ ਬੋਲਿਆ ਜਾਊਗਾ ਆਇਆ ਪਰਵਾਨ
ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਤੂੰ ਐਵੇਂ ਠੰਡ 'ਚ ਮਰਿਆ ਹੈ ਪਾਗਲ, ਅੰਦਰ ਹੀ ਸੌ ਜਾਂਦਾ। ਜਿਹੜੀ ਹੋਟਲ 'ਚ ਬਦਨਾਮ ਆ ਨਾ, ਉਹ ਕਾਰ 'ਚ ਵੀ ਬਦਨਾਮ ਆ। ਮੈਂ ਚਾਹੇ ਜਿੰਨਾ ਵੀ ਮਾਡਰਨ ਹੋਵਾਂ, ਪਰ ਤੇਰੇ ਲਈ ਤੇਰੀ ਇੱਜ਼ਤ ਕੀ ਮਾਇਨੇ ਰੱਖਦੀ ਆ ਮੈਂ ਸਭ ਜਾਣਦਾ। ਚੱਲ ਆ ਚੱਲੀਏ। ਲੋ ਜੀ ਖੁੱਲ ਗਿਆ। ਚੰਗਾ ਫਿਰ। ਤੁਹਾਡਾ ਘਰ ਬਹੁਤ ਸੋਹਣਾ ਜੀ, ਦੇਖ ਲਾਂ। ਆਈ ਹੈ, ਮੇਰੇ ਬਾਪੂ ਦੇ ਦੋਸਤ ਦਾ ਘਰ ਹੈ। ਬਹੁਤ ਸੋਹਣਾ ਯਾਰ। ਚੱਲ ਫਿਰ, ਸਾਰੀ ਰਾਤ ਤੈਨੂੰ ਧੱਕੇ ਖਵਾਏ, ਥੈਂਕਸ। ਚੱਲ ਕੱਲ੍ਹ ਮਿਲਦੇ ਹਾਂ, ਨਾਲੇ ਪੇਪਰ ਵਾਸਤੇ ਪੜ੍ਹ ਵੀ ਲਈ। ਉਹ ਮੈਂ ਨਾ ਭਾਰੀ ਤੇਰੇ ਨਾਲ ਗੱਲ ਕਰਨੀ ਸੀ, ਗੁੱਸਾ ਤਾਂ ਨਹੀਂ ਕਰੇਂਗੀ? ਲੈ ਇੱਕ ਕਿਉਂ, ਦੋ ਕਹਿ ਲਾ, ਆਪਾਂ ਕਿਉਂ ਗੁੱਸੇ ਹੋਣਾ? ਬੋਲ। ਉਹ ਮੈਂ ਕਹਿਣਾ ਸੀਗਾ। ਚੱਲ ਯਾਰ, ਆਪਾਂ ਕੱਲ੍ਹ ਐਗਜ਼ਾਮ ਤੋਂ ਬਾਅਦ ਆਰਾਮ ਨਾਲ ਗੱਲ ਕਰਦੇ ਹਾਂ। ਮੇਰੇ ਮੰਗੇਤਰ ਦਾ ਫੋਨ ਹੈ। ਮੈਂ ਤੈਨੂੰ ਬਾਅਦ ਚ ਫੋਨ ਕਰਦਾ। ਓਹੋ, ਤੈਨੂੰ ਪੈ ਜੇ ਪਲੇਗ ਦੀ ਬਿਮਾਰੀ। ਤੈਨੂੰ ਇੱਧਰ ਯਾਰ ਟੁੱਟੇ ਦਾ ਫਿਕਰ ਨਹੀਂ, ਆਪਣੀ ਮੰਗਣੀ ਟੁੱਟੇ ਦਾ ਜ਼ਿਆਦਾ ਫਿਕਰ ਹੈ। ਲੈ ਕਿੱਲ ਬਾਈ ਆ ਗਿਆ, ਤੂੰ ਪਵਾ ਤਾਂ ਦਿੱਤੀਆਂ ਤੀਆਂ, ਕਿਲੋ ਕੇਲੇ ਹੀ ਫੜ ਲਿਆਉਂਦਾ। ਜ਼ਿਆਦਾ ਤਾਂ ਨਹੀਂ ਲੱਗੀ ਸਕੂਟਰੀ ਵੀਰੇ? ਰਹਿਣ ਦੇ ਰਹਿਣ ਦੇ, ਹੁਣ ਮਿੱਠੇ ਪੋਚੇ ਮਾਰੀ ਜਾਂਦਾ, ਉਦੋਂ ਨਾਲ ਤਾਂ ਖੜਾ ਨਹੀਂ। ਖੜਨਾ ਕਿੱਥੇ ਸੀ ਓਏ, ਆਪ ਤਾਂ ਗੋਡਿਆਂ ਸਿਰ ਦੀ ਬੈਠੇ ਸੀ, ਨਾਲੇ ਜੇ ਮੈਂ ਨਾਲ ਹੁੰਦਾ ਫਿਰ ਕਿਹੜਾ ਆਪਾਂ ਲੜ ਲੈਣਾ ਸੀ? ਹਲਵਾਈ ਤਾਂ ਖੁਰਟਣ 'ਚ ਕੀ ਫਿਰਦੇ ਉੱਥੇ? ਪ੍ਰਧਾਨ ਉਹ ਯਾਰ, ਉਹ ਬਠਿੰਡੇ ਵਾਲੀ ਮੰਗੀ ਹੋਈ ਆ ਬਾਈ। ਲੈ ਅੰਨਾ ਕੀ ਭਾਲੇ, ਦੋ ਅੱਖਾਂ, ਫਿਰ ਤਾਂ ਪਾਰਟੀ ਹੋ ਗਈ। ਵਧੀਆ, ਚੁੜੇਲ ਤੋਂ ਕਿਹੜਾ ਛੁੱਟਿਆ, ਉਹਦੇ ਪਾਰਟੀ 'ਚ ਬੜੀ ਸਤਿੰਦਰ ਸਤੀ ਬਣੀ ਫਿਰਦੀ ਸੀ। ਲੁਕ ਲੁਕ, ਇਹ ਮੰਗਣੀ ਨਹੀਂ ਹੋ ਠੱਕਦੀ। ਸਰ, ਤੁਸੀਂ ਕਾਊਂਟਰ ਤੇ ਪੈਸੇ ਜਮ੍ਹਾਂ ਕਰਾ ਦਿਓ। ਪੈਸੇ ਜੀ? ਕਿੱਲ ਬਾਈ, ਮੇਰੇ ਤਾਂ ਮੁੱਕੇ ਪਏ ਤੀ ਯਾਰ। ਪੈਸੇ ਤਾਂ ਮੇਰੇ ਕੋਲ ਵੀ ਨਹੀਂ ਹੈਗੇ ਸਕੂਟਰੀ। ਨੰਗ ਦੋਸਤਾਂ ਨਾਲ ਤਾਂ ਬੰਦਾ ਉਹੀ ਚੰਗਾ, ਲੱਗਦਾ ਪਿੰਕੀ ਤੂੰ ਮੰਗਾਉਣੇ ਪੈਣਗੇ। ਉਹ ਮੰਗੀ ਹੋਈ ਤਾਂ ਛੱਡ ਦੇ। ਕਿਹੜੀ ਮੰਗੀ ਗਈ, ਕੁੱਟ ਭਾਵੇਂ ਪੈ ਗਈ, ਪਰ ਹੁਣ ਤਾਂ ਪਿੰਕੀ ਯਾਰਾ ਜੋਗੀ ਰਹਿ ਗਈ। ਪੰਗੜੀ ਟੁੱਟ ਗਈ ਬਾਈ ਉਹਦੀ। ਹੈ? ਹਾਂ ਸੱਚੀ? ਹਾਂ, ਮੰਗਣੀ ਟੁੱਟ ਵੀ ਜਾਂਦੀ ਆ। ਇਹ ਪੇਪਰ ਮੇਰੀ ਜ਼ਿੰਦਗੀ ਦੀ ਨਵੀਂ ਸਟਾਰਟ ਹੈ ਬਾਬਾ ਜੀ। ਇਹ ਮੇਰੀ ਜ਼ਿੰਦਗੀ ਨੂੰ ਕਿਤੇ ਹੋਰ ਲੈ ਕੇ ਜਾ ਰਿਹਾ। ਮੈਨੂੰ ਪਤਾ ਤੁਸੀਂ ਜਿਉਂ ਕਰਦੇ ਹੋ ਠੀਕ ਹੀ ਕਰਦੇ ਹੋ, ਇਸ ਲਈ ਕੁਛ ਤਾਂ ਸੋਚ ਕੇ ਹੀ ਤੁਸੀਂ ਮੇਰਾ ਰਿਸ਼ਤਾ ਸੁਮੇਰ ਨਾਲ ਜੁੜਿਆ ਹੋਣਾ ਬਾਬਾ ਜੀ। ਬਸ ਸਭ ਠੀਕ ਹੀ ਹੋਣਾ।
ਸਤਨਾਮ ਸ਼੍ਰੀ ਵਾਹਿਗੁਰੂ। ਸੌਰੀ ਬਾਬਾ ਜੀ, ਮੈਂ ਤੁਹਾਨੂੰ ਤੰਗ ਕਰ ਰਿਹਾ, ਪਰ ਤੁਸੀਂ ਤਾਂ ਸਾਰਿਆਂ ਦੇ ਰਿਸ਼ਤੇ ਜੋੜ ਦਿਓ। ਤੁਸੀਂ ਮੇਰੇ ਕਰਕੇ ਨਾ ਰਿਸ਼ਤਾ ਤੜਵਾ ਦਿਓ, ਜੋੜ ਮੈਂ ਆਪੇ ਲਊਂਗਾ। ਥੈਂਕ ਯੂ। ਕੀ ਮੰਗਿਆ? ਮੰਗਣਾ ਕੀ ਸੀ? ਸਰਵਾਦਾ ਭਲਾ। ਲੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਇੰਨੇ ਮਹਾਨ ਬੰਦੇ ਨਾਲ ਤੁਰੀ ਫਿਰਦੀ ਹਾਂ। ਆਪਦੇ ਵਾਸਤੇ ਨਹੀਂ ਮੰਗਣਾ ਸੀ ਤਾਂ ਮੇਰੇ ਵਾਸਤੇ ਹੀ ਮੰਗ ਲੈਂਦਾ। ਕੀ ਦੱਸਾਂ ਮਲਵੈਣੇ, ਮੰਗਿਆ ਤਾਂ ਤੇਰੇ ਲਈ ਹੋ ਆ, ਦੱਸ ਕੇ ਜੁੱਤੀਆਂ ਥੋੜਾ ਖਾਣੀਆਂ ਨੇ। ਗੋਰੇ ਵੀਰੇ, ਗੋਰੇ ਗੋਰੇ ਜੀ, ਵਾਟ ਗੋਰੇ ਵੀਰੇ, ਮਿਹਨਤ ਵਾਲੀ ਗੱਲ ਹੈ, 4 ਸਾਲ ਹੋ ਗਏ ਸੀਟੀਆਂ 'ਚ ਬੁੱਕਾ ਮਾਰਦੇ ਨੂੰ, ਬੁੱਲ ਵੀ ਬਾਜੇ ਵਾਲੇ ਵਾਂਗੂ ਸੁੱਜੇ ਪਏ ਨੇ, ਤੁਰੇ ਵੀ ਨਿੱਤ ਫਿਰਦੇ ਤੇ ਜਾਣਾ ਵੀ ਕਿਤੇ ਨਹੀਂ, 4 ਕਿੱਲੇ ਸੀ ਬਾਪੂ ਕੋਲੇ, ਉਹ ਵੀ ਵੇਚਤੇ, ਹੁਣ ਤਾਂ ਕੱਖ ਨਹੀਂ ਰਿਹਾ। ਗੋਰੇ ਵੀਰੇ, ਗੋਰੇ ਵੀਰੇ ਮੈਨੂੰ ਕੱਢ ਇੱਥੋਂ, ਇਹ ਮੈਨੂੰ ਨਰਕ 'ਚੋਂ ਕੱਢ ਦੇ, ਮੈਨੂੰ ਬਾਹਰ ਲੈ ਜਾ। ਗੋਰੇ ਵੀਰੇ ਮੈਨੂੰ ਬਾਹਰ ਲੈ ਜਾ। ਗੋਰੇ ਵੀਰੇ ਤੇਰੀ, ਓਏ ਤੈਨੂੰ ਮੈਂ ਦੱਸਦਾ, ਓਏ ਤੂੰ ਆਪਦੇ ਬੁੜੇ ਨੂੰ ਧੱਕਾ ਮਾਰਿਆ, ਮੇਰੀ ਗੱਲ ਸੁਣੋ, ਜੇ ਹੁਣ ਆਪਦੇ ਜਵਾਈ ਨੂੰ ਨਾ ਲੈ ਕੇ ਗਿਆ ਨਾ, ਅੱਜ ਬਾਹਰ ਨਿਕਲ ਪੁੱਤ, ਜੱਟ ਤੈਨੂੰ ਬਾਸੇ ਥੱਲੇ ਦੇ ਕੇ ਮਾਰੂਗਾ। ਸੁਣਿਆ ਕੁੜੀਆਂ ਤਾਂ ਪਟਕ ਦੇਣੇ ਲੈ ਜਾਂਦੇ ਹੋ, ਸਾਡੇ ਮੇਰੇ ਕੀ ਤੁਹਾਨੂੰ ਸੱਪ ਲੜਦਾ ਹੋਇਆ? ਬੋਲਾ ਬੋਲਾ, ਤੈਨੂੰ ਮੈਂ ਦੱਸਦਾ ਪਤਾ। ਗੋਰਾ ਭਾਜੀ, ਗੋਰਾ ਜੀ, ਆ ਮਹਾਰਾਜ ਤੇਰੇ ਜਵਾਕਾਂ ਦੀ ਉਮਰ ਲੰਬੀ ਕਰੇ, ਮੈਂ ਤੇਰੇ ਲਈ ਫ੍ਰੀ ਖਾੜਾ ਲਾ ਦਿਆਂਗਾ। 10 ਸਾਲ ਹੋ ਗਏ ਇਸ ਗਰੀਬ ਨੂੰ, ਢੋਲਕੀ ਕੁੱਟਦਿਆਂ ਹੁਣ ਤਾਂ ਕਈ ਵਾਰੀ ਆਪ ਕੁੱਟ ਪੈ ਜਾਂਦੀ ਆ, ਐਸ ਕੰਠ ਵਿੱਚ ਆਪ ਸਰਸਵਤੀ ਵਾਸ ਕਰਦੀ। ਸੁਣੋ ਗਾਣਾ ਗਰੀਬ ਦਾ ਸੁਣੋ, ਹੋ ਮੱਥੇ ਦੀਆਂ ਲਿਖੀਆਂ ਨੂੰ ਜਾਣਦਾ ਨਾ ਕੋਈ, ਸਾਰਿਆਂ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ, ਹੋ ਦਿੱਲੀ ਖੜਾ ਜਹਾਜ ਰਿਪੋਰਟ ਤੇ, ਖੜਾ ਜਹਾਜ ਰਿਪੋਰਟ ਤੇ ਬੈਠੇ ਆ ਨਾਲ ਨਾਲ ਸੋਹਣੀ ਏ, ਹੋ ਤੂੰ ਵੀ ਚੱਲੀਆਂ ਕੈਨੇਡਾ ਮੈਂ ਵੀ ਚੱਲਿਆ, ਹੋ ਗਿਆ ਕਮਾਲ ਸੋਹਣੀ ਏ। ਓ ਗੁਰੂ ਜੀ, ਓ ਮਾਈ ਪੇਪਰ ਇਜ਼ ਨਾਟ ਵਿਦ ਮੀ, ਐਕਚੁਅਲੀ ਇਫ ਸ਼ੀ ਪਾਸ ਮੀ ਫੇਲ, ਇਫ ਸ਼ੀ ਫੇਲ ਮੀ ਪਾਸ। ਓ ਆਈ ਟੂ ਹੀ ਨਹੀਂ ਮਾਰਦੇ ਬਾਰਦੀ, ਬਟ ਯੋਰ ਟੀ ਐਂਡ ਬਿਸਕਟ ਟੂ ਟੇਸਟੀ, ਬਸ ਖਾਓ, ਗੈਟ ਆਊਟ। ਥੈਂਕ ਯੂ। ਆ ਕਿਵੇਂ ਰਿਹਾ? ਬਹੁਤ ਵਧੀਆ, ਅੱਜ ਮੈਂ ਇੰਨੀ ਅੰਗਰੇਜ਼ੀ ਬੋਲੀ, ਇੰਨੀ ਅੰਗਰੇਜ਼ੀ ਬੋਲੀ। ਗੋਰਾ ਪਤਾ ਮੈਨੂੰ ਪੰਜਾਬੀ 'ਚ ਕੀ ਕਹਿੰਦਾ? ਕਹਿੰਦਾ ਬਸ ਕਰ। ਤੈਨੂੰ ਕਿਉਂ ਗਿਆ? ਤੇਰਾ ਪੇਪਰ ਵਧੀਆ ਨਹੀਂ ਹੋਇਆ? ਉਹ ਯਾਰ ਫਿਰ ਕੀ ਹੋ ਗਿਆ, ਤੇਰਾ ਪੇਪਰ ਵਧੀਆ ਨਹੀਂ ਹੋਇਆ? ਉੱਥੇ ਵੀ ਤਾਂ ਟੈਕਸੀ ਚਲਾਉਂਦਾ ਹੀ ਆ, ਟੈਕਸੀ ਇੱਥੇ ਆ ਕੇ ਚਲਾ ਲੂ, ਨਾਲੇ ਇੱਥੇ ਦਾ ਵਿਆਹ 'ਤੇ ਲਾਗ ਬਹੁਤ ਵਧੀਆ ਮਿਲਦਾ, ਨਾਲੇ ਇੱਕ ਦਾਰੂ ਦੀ ਬੋਤਲ ਫ੍ਰੀ ਦਿੰਦੇ ਆ। ਰਹਿਣ ਦੇ, ਆਪਦੀ ਬੇਕਰੀ ਆ, ਬਿਸਕੁਟ ਬਣਾਉਂਦਾ, ਉਹ ਤਾਂ ਬੜਾ ਵਧੀਆ ਕੰਮ ਆ, ਇੱਥੇ ਜਨਤਾ ਬਹੁਤ ਖਾਂਦੀ ਆ ਚਾਹ ਨਾਲ। ਲੋੜ ਨਹੀਂ, ਐਗਜ਼ਾਮ ਵਧੀਆ ਹੋਇਆ ਮੇਰਾ, ਪਰ ਕੱਲ ਮੇਰੀ ਸੁਮੇਰ ਨਾਲ ਲੜਾਈ ਹੋ ਗਈ। ਲੜਾਈ ਹੋ ਗਈ ਸੱਚੀ? ਮੇਰਾ ਮਤਲਬ ਵੈਰੀ ਸੈਡ, ਮੰਨ ਕੇ ਤੁਹਾਨੂੰ ਬਾਬਾ ਜੀ। ਹੋਇਆ ਕੀ ਵੈਸੇ? ਕੁਛ ਨਹੀਂ, ਕੱਲ ਸਾਰੀ ਰਾਤ ਤੇਰੇ ਨਾਲ ਬਾਹਰ ਸੀ ਨਾ, ਉਸੇ ਗੱਲ ਨੂੰ ਲੈ ਕੇ ਥੋੜਾ ਬਹੁਤ ਉਹ ਬੋਲਿਆ, ਫਿਰ ਅੱਗੋਂ ਤੈਨੂੰ ਵੀ ਪਤਾ ਮੇਰੇ ਨਿੱਘੇ ਸੁਭਾਅ ਦਾ, ਪਰ ਤੂੰ ਦੱਸ ਮੈਂ ਕਿਹੜਾ ਚਾਹ ਨੂੰ ਬਾਹਰ ਸੀ? ਹਾਂ ਉਹ ਤਾਂ ਹੈ, ਹੁਣ ਕੁੜੀਆਂ ਦੀ ਮਜਬੂਰੀ ਕੌਣ ਸਮਝੇ, ਹੈ ਨਾ, ਉਹਨੂੰ ਟਰੱਸਟ ਨਹੀਂ ਤੇਰੇ ਤੇ, ਆਪ ਚਾਹੇ ਦਿਨ ਰਾਤ ਨਾ ਗੋਰੀਆਂ ਨਾਲ ਖੇ ਖਾਂਦਾ ਵਾ ਉੱਥੇ। ਨਹੀਂ ਜੀ, ਇਹੋ ਜਿਹਾ ਨਹੀਂ ਹੈ। ਅੱਛਾ, ਆ ਦੇਖ ਲੈ ਕਿੰਨੀ ਚੰਗੀ ਆ ਤੂੰ, ਤੈਨੂੰ ਕਿੰਨੀ ਟਰੱਸਟ ਆ ਉਹਤੇ, ਉਹਨੇ ਤੇਰੇ ਬਾਰੇ ਇੱਕ ਵਾਰ ਨਹੀਂ ਸੋਚਿਆ। ਮੈਂ ਤੈਨੂੰ ਗੱਲ ਕਹਾਂ ਇੱਕ, ਚਾਹੇ ਤੈਨੂੰ ਚੰਗੀ ਲੱਗੇ ਚਾਹੇ ਮਾੜੀ, ਪਰ ਇਹੋ ਜਿਹੇ ਬੰਦੇ ਨਾਲ ਨਾ ਜ਼ਿੰਦਗੀ ਬਿਤਾਉਣੀ ਬਹੁਤ ਔਖਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਓ ਆ ਗਿਆ ਫੋਨ। ਥੈਂਕ ਯੂ ਬਾਬਾ ਜੀ, ਸਹੀ ਜਾ ਰਹੇ ਹੋ। ਬਾਬਾ ਜੀ ਫੋਨ ਨਾ ਆਇਆ ਹੋਵੇ ਬਸ। ਫਿਰ ਆ ਗਿਆ ਸੀ ਉਹਦਾ ਫੋਨ? ਨਹੀਂ, ਪਰਵਾਨ ਤੂੰ ਮੰਗਣਾ ਮੇਰੇ ਲਈ। ਉਹ ਆਪਾਂ ਨੀ ਕੁਛ ਮੰਗੀਦਾ ਜੀ, ਆਪਾਂ ਤਾਂ ਸਰਬੱਤ ਦਾ ਭਲਾ ਮੰਗੀਦਾ, ਉਹ 'ਚ ਤੁਸੀਂ ਵੀ ਆ ਜਾਂਦੇ ਹੋ, ਨਾਲੇ ਉਹ ਤਾਂ ਸਭ ਦੇ ਦਿਲਾਂ ਨਹੀਂ ਜਾਣਦਾ, ਆਪੇ ਬੁਝ ਲੈਣਾ ਜੀ ਉਹਨਾਂ ਨੇ। ਨਹੀਂ, ਮੇਰਾ ਬਾਪੂ ਕਹਿੰਦਾ ਕੋਈ ਹੋਰ ਸੱਚੇ ਦਿਲੋਂ ਦੁਆ ਕਰੇ ਤਾਂ ਜ਼ਰੂਰ ਪੂਰੀ ਹੁੰਦੀ ਹੈ, ਤੂੰ ਮੰਗ ਨਾ ਦੋਵਾਂ ਦਾ ਰੌਲਾ ਮੁੱਕ ਜੇ। ਮੈਂ ਹਾਂ ਬੋਲ ਬਾਬਾ ਜੀ, ਇਹਨਾਂ ਦੋਨਾਂ ਦਾ ਨਾ ਝਗੜਾ ਮੁੱਕ ਜਾਵੇ। ਨਾ ਮੁੱਕੇ ਬਾਬਾ ਜੀ, ਮੈਂ 100 ਰੁਪਏ ਹੋਰ ਚੜਾਊਂਗਾ। ਆ ਜਾ ਹੁਣ। ਆਇਆ, 200 200।
ਵੈਸੇ ਤੈਨੂੰ ਮਿਲਿਆ ਕਿੱਥੇ ਸੀ ਉਹ ਫੇਸਬੁੱਕ ਤੇ? ਨਹੀਂ, ਸਾਡੀ ਰਿਸ਼ਤੇਦਾਰੀ ਜੋ ਹੈ ਬਾਪੂ ਦੀ ਮਾਸੀ ਦੀ ਕੁੜੀ ਦੇ ਜੇਠ ਦਾ ਮੁੰਡਾ ਹੈ। ਉਹ ਤੇਰਾ ਭਰਾ ਲੱਗਾ ਫਿਰ ਤਾਂ ਉਹ? ਹੈ? ਹਾਂ, ਤੇਰੇ ਬਾਪੂ ਦੀ ਮਾਸੀ, ਤੇਰੇ ਲਈ ਦਾਦੀ, ਦਾਦੀ ਦੀ ਕੁੜੀ, ਤੇਰੇ ਲਈ ਭੂਆ, ਭੂਆ ਦਾ ਘਰਵਾਲਾ, ਫੁੱਫੜ, ਫੁੱਫੜ ਦਾ ਭਰਾ ਵੀ ਤੇਰਾ ਫੁੱਫੜ ਹੀ ਲੱਗਿਆ ਨਾ, ਤੇ ਉਹਦਾ ਮੁੰਡਾ ਭਰਾ ਤੇਰਾ। ਪਾਗਲ ਹੈ, ਇੰਨੀ ਦੂਰ ਦੀ ਰਿਸ਼ਤੇਦਾਰੀ ਕੌਣ ਮੰਨਦਾ? ਜੇ ਇੰਨੀ ਦੂਰ ਦਾ ਨਾ, ਕੀ ਪਤਾ ਮੁੰਡਾ ਨਸ਼ੇ ਕਰਦਾ ਹੋਵੇ। ਨਹੀਂ ਜੀ, ਸਾਊ ਹੈ। ਉਹ ਨਸ਼ੇ ਕਰਦਾ ਹੋ ਮੈਨੂੰ ਪਤਾ। ਮੈਨੂੰ ਲੱਗਦਾ ਮੈਂ ਕੁਝ ਜ਼ਿਆਦਾ ਹੀ ਬੋਲ ਗਈ, ਉਹਨੇ ਤਾਂ ਸੌਰੀ ਦਾ ਮੈਸੇਜ ਵੀ ਕੀਤਾ ਸੀ। ਤੈਨੂੰ ਕੀ ਲੱਗਦਾ ਮੈਂ ਫੋਨ ਮਾਰਾਂ? ਨਾ, ਇੱਥੋਂ ਤਾਂ ਪਤਾ ਲੱਗਦਾ ਮੁੰਡਿਆਂ ਦਾ। ਆਪਾਂ ਤਾਂ ਆਪਣੀ ਚੂੜੀਆਂ ਨੂੰ ਲੈ ਕੇ ਪੂਰਾ ਕਲੀਅਰ ਹਾਂ, ਰੁੱਸੇ ਜਿਹੜਾ ਮਰਜ਼ੀ ਮਨਾਊਂਗਾ ਮੈਂ ਹੀ। ਕੁੜੀਆਂ ਦਿਲ ਨਾ ਨਾਜ਼ੁਕ ਹੁੰਦੇ ਆ, ਸਾਰੇ ਆਵੇ ਜਨਤਾ ਦਾ ਵੀ। ਤੂੰ ਸਹੀ ਹੈ, ਮੁੰਡੇ ਨੂੰ ਹੀ ਪਹਿਲ ਕਰਨੀ ਚਾਹੀਦੀ। ਹੋਰ ਕੀ, ਨਾਲੇ ਕਰੀ ਆਪਣੀ ਮਰਜ਼ੀ, ਆਏ ਨਾ ਕਹੀਂ ਕਿਤੇ ਮੈਂ ਕਿਤੇ ਲੜਾਈ ਕਰਾ ਰਿਹਾ ਤੇਰੀ। ਨਹੀਂ ਨਹੀਂ, ਠੀਕ ਹੈ। ਦੇਖੀ ਬਾਬਾ, ਕਿਤੇ ਕੰਮ ਪੁੱਠਾ ਹੀ ਨਾ ਕਰਦੀ। ਬੜੀ ਖੁਸ਼ ਦੇਖਦੀ ਹੈ, ਪੇਪਰ ਵਧੀਆ ਹੋ ਗਿਆ? ਐਗਜ਼ਾਮ ਤਾਂ ਵਧੀਆ ਹੋ ਹੀ ਗਿਆ, ਤਾਂ ਕਾਲ ਵੀ ਆ ਗਿਆ। ਸੱਚੀ? ਹਾਂ, ਤੂੰ ਸਹੀ ਸੀ, ਚੰਗੇ ਮੁੰਡੇ ਆਪ ਹੀ ਪਹਿਲ ਕਰਦੇ ਆ। ਉਹਨੇ ਕਾਲ ਕੀਤਾ ਤੇ ਆਂਦਾ ਸੌਰੀ ਮੈਂ ਬੀਅਰ ਪੀਤੀ ਸੀ ਨਾ, ਤਾਂ ਬਹਿਸ ਹੋ ਗਈ, ਨਹੀਂ ਤਾਂ ਲੜਦਾ ਹੀ ਨਹੀਂ। ਝੂਠਾ, ਬੀਅਰ ਨਾਲ ਥੋੜਾ ਕੁਝ ਹੁੰਦਾ? ਬੀਅਰ ਤਾਂ ਜਮਾਂ ਦਾ ਪਾਣੀ ਹੁੰਦਾ, ਸੱਚੀ ਲੜਿਆਉਣਾ ਉਹ। ਤੂੰ ਰਹਿਣ ਦੇ, ਚੱਲ ਮੈਨੂੰ ਬੱਸ ਅੱਡੇ ਛੱਡਿਆ। ਬੱਸ ਅੱਡੇ? ਓ ਪਾਲੀ, ਤੂੰ ਸੱਚੀ ਚੱਲੀ ਆ? ਹਾਂ, ਹੁਣ ਇੱਥੇ ਕੀ ਕਰਨਾ, ਪੇਪਰ ਤਾਂ ਹੋ ਗਏ ਤੇ ਮੇਰੇ ਬਾਪੂ ਨੇ ਤਾਂ ਮੈਂ ਹੀ ਜਾਣਦੀ ਆ ਕਿਵੇਂ ਕੱਟਿਆ ਹੋਣਾ ਮਹੀਨਾ, ਫਿਰ ਬਾਹਰ ਵੀ ਜਾਣਾ। ਹੈਨੀ ਛੇਤੀ? ਹੋਰ, ਉਧਰ ਕੋਰਟ ਮੈਰਿਜ ਕਰਾ ਕੇ ਪੀਆਰ ਵਾਸਤੇ ਅਪਲਾਈ ਕਰਨਾ, ਫਿਰ ਅਸਲੀ ਵਿਆਹ ਤੇ ਇੱਧਰ ਆ ਕੇ ਕਰਨਾ। ਸੱਦੂ ਤੈਨੂੰ ਮੈਂ, ਚੱਲ। ਤੈਨੂੰ ਪੀਆਰ ਦੀ ਪਈਆ, ਇੱਧਰ ਮੇਰਾ ਆਧਾਰ ਕਾਰਡ ਨਹੀਂ ਬਣਦਾ, ਮਰਵਾ ਤਾ ਰੱਬਾ। ਚੱਲ ਆ ਗਿਆ। ਚੰਗਾ ਬਈ ਪਰਵਾਨ ਸਿਆ, ਥੈਂਕਸ, ਤੂੰ ਮੇਰੀ ਇਸ ਸ਼ਹਿਰ 'ਚ ਇੰਨੀ ਹੈਲਪ ਕੀਤੀ, ਤੇਰੇ ਕਰਕੇ ਪਾਲੀ ਲਈ ਇੱਜ਼ਤ ਜੀ ਵੱਧ ਗਈ ਮਾਝੇ ਦੀ। ਇੰਨੇ ਮਾੜੇ ਵੀ ਨਹੀਂ ਹੁੰਦੇ ਅੰਬਰਸਰੀਏ। ਉਹ ਚਲੋ ਵੀ ਚਲੋ, ਬਹੁਤ ਹੋ ਗਿਆ ਭਰਤ ਮਲਾਪ। ਉਹ ਤੂੰ ਹੈ, ਤੂੰ ਫਿਰ ਟੱਕਰ ਗਿਆ? ਉਹ ਸਾਧ ਹੁਣ ਡੇਰੇ 'ਚ ਨਹੀਂ ਮਿਲੂ ਤਾਂ ਹੋਰ ਦੱਸ ਕਿੱਥੇ ਮਿਲੂ, ਬਾਹਰ ਸਾਨੂੰ ਕੋਈ ਲੈ ਕੇ ਨਹੀਂ ਆਉਂਦਾ, ਹੋਰ ਦੱਸ ਕਿਹੜੇ ਖੂਹ 'ਚ ਡਿੱਗੀਏ। ਚਲੋ ਚਲੋ ਛੇਤੀ ਕਰੋ, ਪਹਿਲੀ ਲੇਟ ਆ ਸੀ। ਓਏ ਆ ਜਾਓ ਹੁਣ, ਗੱਲ ਲੱਗ ਕੇ ਰੋਣ ਨਾ ਪੈ ਜਾਓ, ਚਲੋ ਛੇਤੀ ਕਰੋ, ਪਹਿਲਾਂ ਹੀ ਲੇਟ ਆ, ਛੇਤੀ ਕਰੋ। ਚੱਲ, ਸਤਿ ਸ਼੍ਰੀ ਅਕਾਲ। ਚਲੋ ਚਲੋ ਚਲੋ, ਚੱਲ ਚੱਲ ਆਓ ਬੇਬੇ, ਕਹਾ ਆਓ ਨਾ। ਅੱਜ ਵੀ ਆ ਕੇ ਕੋਈ ਹੋਰ ਹੀ ਕਟਾਊ? ਦੋ ਬਠਿੰਡਾ। ਤੂੰ ਫੇਰ ਆ ਗਿਆ, ਹੁਣ ਵੀ ਇਹ ਸਾਡੇ ਕੋਲੇ ਮੂਹਰਲੀਆਂ ਸੀਟਾਂ ਤੇ ਬਹਿਣਾ, ਬਹਿ ਜਾ, ਫੇਰ ਨਾ ਚੀਕਾਂ ਜਾ ਮਾਰੀ। ਤੂੰ ਟਿਕਟ ਕੱਟ ਓਏ, ਟਿਕਟ ਤਾਂ ਤੂੰ ਸਾਡੀ ਕੱਟੀ ਆ ਪੁੱਤ, ਹੁਣ ਮੈਂ ਤੇਰੀ ਕੱਟੂੰਗਾ। ਮੈਨੂੰ ਇਹ ਬੰਦਾ ਠੀਕ ਨਹੀਂ ਲੱਗਦਾ, ਮੈਂ ਤੈਨੂੰ ਪਿੰਡ ਛੱਡ ਕੇ ਆਊਂਗਾ ਪਾਲੀ। ਓ ਹੈਲੋ, ਲੁੱਚੀ ਘੁੱਗੀ ਕੌਂ ਬਦਨਾਮ, ਆ ਬਕਾਇਆ ਬਾਅਦ ਚ ਦਿੰਦਾ ਮੈਂ। ਚੱਲ ਚੱਲ ਆ ਵੀ ਟਿਕਟ, ਟਿਕਟ ਤੋਂ ਬਿਨਾਂ ਨਾ ਹੋਵੇ ਕੋਈ। ਤੂੰ ਠੀਕ ਹੋ ਕੇ ਬਹਿ ਜਾਂਦੀ ਪਾਲੀ। ਆ ਕਿੱਥੇ? ਇੱਧਰ ਰੱਖ ਦੇਣਾ, ਉਦਾਂ ਹੀ। ਓ ਮੈਂ ਨਾ ਪਹਿਲੇ ਤੇਰੇ ਨਾਲ ਗੱਲ ਕਰਨੀ ਸੀਗੀ। ਤੇਰੀਆਂ ਨਾ ਗੱਲਾਂ ਮੁੱਕੀਆਂ, ਹਾਂ ਬੋਲ। ਓ ਤੂੰ ਤਾਂ ਚਾਰ ਦਿਨਾਂ ਨੂੰ ਜਹਾਜ਼ ਚੜ ਜਾਣਾ ਨਾ, ਫਿਰ ਮੈਨੂੰ ਐਂ ਸੀ ਮੇਰੇ ਦਿਲ 'ਚ ਵਹਿਮ ਜਿਹਾ ਨਾ ਰਹਿ ਜਾਵੇ ਕਿ ਮੈਂ ਗੱਲ ਨਹੀਂ ਕੀਤੀ। ਮੈਂ ਨਾ ਤੈਨੂੰ ਬਹੁਤ ਪਸੰਦ ਕਰਦਾ ਅਤੇ ਦੋਸਤੀ ਨਾਲੋਂ ਵੱਧ ਗਾਲੀ ਪਸੰਦ ਆ, ਨਾਲੇ ਹੁਣ ਵੀ ਤਾਂ ਅੰਮ੍ਰਿਤਸਰੀ ਦਾ ਮਨ ਵਧੀ ਗਿਆ ਤੇਰੀ ਨਿਗਾਹ 'ਚ। ਜੁੱਤੀ ਹੈ ਮੇਰੇ ਪੈਰ 'ਚ। ਇੰਨਾ ਕੁ ਤਾਂ ਮੈਂ ਜਾਣਦਾ ਤੇਰੇ ਨਿੱਘੇ ਸੁਭਾਅ ਨੂੰ। ਦੇਖ, ਬਾੜੇ ਡਾਇਲੌਗ ਜੇ ਨਾ ਮਾਰ, ਮੇਰੇ ਬਾਪੂ ਨੇ ਦੇਖਭਾਲ ਕੇ ਰਿਸ਼ਤਾ ਕੀਤਾ ਤੇ ਮੈਂ ਵੀ ਖੁਸ਼ ਹਾਂ। ਤੇਰੀ ਖੁਸ਼ੀ ਨਾਲ ਕੀ ਹੁੰਦਾ, ਮੈਂ ਨਹੀਂ ਨਾ ਖੁਸ਼, ਕਿੰਨੀ ਸੈਲਫਿਸ਼ ਆ ਤੂੰ। ਹਾਂ, ਨਾਲੇ ਜੇ ਤੇਰੇ ਬਾਪੂ ਨੇ ਕਿਹਾ ਕਿ ਬਾਹਰੋਂ ਮੁੰਡਾ ਫੇਲ ਤੇ ਅੰਮ੍ਰਿਤਸਰੀਆ ਪਾਸ, ਫਿਰ ਤੂੰ ਮਰ ਜਾਏਗੀ। ਇਹ ਤਾਂ ਹੋ ਹੀ ਨਹੀਂ ਸਕਦਾ, ਤੂੰ ਜਾਣਦਾ ਨਹੀਂ ਮੇਰੇ ਬਾਪੂ ਨੂੰ, ਬਹੁਤ ਚਿੱਤਰ ਪੈਣਗੇ, ਫੇਰ ਨਾ ਕਹੀਂ ਦੱਸਿਆ ਨਹੀਂ। ਓ ਬਾ, ਉਹ ਤੇਰੇ ਢੀਠ ਆਸ਼ਕ ਦੇ,
ਉਹ ਵੱਡਿਆ ਰਾਂਝਾ ਇੰਨੀ ਥੂ ਥੂ ਕਰਾਈ ਜਾਂਦਾ, ਬੰਦੇ ਚ ਅਣਖ ਨਾ ਉਹਦੀ ਵੀ ਚੀਜ਼ ਹੁੰਦੀ ਆ ਕੋਈ। ਉਹ ਜਾ ਤੂੰ ਨਾ, ਹੁਣ ਤੂੰ ਤੇ ਤੇਰਾ ਬਾਪੂ ਸ਼ੋਰ ਹੋ ਨਾ ਰਹੀ। ਆਹੋ ਫਿਰ ਡਰਦੀ ਕਾਹਤੋਂ ਆ, ਮੈਂ ਵੀ ਤਾਂ ਤੈਨੂੰ ਚੰਡੀਗੜ੍ਹ 25 ਦਿਨ ਘੁਮਾਇਆ ਹੀ ਆ, ਤੂੰ ਮੈਨੂੰ 2 ਦਿਨ ਪਿੰਡ ਨਹੀਂ ਲਿਜਾ ਸਕਦੀ। ਲੈ ਜਾ ਇਹਨੂੰ ਭੂੰ ਡਾਸ਼ਕ ਨੂੰ, ਇਹੋ ਜਿਹੇ ਭੂੰ ਡਾਸ਼ਕ ਛਿੱਤਰ ਖਾ ਕੇ ਮੁੜਦੇ ਹੁੰਦੇ ਆ। ਮੱਥੇ ਜੁੱਤੀ ਮਾਰਨੀ ਆ ਲਾ ਕੇ। ਹਾਂ ਵੀ ਹਾਂ, ਟਿਕਟ ਤੋਂ ਬਿਨਾਂ ਕੋਈ ਹੋਰ ਆ ਕਦੇ ਪੁੱਛੋ ਜੀ। ਹਾਂ ਬਾਈ ਪਲੀਜ਼ ਪੁੱਛੋ, ਮੰਡੀ ਪੁੱਛੋ, ਉਹ ਪੁੱਛੋ ਦੀ ਸਵਾਰੀ ਤੁਸੀਂ ਪਹਿਲਾਂ ਕਿਹਾ ਹੈ ਸੱਚੀ। ਥੈਂਕ ਯੂ। ਆਈ ਨੀ ਪਾਲੀ ਦੀ ਬੱਸ, ਕਦੋਂ ਗਾਊਗੀ? ਤਾਇਆ ਮੈਨੂੰ ਕਿਹੜਾ ਦੱਸ ਕੇ ਗਈ ਆ? ਤੈਨੂੰ ਨਹੀਂ ਦੱਸ ਕੇ ਗਈ? ਨਾ। ਓ ਆ ਗਈ ਲੱਗਦਾ। ਓ ਬੱਲੇ ਬੱਲੇ, ਚਲੋ ਚਲੋ ਡਾਕੀ ਕੋਲੇ, ਚਲੋ ਡਾਕੀ ਕੋਲੇ, ਚਲੋ ਛੇਤੀ ਚਲੋ ਛੇਤੀ। ਓ ਕਿੱਧਰ ਰਹਿ ਗਈ? ਆ ਗਈ। ਲੈ ਤੂੰ ਤਾਂ ਕਹਿੰਦਾ ਸੀ ਬਾਪੂ ਜੀ ਨਹੀਂ ਲੱਗਦਾ, ਇੰਨਾ ਤਾਂ ਖੁਸ਼ ਹੈ। ਉਹ ਤੈਨੂੰ ਵੇਖ ਕੇ ਖੁਸ਼ੀ ਚੜੀ ਹੈ ਮੈਨੂੰ। ਲਿਸੀ ਨਹੀਂ ਹੋ ਗਈ ਕੁਛ? ਅੱਛਾ ਹਾਂ, ਰਹਿਣ ਦੇ ਕੁਛ ਵੀ। ਹੋਰ ਜਿੱਟਰ ਕੀ ਹਾਲ ਹੈ? ਵਧੀਆ ਹਾਲ ਹੈ ਦਾ। ਪੱਲੀਆ ਮੁੰਡਾ ਇਹ ਮੇਰਾ ਫਰੈਂਡ ਆ, ਤੈਨੂੰ ਦੱਸਿਆ ਸੀ ਨਾ ਪਰਵਾਨ ਛੱਡਣ ਆਇਆ ਮੈਨੂੰ। ਅੱਛਾ ਮੇਰੀ ਪੈਣਾ, ਉਹ ਬੱਸ ਵਾਲਾ ਮੁੰਡਾ? ਹਾਂਜੀ। ਅੱਛਾ ਅੱਛਾ ਅੱਛਾ, ਆਓ ਜੀ ਫਿਰ ਚੱਲਦੇ ਆ ਘਰੇ। ਮੈਂ ਤਾਂ ਜੀ ਆਹ ਪਾਲੀ ਦਾ ਸਮਾਨ ਲੈ ਕੇ ਆਇਆ ਸੀ ਨਾਲ, ਜ਼ਿਆਦਾ ਸੀ ਨਾ, ਛੱਡਣ ਆਇਆ ਸੀਗਾ। ਜੇ ਮੈਂ ਤੁਹਾਡੇ ਨਾਲ ਗਿਆ ਤਾਂ ਲੇਟ ਹੋ ਜੂੰਗਾ, ਤੁਸੀਂ ਚਲੋ। ਇਹ ਵੀ ਗੱਲ ਤੇਰੀ ਠੀਕ ਹੈ, ਚੰਗਾ ਫਿਰ ਤੂੰ ਚੱਲ, ਤੂੰ ਕਰ ਵਾਟ ਨੇੜੇ। ਹੈਂ ਓਏ ਜਿਟਰਾ, ਹਾਂ ਤਾਇਆ, ਬਾਈ ਨੂੰ ਚੜਾ ਕੇ ਆਈ ਬੱਸ ਤੇ? ਚੰਗਾ ਤਾਇਆ। ਤੁਰ ਕੇ ਆਈ? ਚੰਗਾ ਠੀਕ ਆ, ਚੱਲ ਆ ਚਲੀਏ। ਹੋ ਗਈ ਤਸੱਲੀ? ਸਤਿ ਸ੍ਰੀ ਅਕਾਲ। ਓ ਕੀ ਚੱਕੀ ਜਾਨਾ, ਆ ਜਾ ਇੱਧਰ, ਆ ਜਾ, ਓਏ ਆ ਜਾ ਹੁਣ, ਓਏ ਚੱਲ ਵੀ, ਜਾ ਚਲੇ ਚੱਲਦੇ ਆ ਬਈ, ਇੱਥੇ ਆ ਜਾ ਬਈ, ਇੱਥੇ ਮੈਂ ਚਲੇ ਜਾਊਂਗਾ, ਤੂੰ ਜਾ। ਤਾਏ ਨੇ ਕਿਹਾ ਸੀ ਬੱਸ ਚੜਾ ਕੇ, ਮੈਂ ਤਾਂ ਬੱਸ ਚੜਾ ਕੇ ਜਾਊਂ। ਬੱਸ ਦਾ ਕੀ ਪਤਾ ਕਦੋਂ ਆਊਗੀ, ਤੂੰ ਜਾ। ਆ ਜਿਹੜੀ ਗਈ ਆ ਨਾ ਉਹੀ ਆਊ। ਵੈਸੇ ਤੇਰਾ ਨੋਕੀਆ ਵਾਲਿਆ, ਤੈਂ ਕੀ ਲੈਣਾ? ਬਬਲਗਮ ਖਾਏਗਾ? ਮੈਂ ਨਹੀਂ ਖਾਣੀ, ਆਪਦੇ ਕੋਲ ਹੀ ਰੱਖ। ਜਵਾਕ ਜਿਹਾ ਨਹੀਂ ਸੂਤ ਆਉਂਦਾ। ਬੱਸ ਆ ਗਈ। ਹਾਂ ਭਰ ਲਿਆ ਟੋਕਰਾ? ਚਲ ਕੋਈ ਨਾ, ਬੰਦਿਆਂ ਨਾਲ ਹੁੰਦੀਆਂ ਆਈਆਂ ਨੇ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਆ ਲੈ ਟੋਫੀ ਚੂਸੀ ਚੱਲ। ਜਾ ਤੂੰ, ਵਾ ਦਿਲ ਦੇ ਮਰੀਜ਼ ਨੂੰ ਬਚਾ ਕੇ ਬਿਠਾ ਲਿਓ ਵੀ ਸੀਟ ਤੇ ਸੀਟ। ਓ ਕਿਹੜਾ ਬਈ, ਖੜ ਜਾ ਆਉਣਾ। ਓਏ ਤੂੰ, ਸਤਿ ਸ਼੍ਰੀ ਅਕਾਲ ਜੀ। ਗਿਆ ਨਹੀਂ ਹਲੇ? ਮੇਰੀ ਬੱਸ ਲੰਘ ਗਈ ਜੀ। ਝੂਠ ਬੋਲਦਾ ਤਾਇਆ, ਮੈਨੂੰ ਆਪ ਬੱਸ ਚੜਾ ਕੇ ਤੇ ਬਿਠਾ ਕੇ ਆਇਆ। ਓਹ ਮੈਂ ਬੈਠਾ ਸੀ ਜੀ, ਅੱਗ ਜਾ ਕੇ ਖਰਾਬ ਹੋ ਗਈ, ਪੰਜਾਬ ਰੋਡਵੇਜ਼ ਸੀ ਨਾ ਜੀ। ਚੱਲ ਆ ਜਾ। ਜੀਟਰਾ। ਹਾਂ ਤਾਇਆ। ਬਾਈ ਦਾ ਮੰਜਾ ਕੋਠੇ ਤੇ ਡਵਾ ਦੇ।
ठीक है ताया। इनू रोटी पचनी पता। हाँ जी। सत श्री अकाल। ओ दसो भी कोई जाना कित्थे आ? ओए होर की गुरुद्वारे जाना? तेरा भी जमी सरे ही पिया, चल उत्ते आ गया झूठ बोल के। खराब हो गई सी बस, झूठ थोड़ा बोलदा मैं। आ चक तेरा बिस्तरा, होर कुछ? जा रोटी लेके आ। होर है नी, तेरी एक रोटी पिछे किते मैं तंदूर न तपाला। मैं मेहमान आया होया, थोड़ी इज्जत ना बोलो। हाय मेहमाना, मेरे तन ने तेनु कुटना बहुत है। केड़ी गलो? जड़े तेरे लच्छन ने ना कुट खान वाली ने। ओ जा तू ढिल्ली जुड़ी। ਕਿੱਦਾਂ ਸਕੂਟਰੀ? ਹਾਂ ਗਿਲ ਕਿਕਣਾ ਬਾਈ ਟੋਡਾ ਸਾਰੇ ਆਇਆ ਹੋਇਆ। ਹਾਏ ਸਵਾਦ ਆਇਆ ਪਿਆ, ਠੰਡੀ ਠੰਡੀ ਹਵਾ। ਲੈ ਸੱਚੀ ਉਹ ਗਿਲ ਬਾਈ, ਮੈਨੂੰ ਲੱਗਦਾ ਤੂੰ ਕੁੱਟ ਖਾ ਗਿਆ ਹੈਗਾ ਉੱਥੋਂ। ਨਾ ਤੁਸੀਂ ਨਾ ਮੇਰਾ ਕਰੇ ਚੰਗਾ ਸੋਚ ਲਿਓ। ਕਿਹੜਾ ਕਿਹੜਾ ਕੁੱਟਦਾ ਲੱਗਦਾ? ਫੋਨ ਕੱਟ ਪਾਲੀ। ਹੈਲੋ, ਉਹ ਕਿੱਦਾਂ ਸੋਹਣੇ ਹੋ, ਕੀ ਹਾਲ ਨੇ परवान? की होया? कुछ चाहिदा? अच्छा इत्थों बोली सी। ओ मैं ता देखना सी किते ओ एनआरआई नाल ते नहीं गल्ला मारदी मिट्टियां मिट्टियां। चल गुड नाइट बाय। ओ तू जा। होए कोठे ते किल माया, कोठे ते किल माया। अगे की सी? चल छड़, पर आज तो नींद आनी मैनू, आज तो नवे बूटे च ना चा चढ़े पे सारे आने का। हाय बस बापू बन जावे। गरम चाह पड़ा के ता मेरा गला फूकना है, ठंडी करके ले गया नू। ठंडी करके ले आया ताया, खेता नू गया के गया सी वी मुंडे नू पहली बस बिठाना है। चल तित्तर होया तित्तर है। ओ गल सुनो तू मेरी, तू मेरे नाल बड़ा अड़िया ना कर, डरता नहीं मैं तेरे ताए तो, मिल के जाऊंगा मैं। गरम करके ले के जा, ठंडी नहीं पीनी मैं। तू डरू भी तो ज्यादा लगता कि आप ही ना दत्ता हो जाए ताए तो। पाली 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 कित्थे आ भागड़िए? गुड मॉर्निंग जी। तू गया नहीं? चलिया जाऊंगा, चाह चू तो पुछ लो। नाल तेनू गल दसा, ਤੁਹਾਡਾ ਘਰ ਬਹੁਤ ਸੋਹਣਾ, ਇੱਥੇ ਸੁਪਨੇ ਵੀ ਬਹੁਤ ਸੋਹਣੇ ਸੋਹਣੇ ਆਉਂਦੇ ਆ। ਤੁਹਾਨੂੰ ਪਤਾ ਰਾਤੀ ਮੇਰੇ ਕੀ ਸੁਪਨਾ ਆਇਆ? ਆਪਾਂ ਬੱਸ 'ਚ ਉਤਰੇ ਅਤੇ ਤੁਸੀਂ ਮੈਨੂੰ ਪ੍ਰਪੋਜ਼ ਕਰਤਾ। ਹੈਰਾਨੀ ਵਾਲੀ ਗੱਲ ਪਤਾ ਕੀ ਆ? ਕਿ ਮੈਂ ਤੁਹਾਨੂੰ ਹਾਂ ਵੀ ਕਰਤੀ। ਝੂਠਾ, ਹੋਰ ਕੁਛ? ਝੂਠਾ ਨਹੀਂ ਜੀ ਹੈਗਾ ਮੈਂ। ਤੁਹਾਨੂੰ ਪਤਾ ਮੇਰੀ ਬੇਬੇ ਕੀ ਕਹਿੰਦੀ ਆ? ਜਿਹੜੇ ਐਂ ਕਹਿੰਦੇ ਨਾ ਆਪ ਝੂਠੇ ਹੁੰਦੇ ਆ। ਮੈਂ ਨਹੀਂ ਝੂਠਾ ਹੈਗਾ, ਉਹ ਤੇਰੀ ਭੈਣ ਨੂੰ ਲੈ ਜਾ ਵਿਆਹ ਕੇ। ਗਾਲ ਕਿਹਨੂੰ ਕੱਢੀ ਆ? ਤੈਨੂੰ ਗਾਲ ਕਦ ਕੱਢੀ ਆ? ਤੈਨੂੰ ਕਹਿ ਚਾਹ ਤੱਤੀ ਆ, ਮੂੰਹ ਕਰਾਂ ਤੂੰ ਮੇਰਾ? ਇਹਨੂੰ ਠੰਡੀ ਕਰਕੇ ਲੈ ਕੇ ਭੱਜਾ। चाह तो ठंडी है। झूठा, छेती करो यार निकिया, की करी जाने हो? फिर कणक बन्नी भी होना। सत श्री अकाल जी, थोनू मिले बिना थोड़ा चले जाना अंकल जी। अंकल की हुंदा ओए? अंकल नहीं कमा तां होर की कहां जी। फुफड़ा अखला? फुफड़? हाँ। ना जी ना, जमा ही नहीं, मेरी कड़ा कोई भूआ।
ਮਾਮਾ ਕਹਿ ਲੈਣਾ ਜੀ। ਇਹ ਗੱਲ ਤੇਰੀ ਠੀਕ ਹੈ, ਬੁੜੇ ਨੂੰ ਮੇਰਾ ਸਾਲਾ ਨਾ ਬਣਾਈ, ਮੈਨੂੰ ਬੁੜੇ ਦਾ ਸਾਲਾ ਬਣਾ ਦੇ। ਉਹ ਮੈਨੂੰ ਲੱਗਦਾ ਜੀ ਚਾਚੇ ਦਾ ਚੱਕਰ 'ਚ ਆਪਣਾ ਫਿਰ ਰੌਲਾ ਪੈ ਜਾਣਾ, ਕਿਉਂਕਿ ਬੇਬੇਰਾ ਜਿਹੜਾ ਤੁਸੀਂ ਬਣਨਾ ਨਹੀਂ ਤੇ ਹੋਰ ਆਪਾਂ ਵੰਡ ਹੀ ਦੇਣਾ। ਵੈਸੇ ਗੱਲ ਕਹਾਂ ਜੀ, ਤੁਸੀਂ ਜਮਾਂ ਮੈਨੂੰ ਮੇਰੇ ਬਾਪੂ ਵਰਗੇ ਲੱਗਦੇ ਹੋ, ਬਾਪੂ ਕਹਿ ਲਿਆ ਕਰਾਂ। ਅੱਛੇ ਠੀਕ ਕਰੋ ਯਾਰ, ਕੀ ਕਰੀ ਜਾਂਦੇ ਹੋ? ਠੀਕ ਹੈ ਨਾ ਜੀ, ਨਾ ਜੇ ਤੁਹਾਡੀ ਵਾਰਤਾਲਾਪ ਪੂਰੀ ਹੋ ਗਈ ਤਾਂ ਫਿਰ ਆਪਾਂ ਚੱਲੀਏ। ਉਹ ਖੜ ਜਾ, ਬਾਪੂ ਜੀ ਨਾਲ ਪੱਠੇ ਦਾ ਪੜਾ ਲੈਣ ਦੇ। ਲਿਆ ਚਾਚਾ ਦਾਤੀ, ਮੈਂ ਵੜਦਾ। ਰਹਿਣ ਦੇ ਓਏ ਸ਼ਹਿਰੀਆ, ਹੱਥ ਵੜਾ ਲੇਂਗੇ ਐਵੇਂ। ਨਾ ਬਾਪੂ ਜੀ, ਤੁਹਾਨੂੰ ਮੈਂ ਕਿਹੜੇ ਪਾਸੇ ਸ਼ਹਿਰੀ ਲੱਗਦਾ, ਅੰਮ੍ਰਿਤਸਰ 'ਚ 45 ਕਿੱਲੇ ਪੈਲੀ ਆਪਣੀ। ਓਏ ਅੰਮ੍ਰਿਤਸਰ ਕਿਹੜਾ ਤੇਰੇ ਪਿਓ ਵਾਲਾ ਪਿੰਡ ਆ ਓਏ। ਹੁਣ ਪਹਿਲੀ ਸ਼ਹਿਰ 'ਚ ਆ ਗਈ ਬਾਪੂ ਜੀ, ਮੇਰਾ ਕੀ ਕਸੂਰ ਹੈ ਤੇ? ਨਾਲੇ ਤੁਸੀਂ ਆਕਲੈਂਡ ਬੜਾ ਪਿੰਡ ਲੱਭਿਆ, ਇੱਕੋ ਕੁੜੀ ਆ ਉਹ ਵੀ ਤੋਰਤੀ ਬਾਹਰ ਨੂੰ, ਹੈ ਗੱਲਾਂ ਪਿੰਡਾਂ ਵਾਲੀਆਂ। ਓਏ ਓਏ ਇੱਥੇ ਗਿਆ, ਵੇਖਿਆ ਪਾਲਿਆ ਸਾਡਾ, ਤੇਰੇ ਵਾਂਗੂ ਮਾਪਿਆਂ ਦੀ ਕਮਾਈ ਤੇ ਐਸ਼ ਨਹੀਂ ਕਰਦਾ, ਅਗਲਾ ਕਮਾਉਂਦਾ ਤੇ ਖਾਂਦਾ। ਆ ਜਾਣਦਾ ਮੈਂ ਕਮਾਉਣ ਵਾਲਿਆਂ ਨੂੰ, ਸਾਰਾ ਦਿਨ ਕੰਮ ਕਰੀ ਜਾਂਦੇ ਆ, ਨਾ ਘਰ ਵਾਲਿਆਂ ਲਈ ਟਾਈਮ ਨਾ ਘਰ ਵਾਲੇ ਲਈ। ਚੁੱਪ, ਫੁੱਫੜ ਨੂੰ ਮੱਤਾਂ ਨਹੀਂ ਦੇਈਦੀਆਂ ਹੁੰਦੀਆਂ, ਜਾ ਕੇ ਪੱਠੇ ਲਦਾ, ਆ ਫੜਾ ਦੇ ਇਹਨੂੰ, ਸਾਰੇ ਰੰਗ ਲਾ ਤੇ ਨੇ ਪੱਠੇ ਵੱਢ ਕੇ, ਚੱਲ ਤੂੰ ਵੱਢੂ ਗਏ ਪੱਠੇ। ਚੰਗਾ ਵੀ ਪ੍ਰਵਾਨ ਸਿਆ, ਘਰੇ ਚਾਹੇ ਪਾਣੀ ਦਾ ਗਲਾਸ ਨਾ ਚੱਕ ਕੇ ਪੀਤਾ ਹੋਵੇ, ਇੱਥੇ ਗੱਡਾ ਲੱਦਣ ਲੱਗਿਆ। ਹਾਂ ਚੱਲ, ਇਹ ਸ਼ਕੈਨਿਕ ਕਰਵਾਉਣੀ ਤਾਂ ਮੰਗਦਾ ਹੀ ਆ, ਨਾਲੇ ਜੇ ਇੰਨੇ ਕਲਾਂ 'ਚ ਬਾਪੂ ਮੰਨ ਜਾਵੇ ਤਾਂ ਇਹ ਤਾਂ ਸੌਖਾ, ਹੋਰ ਕੀ ਆ। ਉਹ ਤੇਰੀ ਕਿੰਨੀ ਸੋਹਣੀ ਲੱਗੀ ਜਾਂਦੀ ਆ ਬਾਪੂ ਜੀ। ਉਹ ਮੈਂ ਵੀ ਸੋਚਦਾ ਸੀ ਕਿ ਮੈਨੂੰ ਕੋਈ ਦੇਸੀ ਜੀ ਕੁੜੀ ਮਿਲ ਜਾਵੇ ਜਿਹਦੇ ਮੱਥੇ 'ਤੇ ਨਾ ਵਾਲਾਂ ਦੀ ਲੱਟ ਗਿਰਦੀ ਹੋਵੇ, ਅੱਖਾਂ ਇੰਨੀਆਂ ਸੋਹਣੀਆਂ, ਹਾਏ ਕਿ ਸੁਰਮਚੂ ਲੱਗਣ ਦਾ ਵੀ ਡਰ ਹੋਵੇ। ਆ ਚੁੰਨੀ ਫਿਰੇ ਹਵਾ ਚੁੜਦੀ, ਵੱਟਾਂ ਤੋਂ ਤਿਲਕਦੀ ਫਿਰੇ, ਜੇ ਕੋਈ ਹੋਈ ਨਿਗਾਹ 'ਚ ਨਾ ਜ਼ਰੂਰ ਦੱਸਿਓ। ਤੂੰ ਚੁੱਪ ਨਹੀਂ ਕਰਦਾ ਓਏ? ਉਹ ਨਹੀਂ ਬਾਪੂ ਜੀ, ਮੈਂ ਤਾਂ ਪਾਲੀ ਨੂੰ ਵੀ ਕਿਹਾ ਸੀ ਕਿ ਤੇਰੀ ਨਿਗਾਹ 'ਚ ਕੋਈ ਕੁੜੀ ਤਾਂ ਦੱਸੀ ਬਾਪੂ। ਆ ਲਓ ਆ ਗਈ ਪਾਲੀ। ਹਰਜਿੰਦਰ ਸਿੰਘ ਬਰਾੜ ਆਏ ਸੀ ਪੱਟੀ ਵਾਲੇ, ਉਹਨਾਂ ਦੇ ਪਿੰਡ ਮੇਲਾ ਹੈ। ਚਲੋ ਛੇਤੀ ਜਾਣ ਤੋਂ ਪਹਿਲਾਂ ਇੱਕ ਹੋਰ ਡਾਂਗਾ ਸੋਟੀਆਂ ਵਾਲੀ ਖੇਡ ਹੋ ਜਾਵੇ ਇਕੱਠੇ ਜੋੜੀ 'ਚ। ਹਾਂ ਇਹ ਤਾਂ ਬੜੀ ਵਧੀਆ ਗੱਲ ਹੋ ਗਈ ਪੁੱਤਰ, ਆਪਾਂ ਵੀ ਚੱਲਦੇ ਹਾਂ, ਵੇਖਦੇ ਹਾਂ ਬਚੱਕਾ। ਚੱਲੋ ਜੀਟਰ, ਬਾਈ ਨੂੰ ਚੜਾ ਕੇ ਆ ਬੱਸ ਤੇ। ਹਾਂ ਹਾਂ ਆ ਜਾ ਆ ਜਾ। ਉਹ ਖਰਜਾ, ਮੈਂ ਵੀ ਚੱਲੂੰਗਾ ਬਾਪੂ ਜੀ, ਨਾਲ ਤੁਹਾਨੂੰ ਦੱਸਣਾ ਮੈਂ ਸ਼ਹਿਰੀ ਨਿਗਾਹ, ਮੈਂ ਪੇਂਡੂ ਹਾਂ, ਬਸ ਤੁਸੀਂ ਮੇਰੀ ਪਹਿਲਾਂ ਜੋੜੀ ਬਣਾ ਦਿਓ। ਕੀ ਮਤਲਬ? ਚਾਹੇ ਤੁਸੀਂ ਆ ਜਾਓ ਪਰ ਮੈਂ ਪੱਕਾ ਜਾਣਾ। ਓਏ ਤੈਨੂੰ ਪਤਾ ਵੀ ਹੈ ਖੇਡ ਕੀ ਹੈ? ਉਹ ਜਿਹੜੀ ਮਰਜ਼ੀ ਹੋ ਜਾਵੇ, ਯੂ ਨੋ ਆਈ ਐਮ ਵੈਰੀ ਸਪੋਰਟਿਵ ਪਰਸਨ। ਦੇਖੀ ਫੱਟੇ ਚੱਕ ਦੂਗਾ ਫੱਟੇ। ਲੜ ਲੂਗਾ? ਔਖਾ ਹੀ ਹੈ। ਹਾਂਜੀ ਦੋਸਤੋ, ਇਸ ਵਾਰ ਸਿੱਧੂ ਸਾਹਿਬ ਦੇ ਨਾਲ ਆਇਆ ਮੁੰਡਾ ਪਰਵਾਨ, ਤੇ ਦੇਖਦੇ ਆ ਕੀ ਬਣਦਾ ਇਸ ਮੁਕਾਬਲੇ ਦਾ। ਇੱਕ ਪਾਸੇ 6 ਨੌਜਵਾਨ, ਦੂਸਰੇ ਪਾਸੇ ਸਿੱਧੂ ਸਾਹਿਬ ਦੇ ਨਾਲ ਪਰਵਾਨ। ਬੈਰੀਕੇਡ ਦਾ ਪੈਰਾਂ ਤੇ ਮਾਰ ਦਿਆ, ਪੈਰਾਂ ਥੋੜਾ ਮਾਰੀ ਦਾ ਸਾਲਿਆ, ਉਦੋਂ ਤਾਂ ਬੜਾ ਜਿਉਣ ਮੋੜ ਬਣਦਾ ਸੀ, ਮੈਂ ਤਾਂ ਹਾਰ ਗਿਆ ਬੈਰੀਕੇਡ ਦਾ। ਨਹੀਂ ਨਹੀਂ ਠੀਕ ਆ, ਟੁੱਟਣੋਂ ਬਚ ਗਈ, ਪਲਾਸਟਰ ਦੀ ਲੋੜ ਨਹੀਂ। ਡਾਕਟਰ ਸਾਹਿਬ ਮੈਂ ਕਿੰਨੇ ਦਿਨ ਨਹੀਂ ਚੱਲ ਸਕਦਾ? 3-4 ਦਿਨ ਆਪਣਾ ਧਿਆਨ ਰੱਖੋ। ਓਹ ਮੈਂ ਤਾਂ ਪਿੰਡ ਜਾਣਾ ਸੀ ਜੀ, ਮਤਲਬ ਫਿਰ ਜਾ ਨਹੀਂ ਸਕਦਾ? ਨਹੀਂ ਨਹੀਂ ਚਲੋ, ਇਹ ਵੀ ਤਾਂ ਆਪਣਾ ਹੀ ਘਰ ਆ। ਡਾਕਟਰ ਸਾਹਿਬ ਕਿਤੇ ਝੂਠ ਤਾਂ ਨਹੀਂ ਬੋਲਦਾ
ਮੈਨੂੰ ਇਹਦੇ ਲੱਛੇ ਜੇ ਠੀਕ ਨਹੀਂ ਲੱਗ ਰਹੇ। ਨਹੀਂ ਨਹੀਂ ਸੱਟ ਲੱਗੀ ਆ। ਝੂਠਾਂ ਦੀ ਪੰਡ। ਕਿਉਂ ਆਪਦਾ ਜਲੂਸ ਕਢਾ ਰਿਹਾ, ਚਲਾ ਜਾ ਵਾਪਸ। ਪਤਾ ਮੈਂ ਤੇ ਬਾਪੂ ਅੱਜ ਤੱਕ ਨਹੀਂ ਹਾਰੇ। ਗੱਲ ਜਿੱਤ ਹਾਰਦੀ ਨਹੀਂ ਪਾਲੀ, ਗੱਲ ਤੇਰੀ ਖੁਸ਼ੀ ਦੀ ਆ। ਜੇ ਉਹ ਲੈਂਸਰ ਵਾਲੀ ਕੁੜੀ ਮੈਨੂੰ ਰਿਸ਼ਤੇ ਤੋਂ ਨਾਂਹ ਨਾ ਕਰਦੀ ਤੇ ਉਹ ਅਮਲੀ ਜਾਂ ਕੰਡਕਟਰ ਬੱਸ ਥੋੜ੍ਹੀ ਨਾ ਕਰਦਾ ਤੇ ਤੂੰ ਖੁੱਲ੍ਹੇ ਪੈਸੇ ਲੈ ਕੇ ਬੱਸ ਚੜ੍ਹਦੀ ਨਾ ਤਾਂ ਆਪਾਂ ਕਦੇ ਨਾ ਮਿਲਦੇ। ਇਹ ਰੱਬ ਆਪਾਂ ਨੂੰ ਬੜਾ ਰਿਹਾ, ਤੂੰ ਉਹਦੇ ਇਸ਼ਾਰੇ ਨੂੰ ਸਮਝ। ਕੱਚਿਆਂ ਨੇ ਕੱਚ ਉੱਤੇ ਨੱਚ ਕੇ ਦਿਖਾਤਾ ਓਏ, ਦੁਨੀਆ ਦਾ ਮੈਂ ਤਾਂ ਹਾਏ ਮੋਹ ਵੀ ਮੁਕਾਤਾ ਓਏ, ਨੀ ਦੱਸ ਕਿਹੜੀ ਗਲਤੀ ਕਰੀ, ਨੀ ਜਿੰਦ ਮੇਰੀ ਜਾਂਦੀ ਐ ਡਰੀ, ਇਹ ਤੋਂ ਪਹਿਲਾਂ ਚਲੀ ਜਾਵੇ ਹਾਇਓ ਮੇਰੀ ਜਾਨ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਕਰ ਹੋਰ ਨਾ ਅਜ਼ਮਾ। ਕੱਚਿਆਂ ਨੇ ਕੱਚ ਉੱਤੇ ਨੱਚ ਕੇ ਦਿਖਾਤਾ ਓਏ, ਦੁਨੀਆ ਦਾ ਮੈਂ ਤਾਂ ਹਾਏ ਮੋਹ ਵੀ ਮੁਕਾਤਾ ਓਏ, ਦੱਸ ਕਿਹੜੀ ਗਲਤੀ ਕਰੀ, ਨੀ ਜਿੰਦ ਮੇਰੀ ਜਾਂਦੀ ਐ ਡਰੀ, ਇਹ ਤੋਂ ਪਹਿਲਾਂ ਚਲੀ ਜਾਵੇ ਹਾਇਓ ਮੇਰੀ ਜਾਨ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਕਰ ਹੋਰ ਨਾ ਅਜ਼ਮਾ। ਸਾਰੀ ਸਾਰੀ ਰਾਤ ਮੇਰੇ ਨੈਣ ਰਹਿੰਦੇ ਜਾਗਦੇ, ਤੂੰ ਵੀ ਦੂਰ ਹੋਇਓ ਲਾ ਕੇ ਇਸ਼ਕੇ ਦਾ ਜਾਗਵੇ, ਸਾਰੀ ਸਾਰੀ ਰਾਤ ਮੇਰੇ ਨੈਣ ਰਹਿੰਦੇ ਜਾਗਦੇ, ਤੂੰ ਵੀ ਦੂਰ ਹੋਇਓ ਲਾ ਕੇ ਇਸ਼ਕੇ ਦਾ ਜਾਗਵੇ, ਦੋਵੇਂ ਨੈਣ ਤੇਰੇ ਤੋਂ ਠੱਗੇ, ਅੱਖੀਆਂ ਨੂੰ ਦੱਸ ਕਿਹੜੀ ਗੱਲ ਦੀ ਸਜ਼ਾ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਮੈਨੂੰ ਹੋਰ ਨਾ ਅਜ਼ਮਾ, ਤੂੰ ਬਸ ਕਰ ਹੋਰ ਨਾ ਅਜ਼ਮਾ। ਮੁੱਕਦੀ ਹੈ ਗੱਲ ਤੇਰੇ ਬਿਨਾਂ ਰਹਿਣਾ ਔਖਾ ਏ, ਦਿਨੋ ਦਿਨ ਗਮ ਤੇਰਾ ਹੋਈ ਜਾਂਦਾ ਚੌਖਾ ਏ, ਮੁੱਕਦੀ ਹੈ ਗੱਲ ਤੇਰੇ ਬਿਨਾਂ ਰਹਿਣਾ ਔਖਾ ਏ, ਦਿਨੋ ਦਿਨ ਗਮ ਤੇਰਾ ਹੋਈ ਜਾਂਦਾ ਚੌਖਾ ਏ, ਪਾਲੀ ਜੇ ਤੇਰੀ ਮੰਗਣੀ ਨਾ ਹੋਈ ਹੁੰਦੀ ਫਿਰ ਤੂੰ ਮੰਨ ਜਾਣਾ ਸੀ? ਕੋਈ ਫਾਇਦਾ ਹੈ ਇਸ ਗੱਲ ਦਾ? ਮੇਰਾ ਮਤਲਬ ਜੇ ਤੇਰੀ ਉਹਦੇ ਨਾਲ ਵਿਆਹ ਤੋਂ ਬਾਅਦ ਨਾ ਬਣੀ ਤੇ ਤੈਨੂੰ ਯਾਦ ਆਇਆ ਕਿ ਪ੍ਰਵਾਨ ਤੇਰੇ ਹਾੜੇ ਕੱਢਦਾ ਸੀ, ਫਿਰ ਤੂੰ ਗੋਡਿਆਂ ਸਿਰ ਦੇ ਕੇ ਰੋਏਂਗੀ? ਯਾਰ ਇਹ ਵੀ ਨਹੀਂ ਤੇ ਉਹ ਵੀ ਨਹੀਂ, ਕੁਛ ਤਾਂ ਦੱਸਣਾ ਪੈਣਾ। ਤੈਨੂੰ ਇਹ ਮਜ਼ਾਕ ਲੱਗਦਾ? ਮਜ਼ਾਕ ਲੱਗਦਾ ਤੈਨੂੰ? ਇਹ ਪਿੰਡ ਹੈ ਪ੍ਰਵਾਨ, ਇੱਥੇ ਗੱਲ ਉੱਡਦੇ ਦੇਰ ਨਹੀਂ ਲੱਗਦੀ, ਪਰ ਤੂੰ ਜਿਗਰਾ ਦੇਖ ਮੇਰੇ ਬਾਪੂ ਦਾ, ਮੈਂ ਤੇਰੇ ਨਾਲ ਸਾਰੇ ਆਮ ਪਿੰਡ ਘੁੰਮ ਰਹੀ ਹਾਂ, ਉਹਨੇ ਫਿਰ ਵੀ ਕੁਛ ਨਹੀਂ ਕਿਹਾ, ਪਰ ਹੁਣ ਕੁਝ ਜ਼ਿਆਦਾ ਹੀ ਹੋ ਗਿਆ, ਤੂੰ ਮੇਰੇ ਲਈ ਬਸ ਇੱਕ ਦੋਸਤ ਹੈ, ਉਸ ਤੋਂ ਅੱਗੇ ਕੁਛ ਨਹੀਂ।
तेरे लिए चंगा ए है तू अपना नाटक बंद करके चुपचाप इतो चला जा। ओ जीटरा। हाँ ताया। ओ मुंडे नु चाह दे दी। ओ तो ताया गया, चल बढ़िया हो गया, भाग गया। जानदा रिया। हाँ ताया। कमाल दा मुंडा। जानदा भी रिया, मिलके भी नहीं गया। ओ गिल यार, मैं तो पहले ही कहा थीगा ओ यार हुण तैनूं कित्थों करा दादी रात शॉपिंग, मैं केड़े तेरे प्यो दा माल खुला है। लिप ग्लॉस मंग के सी। इधर साडे यार दा दिल टुटे पे, तैनूं लिप ग्लॉसां दी होई पई है। वैसे की हुंदे ने इह? गिल 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 भीरे, इहदे तां बुलां तों हासे उड गए यार। हाँ यार, किन्नी काली है नु सॉरी जान वास्ते। मेनू काली है कि तैनू तोरन दी काली है? और दो साल रुक के रिश्ता करना सी। पल्ली असी पंजाबी किन्ने भी मजबूत क्यों ना होइए, पर ती जम्मी तो एक डर जा बैठ जांदा है कि किधरे पग दा दाग ही ना बन जाए। तू सियाणी है, चिट्टी चादर ते तां पानी दा दाग भी लग जांदा है, पर तू हमेशा मेरा मान वधाया। मैं तेनू जिस दे भी लड़ लाया तू लगन जा रही है। तीए, अज मेरा जी करता है कि तू अपने हथी मेरे पग बन दे। परदेसी जानी है, आपदा ख्याल रखी है, चंगा बाप। नाले कुछ खाया पिया कर, लिस्सी हुंदी जानी है। नहीं है? नहीं की तू ध्यान ही नहीं रख दी। हाँ, ते एक गल होर, ओ समीर नू स्नेहा दे दी, ओ तैनू हवाई अड्डे तो ले लूगा। जी बाप। हैं, हुन पुली ना। आ जा हुन बैठिए। जाओ। थैंक यू। परवान,
कमाल है, पिंड मिलके नहीं आया ते आज बिना दसे आ गया। बिना दसे नहीं आया, तेरा मैसेज आया सी मैनू। मैसेज? गलती नाल हो गया, मैं सुमेर नू करना सी, तेनू करता। चल ठीक है फिर, मैं चलदा। इन्ना गुस्सा, बोल तो सही, मैं किथे गलत हां? तू किथे गलत नहीं पाली, ना मैं तेनू कह रहा तू मैं लुट के खा गई, तू मैनू बर्बाद करता। तू अपनी जगह ठीक हां ते मैनू अपनी जगह ठीक रहन दे। हाँ तू मेरी लाइफ का सब तो वड्डा चा सी, हुण नहीं पूरा होया ता कोई धक्का थोड़ा ना। क्या ना गलती नाल हो गया मैसेज, मैनू की मिलना तेनू छेड़ के। गलती ना हो गया सी ना, अपना फोन दे। मैं अपना नंबर डिलीट करता, आज तो गलती नाल भी गलती नहीं होगी। चंगा, सत श्री अकाल। किसी दिन तोड़े जिंदे आपां टुर जाना पल रह गए ने थोड़े वो जिंदे आपां टुर जाना दिन रह गए ने थोड़े चीका निकल गया स्कूटरी बिरे। हौसला रख यार ना गिल। नहीं तू ताड़ ताड़ वंगा कट दी सी प्यार टूटे टूटियां वंगा दे मैथों जाने नहीं हो जोड़े टूटे टूटियां वंगा दे मैथों जाने नहीं हो जोड़े जिंदे रापा टुर जाना पल रह गए थोड़े यतीम होइया यादा चलो सजना ने देसो खाली हाथ ते नहीं मोड़े चलो सजना ने देसो खाली हाथ ते नहीं मोड़े चलो सजना ने देसो खाली हाथ ते नहीं मोड़े Thank you.
गल जित हार दी नहीं पाली, गल तेरी खुशी दी है। ये रब आप बना रहा, तू दे इशारे नू समझ। हाँ जी चलिए फिर। So, now we just need the signature. Yeah, of course, man. Please. Thanks. Pali? Huh? Sign. You didn't sign. I guess the pen didn't work. Sorry about that. Pali, जे तेरी मंगनी ना हुई होंगी फिर तू मर जाना सी। की होया? सुमेर, मैं कॉल कर सकती हूँ? कॉल? सब ठीक है ना? बस दो मिनट। हेलो बापू, मैं पाली बोल दी हूँ। पाली, की हाल है पुत्र? तगड़ी है? हाँ, कोर्ट च सी मैं। ओ पाली पुत्र, इतना एवी ब्याह है? असली ब्याह तो आप इत्थे करांगे, इत्थे आके गज वज के। बापू, मैं आज तक थोड़े तो कुछ नहीं लुकाया। पहली बार थोड़े तो कुछ लुका रही हाँ तो मैनू चंगा नहीं लग रहा। सुमेर बहुत वधिया मुंडा है, मेरा बहुत ख्याल रखता है, पर सच ये है कि मैनू वो अंबरसर वाला मुंडा पसंद है। मैं उन्हूं भी नहीं दस्या, उस तो पहला तेनू दस रही हूँ। जे तुसी ना कहोगे तो मैं चुपचाप अंदर जाके ब्याह दे पेपर साइन कर दूंगी। तो उस तो बाद ये गल खत्म, ना मैं तेरी गल कट्टी है ना कट्टूंगी। जे प्यो पुत्रां वास्ते 40-50 किले जमीन बना के दे सकता है ਤਾਂ ਧੀ ਵਾਸਤੇ 40-50 ਲੱਖ ਰੁਪਈਆ ਖਰਚ ਕਰਨਾ ਵੀ ਕੋਈ ਵੱਡੀ ਗੱਲ ਨਹੀਂ। ਪਰ ਜਦ ਧੀਆਂ ਕੱਲ੍ਹ ਦੇ ਜਵਾਕ ਨਾਲ ਪਿਓ ਦਾ ਹੱਥ ਛੁਡਾ ਕੇ ਭੱਜ ਜਾਂਦੀਆਂ ਤਾਂ ਆਉਣ ਵਾਲੀਆਂ 100 ਧੀਆਂ ਵਾਸਤੇ ਕਬਰਾਂ ਪੁੱਟ ਦਿੰਦੀਆਂ। ਪਰ ਜੇ ਧੀਆਂ ਤੇਰੇ ਵਰਗੀਆਂ ਹੋਣ ਤਾਂ ਕਿਸੇ ਵੀ ਪਿਓ ਦੀ ਪੱਗ ਨੂੰ ਕਦੇ ਦਾਗ ਨਹੀਂ ਲੱਗ ਸਕਦਾ। तू फिकर ना कर, वापस आ जा पुत, गल ही कोई नहीं, तू वापस आ जा। पुठी मुड़िया पुत, फिकर ही ना कर। ठीक है बापू, मैं फोन करती। बस
कुछ कहने की लोड़ नहीं, सब सुन लिया मैं। बहुत तेज होंदे ने अंबरसरीए, मैनू पता सी मेरी जड़ां च बहना ने। चलो एयरपोर्ट छड़े हूं। थैंक्स तो की करना मैं, जे हो सकिया तो अपने सहुरे तो एक रिश्ता करा दी, होर तो साले का कुछ बिगाड़ नहीं सकता, एवें भाजी भाजी तो करता फिर करूँ। आहो तुसी रहन दो। ओए की रहन दो, तेरे पसंद दी कुड़ी है पिंड दी, ओ कुड़ी मेरे नाल आई है, ओ खड़ी ना पुआ फुफड़ नू तू तोले दी मुंदरी। ओ गल नहीं हैगी जी। ओए होर की गल है, जा जाके गल करके आ। ओए जा भी। ओह तुसी मैनू गलत ना समझो जी, आवे अंकल दी कुड़ी दे प्यार चक्कर च पै गया सीगा, थोनू नहीं पता ए दोनों प्यो ती ना मैनू बर्फ चलाउण नू फिरदे आ। पाली तू जो तो पिंड छड़न आया सी टिकट दे पैसे लेके नहीं गया, ओ देन आई है। ओ जट तेरी सारी उम्र दे टिकटा भरन फिरदा, तू एक टिकट रोई जानी आ, नल टिकट वाली गल छड़, तेनू फाजिल का तो जुती मंगवा दा। लैकमी दी पेंसिल वाला सुरमा ना ले ला। ओ सुरमा की करना तू, सारी उम्र तेरी अखा च मैं बसया रहना, तू छड़ सुरमे नू। ਨਲਿਆ ਤੇਰੇ ਬਾਪੂ ਨੂੰ ਦਾਜ ਦੂਜ ਦੀ ਗੱਲ ਨਹੀਂ ਕੀਤੀ, ਕਾਰ ਦਊਗਾ ਉਹ ਥੱਪੜ ਨਾ ਦੇ ਦੂ। ਅੱਛਾ ਅੱਪਾ ਦੋਵੇਂ ਹੋ ਗਏ ਹਾਰ ਪਰਵਾਨ ਦੇ, ਚੱਲ ਕਾਟੀ ਗੂਟੀ ਲਈਏ ਚੰਨਪਾ। ਅੱਪਾ ਦੋਵੇਂ ਹੋ ਗਏ ਹਾਰ ਪਰਵਾਨ ਦੇ, ਚੱਲ ਕਾਟੀ ਗੂਟੀ ਲਈਏ ਚੰਨਪਾ। हाँ जी कैसे लगी फिर, ठीक सी? आओ चलिए फिर, आओ जी आओ। जीरकपुर, राजपुरा, पटियाला, भवानीगढ़, संगरूर, तनौला, बरनाला, रामपुरा, बठिंडा, नौ सब आओ भी आओ, चलो चलो चलो। बाकी जिथे तुसी कहोगे उथे छड़ देंगे। मछनू मरौड़ा मेरे आने लगे, गुत तेरी बोलिया जी पौन लग पई, टकुए दा मैं भी ता शकीन हो गया, अख तेरी चोपरा नू टौन लग पई। ਮੱਛਨੂੰ ਮਰੌੜਾ ਮੇਰੇ ਆਉਣ ਲੱਗਿਆ, ਗੁੱਤ ਤੇਰੀ ਬੋਲੀਆਂ ਚ ਪਾਉਣ ਲੱਗ ਪਈ, ਟੱਕੂਏ ਦਾ ਮੈਂ ਵੀ ਤਾਂ ਸ਼ੌਕੀਨ ਹੋ ਗਿਆ, ਅੱਖ ਤੇਰੀ ਚੋਪਰਾ ਨੂੰ ਟਾਉਣ ਲੱਗ ਪਈ। ਉਹ ਆਪਾਂ ਜੁਗ ਨੂੰ ਆ ਦੋਵੇਂ ਯੁੱਗ ਟੱਕਰੇ, ਚੱਲ ਦੁਨੀਆਂ ਨੂੰ ਦਈਏ ਨੀ ਹਲਾ। ਆਪਾਂ ਦੋਵੇਂ ਹੋ ਗਏ ਹਾਰ ਪਰਵਾਨ ਦੇ, ਚੱਲ ਕਾਟੀ ਗੂਟੀ ਲਈਏ ਚੰਨਪਾ। ਆਪਾਂ ਦੋਵੇਂ ਹੋ ਗਏ ਹਾਰ ਪਰਵਾਨ ਦੇ, ਚੱਲ ਕਾਟੀ ਗੂਟੀ ਲਈਏ ਚੰਨਪਾ। ਮੇਰੇ
ਜਦੋਂ ਹੱਸਦੀ ਤੂੰ ਬਿੱਲੋ ਨੀ ਵੀ ਪਾ ਆਪਾਂ ਦੋਵੇਂ ਹੋ ਗਏ ਹਾਰ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨੋ ਪਾ ਆਪਾਂ ਦੋਵੇਂ ਹੋ ਗਏ ਹਾਰ ਪਰਵਾਨ ਦੇ ਚੱਲ ਗਾਟੀ ਗੂਟੀ ਲਈਏ ਚੰਨੋ ਪਾ।